ਸਮਹਿ ਹਾਮ ਮਰੇ ਤਿਆਰਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਸਤਗੁਰ ਸਬਦ ਕਮਾਏ ਜਨ ਜੀਤੇ ਪਾਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਗ ਧਾਰ ਦੋਹਰਾ ਚੰਡ ਪ੍ਰਚੰਡ ਅਖੰਡ ਬਡ ਜਗਮੰਡਨ ਕਲਖੰਡ ਪੋਜ ਦੰਡਨ ਕੋ ਦੰਡ ਧਾਰ ਸਦ ਅਦੰਡ ਵਰ ਬੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ ਦੂਜਾ ਦੁਹਰਾ ਚੰਡ ਪ੍ਰਚੰਡ ਅਖੰਡ ਵਡ ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ ਕਿ हे ਚੰਡ ਉਹ ਸ਼ਕਤੀ ਰੂਪ ਪਰਮਾਤਮਾ ਦੀ ਜੋ ਸ਼ਕਤੀ ਰੂਪ ਕਰਕੇ ਸੰਸਾਰ ਵਿੱਚ ਵਰਤਦੀ ਹੈ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ हे ਸ਼ਕਤੀ ਰੂਪ ਪ੍ਰਚੰਡ ਤੇਰਾ ਜਿਹੜਾ ਪਾਵਰ ਹੈ ਤੇਰਾ ਜਿਹੜਾ ਤੇਜ ਹੈ ਉਹ ਜਿਹੜਾ ਹੈ ਬਹੁਤ ਵੱਡਾ ਹੈ ਅਖੰਡ ਵੱਡ ਕਹਣ ਲਿਖੇ ਉਹਨੂੰ ਕੋਈ ਤੋੜ ਨਹੀਂ ਸਕਦਾ ਕਿਉਂਕਿ ਪਰਮਾਤਮਾ ਦਾ ਬਣਾਇਆ ਹੋਇਆ ਹੈ ਤੂੰ ਸ਼ਕਤੀ ਪਰਮਾਤਮਾ ਆਪਣੀ ਸ਼ਕਤੀ ਰੂਪ ਹੋ ਕੇ ਸੰਸਾਰ ਵਿੱਚ ਵਰਤਦਾ ਹੈ ਇਸ ਕਰਕੇ ਤੂੰ ਵੱਡੀ ਹੈ ਇਹ ਸ਼ਕਤੀ ਜਗਮੰਡਨ ਕਹਣ ਲਿਖੇ ਜਗਤ ਨੂੰ ਸਵਾਰਨ ਵਾਲੀ ਹੈ ਤੂੰ ਜਗਤ ਦੇ ਵਿੱਚ ਜਿਹੜੀ ਹੈ ਠੀਕ ਮਰਿਆਦਾ ਨੂੰ ਜਿਹੜੀ ਕਾਇਮ ਰੱਖਾਉਣ ਵਾਲੀ ਹੈ ਤੇ ਅੱਗੇ ਖਲ ਖੰਡ ਮੂਰਖਾ ਨੂੰ ਖੰਡਨ ਭੰਨਣ ਵਾਲੀ ਤੋੜਨ ਵਾਲੀ ਤੂੰ ਹੈ ਪੂਜ ਦੰਨਨ ਕੋ ਦੰਡ ਤਰ ਸਦ ਅਦੰਡ ਵਰ ਬੰਡ ਪੂਜ ਦੰਨਨ ਕਹਿ ਲਗੇ ਤੇਰੇ ਪੂਜ ਤੇਰੀਆਂ ਬਾਹਾਂ ਜਿਹੜੀਆਂ ਹਨ ਏ ਸ਼ਕਤੀ ਤੂੰ ਆਪਣੀਆਂ ਬਾਹਾਂ ਤੇਰੀਆਂ ਬਾਹਾਂ ਜਿਹੜੀਆਂ ਹਨ ਜਿਨ੍ਹਾਂ ਵਿੱਚ ਇੰਨਾ ਜੋਰ ਹੈ ਕਿ ਕੋ ਦੰਡ ਕਹਿੰਦੇ ਵੀ ਜਿਹੜਾ ਵੀ ਕੋਈ ਪਾਪੀ ਹੈ ਕੋਈ ਪਾਪ ਕਰਨ ਵਾਲਾ ਜਾਂ ਕੋਈ ਜਿਹੜਾ ਹੈ ਸੰਸਾਰ ਵਿੱਚ ਦੁੱਖ ਦੇਣ ਵਾਲਾ ਦੈਂਤਾਂ ਦੇ ਸੁਭਾਅ ਵਾਲਾ ਤੂੰ ਉਹਨਾਂ ਨੂੰ ਮਾਰਨ ਵਾਸਤੇ ਵੀ ਤੇਰੇ ਵਿੱਚ ਕਪੇਬਿਲਿਟੀ ਹੈ ਤੇਰੇ ਵਿੱਚ ਉਹ ਸਟਰੈਂਥ ਹੈ ਕਿ ਤੂੰ ਉਹਨਾਂ ਨੂੰ ਵੀ ਮਾਰ ਸਕਦੀ ਹਾਂ ਇਸ ਕਰਕੇ ਸਦ ਅਦੰਡ ਵਰਵੰਡ ਕਹਿੰਨੇ ਕਿ ਸਦਾ ਹੀ ਅਧੰਡ ਹੈ ਪਰ ਤੇਰੀ ਸ਼ਕਤੀ ਨੂੰ ਕੋਈ ਮਕਾ ਨਹੀਂ ਸਕਦਾ ਤੇਰੀ ਸ਼ਕਤੀ ਦੇ ਮੁਕਾਬਲੇ ਤੇ ਨੇ ਕੋਈ ਖੜ੍ਹ ਸਕਦਾ ਕਿਉਂਕਿ ਤੂੰ ਵਰਵੰਡ ਹੈ ਵਰਵੰਡ ਜਿਹੜਾ ਹੈ ਵੀ ਤੇਰਾ ਜਿਹੜਾ ਜਿਹੜਾ ਵਰ ਹੈ ਕਹਿੰਨੇ ਕਿ ਤੂੰ ਵੰਡਣ ਵਾਲੀ ਹੈ ਤੂੰ ਆਪਣੀ ਜਿਹੜੀ ਸ਼ਕਤੀ ਨੂੰ ਵੰਡ ਕਰਕੇ ਜਿਹੜੀ ਹੈ ਸੰਸਾਰ ਦੇ ਵਿੱਚ ਸੁਖ ਵਰਤੌਣ ਵਾਲੀ ਹੈ ਇਸ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਇੱਥੇ ਐਸਾ ਜਿਹੜਾ ਹੈ ਇਹ ਮੰਗਲ ਕੀਤਾ ਕਿ ਪਰਮਾਤਮਾ ਇੱਕ ਸ਼ਕਤੀ ਰੂਪ ਹੋ ਕਰਕੇ ਵਰਤਦਾ ਹੈ ਸੰਸਾਰ ਦੇ ਵਿੱਚ ਸ੍ਰੀ ਬਾਲਾ ਸਿੰਦਰਵਾਚ ਚੌਪਈ ਸ੍ਰੀ ਅੰਗਦ ਜੀ ਸੁਨ ਗੁਣ ਭਵਨੰ ਭਾਈ ਬਾਲਾ ਜੀ ਕਹਿੰਦੇ ਹਨ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਅੱਗੇ ਇਹ ਕਥਾ ਸੁਣੋ ਜੋ ਤੁਸੀਂ ਸੁੱਖਾਂ ਦੇ ਘਰ ਸੋ ਖੰਦੇ ਘਰ ਤੇ ਗੁਣਾ ਦੇ ਘਰ ਹੋ ਤਹ ਤੇ ਕੀਨ ਗੁਰੂ ਪਵ ਗਵਨੰ ਕਹਾਂਗੇ ਤਹ ਕਿ ਕਹਾਂਗੇ ਉਹ ਉਹ ਥਾਂ ਉਤੋਂ ਜਿੱਥੋਂ ਅਪ ਜਿਨੇ ਪਿਛਲੀ ਵਾਰੀ ਜੋ ਕਥਾ ਸਰਵਣ ਕੀਤੀ ਉੱਥੋਂ ਸਤਿਗੁਰੂ ਜੀ ਹੁਣ ਅੱਗੇ ਜਾਣ ਲੱਗੇ ਤਤਛਨ ਉਲਕਾ ਗਿਰ ਪਰ ਆਏ ਹੁਣ ਉਲਕਾ ਗਿਰਤੇ ਆਗੇ ਜਿੱਥੇ ਉਲਕਾ ਹੈ ਇਹ ਜਿਹੜਾ ਹੈ ਪਹਾੜੀ ਦਾ ਨਾ ਉਲਕਾ ਹੈ ਮਰਦਾਨੇ ਤਬ ਵਾਕ ਅਲਾਏ ਉਸ ਵੇਲੇ ਭਾਈ ਮਰਦਾਨੇ ਨੇ ਐਸਾ ਜਿਹੜਾ ਹੈ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿਸ ਮਾਰਗ ਮੈਂ ਹਮ ਚਲ ਜਾਹੇ ਮਾਰਾ ਜਿਹੜੇ ਮਾਰਗ ਤੇ ਅਸੀਂ ਚੱਲ ਕੇ ਚੱਲ ਰਹੇ ਹਾਂ ਕੌਣ ਦੇਸ਼ ਆਵੇ ਇਸਮਾਹੀ ਮਹਾਰਾਜ ਇਹ ਜਰਸਤੇ ਤੇ ਕਿਹੜਾ ਦੇਸ਼ ਆਵੇਗਾ ਕਿਹੜਾ ਦੇਸ਼ ਆਪਾਂ ਕਿਹੜੇ ਮੁਲਕ ਕਿਹੜੀ ਕੰਟਰੀ ਤੇ ਪਹੁੰਚਾਂਗੇ ਕਿਤਕ ਦਿਵਸ ਮਹ ਆਪਣੇ ਦੇਸ਼ਾਂ ਇਹ ਕਿੰਨੇ ਕਿਤੇ ਲੱਗਣਗੇ ਆਪਾਂ ਨੂੰ ਪੰਜਾਬ ਪਹੁੰਚਣ ਨੂੰ ਜੇ ਆਪਾਂ ਇੱਥੋਂ ਤੁਰ ਕੇ ਜਾਈਏ ਤਾਂ ਪੰਜਾਬ ਵੱਲ ਕਿੰਨਾ ਕੁ ਚੱਲ ਲੱਗੇਗਾ ਪਹੁੰਚਾਂਗੇ ਭਨਿਏ ਜਗ ਤੇ ਸਾਹ ਮਹਾਰਾਜ ਤੇ ਆਪਾਂ ਪਹੁੰਚਾਂਗੇ ਕਿ ਨਹੀਂ ਮਤਲਬ ਕਿ ਆਪਣਾ ਇਰਾਦਾ ਹੈ ਵਾਪਸ ਪੰਜਾਬ ਜਾਣ ਦਾ ਕਿ ਨਹੀਂ ਇਹ ਜਗਤ ਜਗਤ ਤੇਜ ਜਗ ਤੇਜ ਜਗਤ ਦੇ ਏਸ਼ ਜਗਤ ਦੇ ਸੁਆਮੀ ਸੁਣ ਕਰ ਸ੍ਰੀ ਪ੍ਰਭ ਜੀਰਾ ਉਚਾਰੇ ਇਹ ਸੁਣ ਕਰਕੇ ਭਾਈ ਮਰਦਾਨੇ ਦੇ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਬੰਦਰ ਅਹ ਹੈ ਘਰਾਟ ਅਗਾਰੇ ਮਰਦਾਨਿਆਂ ਅੱਗੇ ਆਉਂਦਾ ਇੱਕ ਪੋਟ ਆਉਂਦਾ ਹੈ ਬੰਦਰ ਜਿਹੜਾ ਪੌਟ ਹੈ ਉਹ ਘਰਾਟ ਘਰਾਟ ਉਹ ਪੌਟ ਦਾ ਨਾਮ ਹੈ ਤੇ ਹਿੱਤੇ ਲਾਹਰ ਬੰਦਰ ਆਵੇ ਉਸ ਤੋਂ ਅੱਗੇ ਲਾਹਰ ਪੌਟ ਆ ਰਿਹਾ ਹੈ ਬੰਦਰ ਜਿਹੜਾ ਅੱਗੇ ਆ ਰਿਹਾ ਹੈ ਉਹ ਲਾਹਰ ਹੈ ਬਹਰੋ ਆਪਣਾ ਦੇਸ਼ ਦਿਖਾਵੇ ਫੇਰ ਆਪਣਾ ਦੇਸ਼ ਵਾਲੀ ਧਰਤੀ ਆਪਾਂ ਨੂੰ ਦਿਖਾਈ ਦੇਵੇਗੀ ਹਜੇ ਤਾਂ ਆਪਾਂ ਆਈਲੈਂਡਸ ਨੂੰ ਜਿਹੜਾ ਹੈ ਜਿਹੜਾ ਹੈ ਉਹਨਾਂ ਨੂੰ ਜਿਹੜਾ ਹਨ ਆਇਲੈਂਡ ਨੂੰ ਜਿਹੜਾ ਐਨਹੌਪ ਕਰਕੇ ਫਿਰ ਆਪਣੇ ਜਾ ਕੇ ਉਹ ਧਰਤੀ ਆਵੇਗੀ ਜਿੱਥੇ ਪੰਜਾਬ ਦੇਸ਼ ਜਾਂ ਸਾਰੇ ਬਾਕੀ ਦੇ ਦੇਸ਼ ਵਸਦੇ ਹਨ ਕਿਤੇ ਦੂਰ ਪ੍ਰਵਸਦਨ ਹਮਾਰਾ ਤੇ ਭਾਈ ਮਰਦਾਨੇ ਨੇ ਪੁੱਛਿਆ ਮਹਾਰਾਜ ਇਸ ਥਾਂ ਤੋਂ ਲੈ ਕੇ ਪੰਜਾਬ ਦੇਸ਼ ਕਿੰਨੀ ਕੁ ਦੂਰ ਹੋਵੇਗਾ ਪੁਛਾਇ ਪਰਮਾਨ ਬਤਾਵੋ ਸਾਰਾ ਮਹਾਰਾਜ ਬਨੂ ਪਰਮਾਨ ਕਰਕੇ ਮਤਲਬ ਅੰਦਾਜ਼ਾ ਲਾ ਕੇ ਦੱਸੋ ਵੀ ਕਿੰਨਾ ਕੁ ਦੂਰ ਹੋਵੇਗਾ ਮਤਲਬ ਪਰਮਾਨ ਹੁੰਦਾ ਵੀ ਐਸਟੀਮੇਟ ਕਰਕੇ ਐਸਟੀਮੇਟ ਕਰਕੇ ਮਹਾਰਾਜ ਆਸਮਪਸ਼ਨ ਬਣਾ ਕੇ ਮੈਨੂੰ ਦੱਸੋ ਬੰਗਸਾ ਤੇ ਬੋਲੇ ਬਚਨ ਗੁਸਾਈ ਮਹਾਰਾਜ ਹੱਸਦਿਆਂ ਹੋਇਆਂ ਮੁਸਕਰਾਉਂਦਿਆਂ ਹੋਇਆਂ ਭਈ ਮਰਦਾਨਿਆ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਇਓ ਸਦਨ ਯਾਦ ਤੁਜ ਤਾਈ ਕਹਿੰਦੇ ਮਰਦਾਨਿਆ ਘਰ ਯਾਦ ਆਉਂਦਾ ਹੈ ਤੂੰ ਘਰ ਨੂੰ ਜਾਣਾ ਹੈ ਹਾਂਜੀ ਭਈ ਲਾਲਸਾ ਮਿਲਣੇ ਕੇਰੀ ਜਰੂਰ ਤੈਨੂੰ ਲਾਲਸਾ ਤੈਨੂੰ ਇੱਛਾ ਹੋਈ ਹੋਣੀ ਆ ਪਰਿਵਾਰ ਨੂੰ ਮਿਲਣ ਦੀ ਤੇਹੇ ਪਹਚਾਏ ਤੁਜਾ ਬਿਨ ਦੇਰੀ ਮਰਦਾਨਿਆ ਜੀ ਤੂੰ ਕਹੇ ਤਾਂ ਤੈਨੂੰ ਹੋਣੇ ਪਹਚਾ ਦਿੰਦੇ ਆ ਤੂੰ ਕਿ ਪੁੱਛਦਾ ਵੀ ਕਿੰਨੀ ਕੁ ਦੂਰ ਹੈ ਤੂੰ ਅੱਖ ਬੰਦ ਕਰਨੀ ਹੈ ਬਸ ਖੋਲਣਾ ਤੂੰ ਉਥੇ ਪਹੁੰਚ ਜਾਣਾ ਕਹਿੰਦੇ ਕਹੇ ਤਾਂ ਮਰਦਾਨੀਤ ਨੂੰ ਹੋਣੇ ਪਹਚਾ ਦੀਏ ਉਥੇ ਇਨਸਟੈਂਟਲੀ ਬਿਨ ਹੋ ਕੁਟੰਬ ਸੰਗ ਹਰ ਖਾਇਆ ਇਹ ਆਪਣੇ ਪਰਿਵਾਰ ਨੂੰ ਖੁਸ਼ੀ ਨਾਲ ਜਾ ਕੇ ਮਿਲ ਕੇ ਆ ਭਾਈ ਮਰਦਾਨੇ ਨੂੰ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਤੈਨ ਬਿਨ ਬਹੁਤੋ ਕਾਲ ਬਤਾਇਆ ਕਹਿ ਲਗੇ ਵੀ ਤੂੰ ਉਹਨਾਂ ਨੂੰ ਮਿਲਿਆ ਬਹੁਤ ਚਿਰ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਦਾਨਿਆ ਬੜਾ ਲੰਮਾ ਸਮਾਂ ਹੋ ਗਿਆ ਤੈਨੂੰ ਮਿਲਿਆ ਆਪਣੇ ਪਰਿਵਾਰ ਨੂੰ ਪ੍ਰਾਪਤਮ ਚਲ ਹੋ ਕੇ ਨਾਹੀ ਭੋਨੰ ਉਸ ਲਈ ਬਾਈ ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਹੈ ਕਹਿੰਦੇ ਮਹਾਰਾਜ ਤੁਸੀਂ ਘਰ ਨੂੰ ਜਾਉਂਗੇ ਕਿ ਨਹੀਂ ਕਰ ਆਏ ਅਬ ਬਹੁਤ ਗੋਨੰ ਕਹਿ ਲਗੇ ਮਹਾਰਾਜ ਆਪਾਂ ਘਰ ਤੋਂ ਨਿਕਲਿਆ ਹੋਇਆ ਬਹੁਤ ਤੁਰ ਫਿਰਲੇ ਹੋਣਾ ਆਪਾਂ ਬਹੁਤ ਜਿਆਦੇ ਥਾਵਾਂ ਤੇ ਆਪਾਂ ਜਿਹੜਾ ਹਾਂ ਜਾ ਚੁੱਕੇ ਹਾਂ ਬੜੇ ਥਾਂ ਆਪਾਂ ਦੇਖ ਚੁੱਕੇ ਹਾਂ ਮਾਤ ਪਿਤਾ ਸੁਤ ਆਦਿਕ ਸਾਰੇ ਕਹਿ ਲਗੇ ਪਾਤਸ਼ਾਹ ਜੀ ਤੁਸੀਂ ਮਾਤਾ ਪਿਤਾ ਨੂੰ ਨਹੀਂ ਮਿਲਣਾ ਤੁਸੀਂ ਆਪਣੇ ਪੁੱਤਰਾਂ ਨੂੰ ਨਹੀਂ ਮਿਲਣਾ ਚਾਹਤ ਮਿਲਣ ਕੋ ਅਦਕ ਤਿਹਾਰੇ ਹਾਂ ਕਹਿਣ ਲੱਗੇ ਉਹ ਤਾਂ ਤੁਹਾਡਾ ਤਾਂ ਮੈਨੂੰ ਪਤਾ ਨਹੀਂ ਤੁਸੀਂ ਮਿਲਣਾ ਚਾਹੁੰਦੇ ਕਿ ਨਹੀਂ ਪਰ ਉਹਨਾਂ ਨੂੰ ਬੜੀ ਇੱਛਾ ਹੋਵੇਗੀ ਤੁਹਾਨੂੰ ਮਿਲਣ ਦੀ ਕਹਿੰਦੇ ਜਰੂਰ ਤੁਹਾਨੂੰ ਯਾਦ ਕਰਦੇ ਹੋਣੇ ਆ ਉਹ ਤਾਂ ਤੁਹਾਡਾ ਰਾਤ ਦੇਖਦੇ ਹੋਣੇ ਆ ਵੀ ਤੁਸੀਂ ਕਿਦੋਂ ਵਾਪਸ ਆਉਂਗੇ ਸਿਰੇ ਗੁਰ ਪਨਾ ਹੈ ਹਮ ਹੈ ਕਰਤਾਰਾ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਹਮ ਹੈ ਕਰਤਾਰਾ ਕਿ ਸਾਨੂੰ ਉਹ ਕਰਤਾਰ ਉਹ ਪਰਮੇਸ਼ਰ ਲੈ ਜਾਵੇ ਜਬ ਜਾਹੇ ਜਬ ਜਾਹੇ ਅਗਾਰਾ ਜਦੋਂ ਪਰਮੇਸ਼ਰ ਲੈ ਜਾਏਗਾ ਉਦੋਂ ਚਲ ਜਾਗੇ ਜੇ ਪਰਮੇਸ਼ਰ ਚਾਹੁੰਦਾ ਆਪਾਂ ਹੋਰ ਕਿਤੇ ਜਾਈਏ ਤਾਂ ਉਹ ਅੱਗੇ ਹੋਰ ਕਿਤੇ ਲੈ ਜਾਏਗਾ ਅਸੀਂ ਤਾਂ ਆਪਣਾ ਮਰਜ਼ੀ ਜਿਹੜੀ ਹੈ ਪਰਮਾਤਮਾ ਤੇ ਛੱਡੀ ਹੈ ਤੂੰ ਜੋ ਚਾਹ ਤੈਂ ਮੈਂ ਤੂਰਨ ਜਾਵਾਂ ਹਾਂ ਜੇ ਤੇ ਤੁਹਾਡੀ ਇੱਛਾ ਹੈ ਭਾਈ ਮਰਦਾਨੇ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਜੇ ਤੇਰੀ ਇੱਛਾ ਹੈ ਵੀ ਮੈਂ ਹੁਣੇ ਜਾਵਾਂ ਚਾਹੋ ਸਦਨ ਖਿਨ ਮੈਂ ਪਹੁੰਚਾਉ ਹਾਂ ਤੇ ਤੂੰ ਚਲਾ ਜਾ ਜੇ ਤੂੰ ਜਾਣਾ ਚਾਹੁੰਦਾ ਤੈਨੂੰ ਪਹੁੰਚਾ ਦਿੰਨੇ ਆ ਇਨਸਟੈਂਟਲੀ ਤੂੰ ਪਹੁੰਚ ਜਾਏਗਾ ਉੱਥੇ ਆਪਣੇ ਘਰੇ हे ਪ੍ਰਭੂ ਮੈਂ ਤੁਮ ਸੰਗ ਸੁਹੇਲਾ ਉਸ ਲਈ ਭਾਈ ਮਰਦਾਨਾ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ ਮਹਾਰਾਜ ਮੈਂ ਤਾਂ ਤੁਹਾਡੇ ਨਾਲੇ ਖੁਸ਼ ਆ ਮੈਂ ਤਾਂ ਮੈਨੂੰ ਖੁਸ਼ੀ ਆ ਤੁਹਾਡੇ ਨਾਲ ਰਹਿਣ ਵਿੱਚ ਮੈਂ ਮੈਨੂੰ ਉਹਨਾਂ ਪਰਿਵਾਰ ਦਾ ਨਹੀਂ ਮੈਨੂੰ ਤਾਂ ਤੁਹਾਡੇ ਨਾਲ ਰਹਿਣ ਵਿੱਚ ਜਿਆਦਾ ਜਿਹੜਾ ਹੈ ਮੇਰਾ ਇੰਟਰਸਟ ਹੈ ਮੇਰਾ ਜਿਹੜਾ ਹੈ ਜਿਆਦਾ ਮੇਰਾ ਜੀ ਕਰਦਾ ਮੈਂ ਤੁਹਾਡੇ ਨਾਲ ਹੀ ਰਹਿਣਾ ਹੈ ਅਬ ਮੁਝ ਦੇਵਨ ਲਗੇ ਠੇਲਾ ਮਹਾਰਾਜ ਹੁਣ ਮੈਨੂੰ ਤੱਕਾ ਦੇਣ ਲੱਗੇ ਹੋ ਮੈਨੂੰ ਵਾਪਸ ਘਰ ਭੇਜਣ ਲੱਗੇ ਹੋ ਮਹਾਰਾਜ ਮੈਨੂੰ ਆਪਣੇ ਤੋਂ ਦੂਰ ਕਰਨ ਲੱਗੇ ਹੋ ਤੁਸੀਂ ਤੁਮ ਬਿਨ ਕੈਸੇ ਜਾਵਾਂ ਨਾ ਸਦਲੰਗ ਮਹਾਰਾਜ ਮੈਂ ਆਪਣੇ ਘਰ ਕਿਵੇਂ ਜਾਸਾਂਦਾ ਥਾਟੋ ਬਗੈਰ ਤੁਹਾਡੇ ਨਾਲ ਹੀ ਜਾਵਾਂਗਾ ਜਦੋਂ ਤੁਸੀਂ ਜਾਓਗੇ ਜੇ ਤੁਸੀਂ ਨਹੀਂ ਜਾਣਾ ਤਾਂ ਮੈਂ ਵੀ ਨਹੀਂ ਜਾਣਾ ਹੈਗਾ ਹਾਂ ਪਰ ਸੰਨ ਬਿਲੋਕਤ ਬਦਨੰ ਮੈਂ ਮਹਾਰਾਜ ਮੈਂ ਤਾਂ ਤੁਹਾਡੇ ਦਰਸ਼ਨ ਕਰਕੇ ਖੁਸ਼ ਹਾਂ ਮਾਰੇ ਮੈਂ ਤਾਂ ਤੁਹਾਡੇ ਨਾਲ ਹੀ ਰਹਿਣਾ ਦਿਨ ਰਾਤ ਮੈਂ ਤੁਹਾਡੀ ਦਰਸ਼ਨ ਕਰਨੇ ਹਨ ਹਮਨਾ ਤਕੇਲਾ ਕੈਸੇ ਦੇਈ ਗੁਰੂ ਨਾਨਕ ਸਾਹਿਬ ਜੀ ਪਾਏ ਵਰਦਾਨੇ ਨੂੰ ਕਹਿੰਦੇ ਹੱਸ ਕੇ ਕਹਿੰਦੇ ਮੈਂ ਤੁਹਾਨੂੰ ਕਿੱਥੇ ਠੇਕਲਾ ਦਿੰਦਾ ਮੈਂ ਤੈਨੂੰ ਕਿੱਥੇ ਤੱਕਦਾ ਹੈ ਕਿ ਮੈਂ ਤੈਨੂੰ ਆਪਣ ਤੋਂ ਦੂਰ ਨਹੀਂ ਕਰਨਾ ਚਾਹੁੰਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਧਾਮ ਆਪ ਤੈ ਯਾਦ ਕਰੇ ਹਾਂ ਤੂੰ ਤਾਂ ਆਪੇ ਤਾਂ ਆਪਣੇ ਘਰ ਨੂੰ ਯਾਦ ਕਰ ਰਿਹਾ ਸੀ ਹੁਣ ਇਹ ਹਜੇ ਜਾਂ ਤੇ ਤੁਝਾ ਪੁਚਾਵਨ ਹੈ ਤਾਂ ਇਸ ਕਰਕੇ ਮੈਂ ਤਾਂ ਕਹਿੰਦਾ ਸੀ ਵੀ ਜੁਦਾਣਾ ਚਾਹੁੰਦਾ ਮੈਂ ਤੈਨੂੰ ਪੁਚਾ ਦਿੰਦਾ ਮੈਂ ਤੈਨੂੰ ਧੱਕਾ ਨਹੀਂ ਦੇ ਰਿਹਾ ਅਮਰਦਾਨਿਆ ਮੈਂ ਤਾਂ ਤੈਨੂੰ ਰੱਖਣਾ ਚਾਹੁੰਦਾ ਆਪਣੇ ਨਾਲ ਹਾਂਜੀ ਹਮ ਨੈ ਪਾਖਿਓ ਜਾਹੋ ਨਕੇਤਾ ਹਾਂ ਕਹਿੰਦੇ ਮੈਂ ਤਾਂ ਨਹੀਂ ਕਿਹਾ ਵੀ ਜਾ ਆਪਣੇ ਘਰ ਤੂੰ ਕਿਹਾ ਸੀ ਤੂੰ ਯਾਦ ਕੀਤਾ ਮੈਂ ਕਿਹਾ ਤੈਨੂੰ ਪੁਚਾ ਦਿੰਦਾ ਮੈਂ ਤਾਂ ਨਹੀਂ ਕਿਹਾ ਤੂੰ ਤੈਨੂੰ ਮੈਂ ਭੇਜਦਾ ਹਾਂਜੀ ਸੋ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਦੇ ਹਾਸ ਬਿਲਾਸ ਕਰ ਰਹੇ ਹਨ ਭਾਈ ਮਰਦਾਨੇ ਨਾਲ ਦੋਹਰਾ ਹੋਂ ਤੋ ਸੁਭਾਇ ਕਬੂਜਿਓ ਯਾਦ ਨਕੀਨੋ ਧਾਮ ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਂ ਯਾਦ ਨਹੀਂ ਕੀਤਾ ਮੈਂ ਤਾਂ ਹੀ ਪੁੱਛਦਾ ਹੀ ਸੀ ਵੀ ਕਿੰਨਾ ਕੁ ਦੂਰ ਆ ਮੈਂ ਤਾਂ ਮੈਂ ਤਾਂ ਜਿਹੜਾ ਹੈ ਥੋੜਾ ਜਿਹਾ ਜਿਹੜਾ ਹੈ ਮੈਨੂੰ ਪਤਾ ਚਾਹੀਦਾ ਸੀ ਹਾਂਜੀ ਇਸ ਕਰਕੇ ਮੈਂ ਪੁੱਛਿਆ ਹੈ ਮੋਹ ਟੂਟ ਮੋਰਾ ਗयो ਸ੍ਰੀ ਪ੍ਰਭ ਤੋ ਪਦ ਸਾਮ ਮਹਾਰਾਜ ਤੁਹਾਡੀ ਸ਼ਰਨ ਵਿੱਚ ਆ ਕੇ ਨਾ ਮੇਰਾ ਤਾਂ ਮੋਹ ਟੁੱਟ ਗਿਆ ਮੈਨੂੰ ਹੁਣ ਅਟੈਚਮੈਂਟ ਹੈ ਨਹੀਂ ਮਹਾਰਾਜ ਥੋੜੀ ਕਿਰਪਾ ਨਾਲ ਤੁਸੀਂ ਮੇਰਾ ਮੂੰਹ ਤੋੜ ਦਿੱਤਾ ਹੈ ਹੁਣ ਜਦੋਂ ਮੈਂ ਜਾਵਾਂਗਾ ਮਿਲਣਾ ਵਾਂਗਾ ਜੇ ਨਹੀਂ ਜਾਵਾਂਗਾ ਤਾਂ ਫੇਰ ਵੀ ਕੋਈ ਫਰਕ ਨਹੀਂ ਪੈਂਦਾ ਹੁਣ ਚੋਪੇ ਜਿਤ ਕੋ 라ਵਰ ਚਲੋ ਅਗਾਰੇ ਮਹਾਰਾਜ ਜਿੱਥੇ ਵੀ ਤੁਸੀਂ ਅੱਗੇ ਜਾਓਗੇ ਸਹੀਦ ਸਮੇਂ ਜਾਉ ਪਿਛਾਰੇ ਉੱਥੇ ਉਹੀ ਦਿਸ਼ਾ ਵੱਲ ਉਹੀ ਡਾਇਰੈਕਸ਼ਨ ਵੱਲ ਤੁਹਾਡੇ ਪਿੱਛੇ ਪਿੱਛੇ ਮੈਂ ਜਾਵਾਂਗਾ ਆਪਣਾ ਹੈ ਛੋਡਾਂ ਸੰਗ ਤੁਮਾਰਾ ਮਹਾਰਾਜ ਹੁਣ ਨਹੀਂ ਮੈਂ ਤੁਹਾਡਾ ਸੰਗ ਛੱਡਦਾ ਹੁਣ ਤਾਂ ਮੈਂ ਹਮੇਸ਼ਾ ਹੀ ਤੁਹਾਡੇ ਨਾਲ ਹੀ ਰਹਿਣਾ ਹੈ ਭਾਈ ਮਰਦਾਨਾ ਕਹਿੰਦਾ ਤੁਮ ਕਰਨਾ ਤੇ ਸਰਬ ਨਿਹਾਰਾ ਮਹਾਰਾਜ ਤੁਹਾਡੀ ਕਿਰਪਾ ਨਾਲ ਦੇਖੋ ਮਹਾਰਾ ਮੈਂ ਕਿੰਨੇ ਥਾਂ ਦੇਖ ਲੇ ਹਾਂਜੀ ਜੇ ਅੱਜ ਵੀ ਕੋਈ ਕਵੇ ਨਾ ਵੀ ਮੈਂ ਸਾਰੀ ਦੁਨੀਆ ਦੇਖ ਲਈ ਪਰ ਉਹਨਾਂ ਤਾਂ ਨਹੀਂ ਦੇਖ ਸਕਦਾ ਨਾ ਜਿੰਨਾ ਭਾਈ ਬਲਲੇ ਨੇ ਤੇ ਮਰਦਾਨੇ ਨੇ ਦੇਖ ਲਿਆ ਮਹਾਰਾਜ ਨੇ ਸੁਮੇਰ ਦਿਖਾ ਦਿੱਤਾ ਕਿ ਇਥੇ ਧਰੂ ਦਾ ਜਿਹੜਾ ਥਾਂ ਪ੍ਰਹਿਲਾਦ ਦਾ ਥਾਂ ਦਿਖਾ ਦਿੱਤਾ ਦੇਖੋ ਕਿੰਨਾ ਕੁਝ ਦਿਖਾ ਦਿੱਤਾ ਜਿਹੜਾ ਆਮ ਕੋਈ ਵੀ ਨਹੀਂ ਦੇਖ ਸਕਦਾ ਸੋ ਇਸ ਤਰ੍ਹਾਂ ਕਰਕੇ ਮਹਾਰਾਜ ਦੀ ਕਿਰਪਾ ਦੇ ਸਦਕੇ ਕਹਿੰਦੇ ਮਹਾਰਾਜ ਤੂ ਤੁਸੀਂ ਤਾਂ ਮੈਨੂੰ ਇੰਨਾ ਕੁਝ ਦਿਖਾਇਆ ਹੈ ਸੁਨੇ ਖੰਡ ਨੋ ਜੰਬੂ ਦੀਪਾ ਮਹਾਰਾਜ ਹੁଁ ਪੁੱਛਦਾ ਭਾਈ ਫਰਦਾਨਾ ਮਾਰਾ ਮੈਂ ਸੁਣਿਆ ਹੈ ਕਿ ਨੋ ਖੰਡ ਨੇ ਮਤਲਬ ਕਿ ਨੌ ਟੁਕੜੇ ਨੇ ਇਹ ਧਰਤੀ ਦੇ ਜਿਹੜੇ ਨੌ ਖੰਡ ਮੰਨੇ ਗਏ ਨੇ ਜਾਂ ਭਾਰਤ ਦੇ ਵੀ ਨੌ ਖੰਡ ਕਈਆਂ ਨੇ ਲਿਖੇ ਨੇ ਪੁਰਾਤਨ ਜਿਹੜੇ ਹਨ ਉਹ ਕਹਿੰਦੇ ਭਾਰਤ ਲਿਖਦੇ ਸਾਂ ਭਾਰਤ ਖੰਡ ਸੋ ਕਹਿੰਦੇ ਮਹਾਰਾਜ ਮੈਂ ਨੌ ਖੰਡ ਸੁਨੇ ਹਨ ਸੋ ਦਿਖਾਓ ਬੇਦੀ ਕੁਲ ਟੀਕਾ ਮਹਾਰਾਜ ਹੈ ਬੇਦੀ ਕੁਲ ਦੇ ਟੀਕੇ ਬੇਦੀ ਕੁਲ ਦੇ ਜਿਹੜੇ ਸ਼ਿੰਗਾਰ ਹੋ ਤੁਸੀਂ 크라운 ਹੋ ਮਹਾਰਾਜ ਮਾਨੂੰ ਦਿਖਾਓ ਇਹ ਨੌਖੰਡ ਕਿਹ ਹੈ ਬਿਲੋਕਨ ਕੀ ਅਬਿਲਾਖ ਮੰਨੂ ਉਹਨਾਂ ਨੂੰ ਦੇਖਣ ਦੀ ਅਬਲਾਖਾ ਹੈ ਇੱਛਾ ਹੈ ਮੈਂ ਦੇਖਣਾ ਚਾਹੁੰਦਾ ਹਾਂ ਤੁਮ ਸਮਰਾਥ ਪੂਰ ਹੋ ਸਭ ਕਾਂਖਾ ਮਹਾਰਾਜ ਤੁਸੀਂ ਸਮਰਾਥ ਹੋ 올 ਕੇਪेबल ਹੋ ਤੁਹਾਡੇ ਵਿੱਚ ਇਹ ਸਮਰਥਾ ਹੈ ਇਹ ਜਿਹੜਾ ਥੋੜੇ ਵਿੱਚ ਕੈਪੇਬਿਲਿਟੀ ਹੈ ਤੁਹਾਨੂੰ ਦਿਖਾਉਣ ਦੀ ਸੁਨਿਓ ਸ੍ਰੀ ਗੁਰਬੈਨ ਅਲਾਇਓ ਸੋ ਇਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਿਹਰਾ ਕੀਤੀਆਂ ਕਹੇ ਉਹਨਾਂ ਤੋਰੋ ਜਾਤ ਹਟਾਇਓ ਕੈਲਗੇ ਮਰਦਾਨੀਆ ਤੇਰਾ ਕਿ ਹਾਨੀ ਸਾਸੀ ਮੋੜਤੇ ਜਿਵੇਂ ਤੂੰ ਕਵਾਂ ਕਹੇਗਾ ਨਾ ਅਸੀਂ ਉਮੈ ਕਰਨਾ ਹਾਂਜੀ ਸੋ ਤੇਰਾ ਕਿਹਾ ਨਹੀਂ ਮੋੜ ਦੇ ਚੱਲ ਨੌਖੰਡ ਜੇ ਤੂਜੇ ਦਿਖਾਵਾ ਚਲ ਨੌਖੰਡ ਚੱਲ ਫਿਰ ਨੌਖੰਡਾਂ ਨੂੰ ਚਲੀਏ ਮੈਂ ਤੈਨੂੰ ਦਿਖਾਉਣਾ ਸਾਰੇ ਨੌਖੰਡ ਕਰੋ ਸੈਲ ਜੇਤੀ ਮਨ ਭਾਵੇ ਕਰਾਂਗੇ ਸੈਲ ਮਰਦਾਨਿਆ ਤੂੰ ਵੀ ਕਰੀ ਸੈਲ ਜਿੰਨੀ ਮਨ ਨੂੰ ਭਾਵੇ ਜਿੰਨੀ ਤੇਰੀ ਮੰਨ ਦੀ ਖੁਸ਼ੀ ਆ ਤੂੰ ਉਨਾਂ ਜਿਹੜਾ ਹੈ ਜਿਹੜਾ ਹੈ ਟੂ ਜਿਹੜਾ ਟੂਰ ਕਰ ਲਈ ਹਾਂਜੀ ਉਹਨਾਂ ਤੋਂ ਤੁਰ ਫਿਰ ਲਈ ਆਸ ਕਿਹਾ ਗਮਨ ਕਿਉਂ జగ ਨਾ تھا ਇੱਕ ਇਹ ਕਰਕੇ ਸਤਗੁਰੂ ਜੀ ਹੁਣ ਤੁਰ ਪਏ ਹਨ ਜਗਤ ਦੇ नाथ ਜਗਤ ਦੇ ਸਵਾਮੀ ਮੋਜ ਮਰਦਾਨੇ ਕੋ ਲੈ ਸਾਥ ਆਈ ਬਾਲਾ ਕਹਿੰਦਾ ਮੰਨੂ ਤੇ ਮਰਦਾਨੇ ਨੂੰ ਨਾਲ ਲੈ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹਦੇ ਨਾਲ-ਨਾਲ ਜਾਂਦੇ ਹਾਂ ਖੰਡ ਇਲਾਬਰਤ ਜਿਹ ਕੋ ਨਾਮੋ ਪਹਿਲਾ ਖੰਡ ਆਇਆ ਇਲਾਬਰਤ ਇਲਾਪਰਤ ਜਿਹੜਾ ਹੈ ਉਹ ਖੰਡ ਆਇਆ ਕਹਿੰਦੇ ਉੱਥੇ ਅਸੀਂ ਹੁਣ ਪਹੁੰਚੇ ਤੇਹ ਮਹਤੂਰਨ ਗੇ ਸੁਖਤਾ ਮੂ ਕਹਿੰਦੇ ਉੱਥੇ ਜਾਣ ਵਿੱਚ ਬਹੁਤਾ ਚਰ ਨਹੀਂ ਲੱਗਿਆ ਭਾਈ ਬੱਲਾ ਕਹਿੰਦਾ ਬਹੁਤ ਛੇਤੀ ਪਹੁੰਚ ਗਏ ਅਸੀਂ ਕੋਟਕ ਸੇਰ ਹੁਤੋ ਇੱਕ ਥਾਈ ਕਹਿੰਦੇ ਕੋਟਕ ਉੱਥੇ ਕਹਿੰਦੇ ਇੱਕ ਟੋਲਾ ਸੀ ਸ਼ੇਰਾਂ ਦਾ ਤੇ ਕਹਿੰਦੇ ਵੀ ਗਿਣਤੀ ਵਿੱਚ ਕਹਿ ਲਈਏ ਇਹਨਾਂ ਕਹਿੰਦੇ ਕਰੋੜ ਸੀਗੇ ਕਰੋੜ ਮੀਨਸ 10 ਮਿਲੀਅਨ ਲਾਇਨ ਸੀਗੇ ਉਥਾਂ 'ਚ ਸੇ ਉਹ ਥਾਂ ਜਿਹੜਾ ਹੈ ਲਾਇਨ ਨਾਲੇ ਭਰਿਆ ਪਿਆ ਸੀ ਕਹਿੰਦੇ ਪੁੱਥੇ ਕਰੋੜ ਸੀਗੇ ਇੱਕ ਟੋਲਾ ਸੀ ਕਰੋੜਾਂ ਸ਼ੇਰਾਂ ਦਾ ਚਾਏ ਤਹਾ ਬੈਠੇ ਗੋਸਾਈ ਮਹਾਰਾਜ ਜੀ ਉੱਥੇ ਜਾ ਕੇ ਬੈਠ ਗਏ ਜੀ ਮਰਦਾਨੇ ਤੇ ਸ਼ਬਦ ਪੜਾਇਓ ਉੱਥੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਸ਼ਬਦ ਪੜ ਹੋਣਾ ਬਾਣੀ ਆਈ ਹੈ ਉੱਚੇ ਸੁਰ ਸੋਂ ਰਾਗ ਗਵਾਇਓ ਕਹਿੰਦੇ ਉੱਚੇ ਸੁਰ ਵਿੱਚ ਉੱਚੀ ਉੱਚੀ ਜਿਹੜਾ ਹਨ ਕੇਂਦਰਗੇ ਰਾਗਾਂ ਵਿੱਚ ਗੁਰਬਾਣੀ ਪੜੀ ਅਸੀਂ ਸੁਨਿਓ ਸ਼ਬਦ ਜੋ ਸਿੰਘਨ ਜਬ ਹੀ ਕਹਿ ਲਗੇ ਜਦੋਂ ਉਹ ਸ਼ੇਰਾਂ ਨੇ ਇਹ ਸੁਣਿਆ ਸ਼ਬਦ ਦੀ ਆਵਾਜ਼ ਕੀਰਤਨ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ ਸ਼ੇਰਾਂ ਦੇ ਔਰ ਨਿਰਮਲ ਤਨਕੇ ਭੇ ਤਬਹੀ ਦੇਖੋ ਉਹਨਾਂ ਦੇ ਮਨ ਨਿਰਮਲ ਹੋ ਗਏ ਸ਼ੇਰਾਂ ਦੇ ਮਨ ਵੀ ਨਿਰਮਲ ਹੋ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੀਰਤਨ ਕਰ ਰਹੇ ਨੇ ਮਹਾਰਾਜ ਦੀ ਆਵਾਜ਼ ਸੁਣ ਕੇ ਸ਼ੇਰ ਵੀ ਨਿਰਮਲ ਹੋ ਗਏ ਜੀ ਉਹਨਾਂ ਦੇ ਵੀ ਮਨ ਮੈਲ ਲੱਥ ਗਈ ਉਹਨਾਂ ਦੇ ਮਨ ਚੋਂ ਸਾਰੇ ਸਭ ਆਏ ਸੀਸ ਚੁਕਾਏ ਹੋ ਕਹਿੰਦੇ ਅੱਗੇ ਜੀ ਸ਼ੇਰ ਸਾਰੇ ਪੂਰਾ ਟੋਲਾ ਆ ਗਿਆ ਘੇਰ ਲਿਆ ਜੀ ਆ ਕੇ ਕਹਿੰਦੇ ਸਾਨੂੰ ਪਾਈ ਬਾਲਾ ਜੀ ਕਹਿੰਦੇ ਉਹਨਾਂ ਨੇ ਆ ਕੇ ਮੱਥਾ ਟੇਕਿਆ ਸ਼ੇਰਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਬੈਸੇ ਜਬ ਗੁਰਬਚਨ ਅਲਾਇਓ ਕਹਿੰਦੇ ਬੈਸੇ ਜਬ ਕਹਿੰਦੇ ਜਦੋਂ ਸ਼ੇਰ ਬਹਿ ਗਏ ਨਾ ਤਾਂ ਮਹਾਰਾਜ ਨੇ ਉਸ ਵੇਲੇ ਇਹ ਬਚਨ ਕੀਤੇ ਕੋਤਮ ਹੋ ਕਿਉਂ ਕਰ ਚਲ ਆਏ ਦੇਖੋ ਮਹਾਰਾਜ ਨੇ ਪੁੱਛਿਆ ਸ਼ੇਰਾਂ ਨੂੰ ਪੁੱਛਦੇ ਨੇ ਮਹਾਰਾਜ ਕਹਿੰਦੇ ਤੁਸੀਂ ਕੌਣ ਹੋ ਕਹਿੰਦੇ ਕਿਉਂ ਚੱਲ ਆਏ ਕਹਿੰਦੇ ਕਿ ਕਿਉਂ ਤੁਸੀਂ ਇੱਥੇ ਚੱਲ ਕੇ ਆਏ ਹੋ ਦੇਹੋ ਆਪਨੋ ਨਾਮ ਬਤਾਏ ਕਹਿੰਦੇ ਆਪਣਾ ਨਾਮ ਦੱਸੋ ਸ਼ੇਰਾਂ ਨੂੰ ਪੁੱਛਿਆ ਵੀ ਆਪਣਾ ਨਾਮ ਦੱਸੋ ਜੀ ਤੁਹਾਨੂੰ ਤੁਹਾਡਾ ਨਾਂ ਕੀ ਹੈ ਬੋਲਣ ਸਕਤੇ ਦਰਸ ਤੇ ਹੋਏ ਦੇਖੋ ਮਹਾਰਾਜ ਦੇ ਦਰਸ਼ਨ ਕੀਤੇ ਮਹਾਰਾਜ ਦਾ ਹੁਕਮ ਹੋਇਆ ਕਿ ਬੋਲ ਕੇ ਦੱਸੋ ਉਹਨਾਂ ਉਹ ਸ਼ੇਰਾਂ ਵਿੱਚ ਬੋਲਣ ਦੀ ਸ਼ਕਤੀ ਆ ਗਈ ਕਿਉਂਕਿ ਮਹਾਰਾਜ ਦੇ ਦਰਸ਼ਨ ਕਰ ਲਏ ਤੇ ਪਹਿਲਾਂ ਤਾਂ ਕੀਰਤਨ ਸੁਣਿਆ ਮਨ ਨਿਰਮਲ ਹੋ ਗਿਆ ਫਿਰ ਆਕੇ ਮਹਾਰਾਜ ਦੇ ਦਰਸ਼ਨ ਕਰ ਲਏ ਤੀਜੀ ਗੱਲ ਮਹਾਰਾਜ ਨੇ ਹੁਕਮ ਕਰਤਾ ਵੀ ਬੋਲ ਕੇ ਦੱਸੋ ਵੀ ਥੋੜਾ ਨਾ ਕੀ ਆ ਆਏ ਕੀ ਕਰਨੇ ਨੂੰ ਹਾਂ ਤੇ ਉਹ ਬੋਲਣ ਲੱਗੇ ਜੀ ਸ਼ੇਰ ਬੋਲੇ ਹੱਥ ਬੰਦ ਕਰ ਦੋ ਏ ਕਹਿ ਲਗੇ ਉਹ ਸ਼ੇਰ ਵਿਚਾਰੇ ਬੈਠੇ ਬੈਠੇ ਆਪਣੇ ਦੋਮੋ ਹੱਥ ਜੇ ਅੱਗੇ ਕਰਕੇ ਮਹਾਰਾਜ ਨੂੰ ਜਿਹੜਾ ਹੈ ਹੱਥ ਜੁੜ ਕੇ ਬੇਨਤੀ ਕੀਤੀ ਉਹ ਸ਼ੇਰਾਂ ਨੇ ਆਹ ਹੈ ਤਾਮਸੀ ਜੂਨ ਹਮਾਰੇ ਮਹਾਰਾ ਸਾਡੀ ਜੂਨ ਤਾਮਸੀ ਹੈ ਤਾਮਸੀ ਜੂਨ ਹੁੰਦਾ ਹੈ ਜਿਹਦੇ ਵਿੱਚ ਜਾਦੇ ਮਾਸ ਖਾਇਆ ਜਾਵੇ ਤੇ ਜਾਦੇ ਸੌયા ਜਾਵੇ ਜਾਦੇ ਲੇਜੀਪਣਾ ਹੋਵੇ ਤੇ ਖਾ ਕੇ ਸੌਣ ਵਾਲੇੇ ਕਮ ਹੋਵੇ ਉਹਨਾਂ ਤਮਸੀ ਜੂਣ ਕਹਿੰਨੇ ਹਾਂ ਕਹਿੰਨੇ ਮਾਰਾ ਆ ਸਾਡੀ ਸ਼ੇਰਾਂ ਦੀ ਜੂਣ ਇੱਕ ਤਮਸੀ ਜੂਣ ਹੈ ਪਾਈ ਕਰੇ ਜੋ ਪਾਪ ਪਿਛਾਰੇ ਕਹ ਲਗੇ ਅਸੀਂ ਇਹ ਜੂਣ ਕਿਉਂ ਪਾਈ ਕਿਉਂਕਿ ਸਾਡੇ ਪਿਛਲੇ ਕਰਮਾਂ ਦਾ ਫਲ ਹੈ ਅਸੀਂ ਕੋਈ ਜਿਹੜੇ ਹਣ ਪਾਪ ਕੀਤੇ ਆ ਪਿਛਲੇ ਜਨਮਾਂ ਦੇ ਇਸ ਕਰਕੇ ਸਾਨੂੰ ਇਹ ਜੂਣ ਮਿਲੀ ਹੈ ਤੁਮਰੀ ਸ਼ਰਨ ਪਰੇ ਤੇ ਅਭ ਹੀ ਕਹ ਲਗੇ ਹੁਣ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ ਪਾਤਸ਼ਾਹ ਜੀ ਸੋ ਕਲ ਮਾਰ ਨਸਾਂਗੇ ਸਭ ਹੀ ਮਾਰਾ ਸਾਨੂੰ ਇਹ ਵਿਸ਼ਵਾਸ ਹੈ ਜਿਵੇਂ ਸਾਡੇ ਮਨ ਨਿਰਮਲ ਹੋ ਗਏ ਜਿਵੇਂ ਤੁਹਾਡੇ ਦਰਸ਼ਨ ਕਰਕੇ ਜਿਹੜਾ ਹੈ ਸਾਨੂੰ ਜਿਹੜਾ ਅਸੀਂ ਨਿਹਾਲ ਹੋ ਗਏ ਤੇ ਤੀਜੀ ਗੱਲ ਤੁਹਾਡਾ ਬਚਨ ਸੁਣ ਕੇ ਬੋਲਣ ਜੋਗੇ ਹੋ ਗਏ ਤੇ ਮਹਾਰਾਜ ਹੁਣ ਸਾਨੂੰ ਇਹ ਵਿਸ਼ਵਾਸ ਹੈ ਕਿ ਸਾਡੇ ਸਾਰੇ ਹੁਣ ਪਾਪ ਧੋਤੇ ਗਏ ਜਿਹੜੇ ਪਾਪ ਹੈਗੇ ਸੀ ਨਾ ਸਾਰੇ ਮੁੱਕ ਗਏ ਸਾਡੇ ਜਿਹੜੇ ਹੰਤ ਸੰਚਤ ਕਰਨ ਵੀ ਮੁੱਕ ਗਏ ਸਾਡੇ ਜਿਹੜੇ ਪ੍ਰਾਲਬਧ ਹੁਣ ਅਸੀਂ ਪੂਰੀ ਕਰਨੀ ਹੈ ਬਸ ਇੰਨਾ ਕੀ ਕੰਮ ਰਹਿ ਗਿਆ ਸਾਡਾ ਹੁਣ ਇਹ ਤਾਂ ਬੋਝਨ ਗੁਰਗਰਾ ਉਚਾਰੀ ਉਸ ਵੇਲੇ ਗੁਰਨਾਣ ਸਾਹਿਬ ਜੀ ਨੇ ਪੁੱਛਿਆ ਕੀ ਕਿਹਾ ਕਿਉਂ ਕਰ ਹੋਵਤ ਗੁਜਰ ਤੁਮਾਰੀ ਮਾਰਰ ਪੁੱਛਿਆ ਥੋੜਾ ਗੁਜਾਰਾ ਕਿਵੇਂ ਹੁੰਦਾ ਤੁਸੀਂ ਇੱਥੇ ਖਾਂਦੇ ਕੀ ਹੋ ਕੀ ਕਰਦੇ ਹੋ ਤੁਸੀਂ ਸੁਣੋ ਸੰਤ ਬਿਰਤਾਂਤ ਹਮਾਰਾ ਦੇਖੋ ਸ਼ੇਰ ਜਿਹੜੇ ਹਣ ਕਹਿੰਦੇ ਸੰਤ ਜੀ ਸਾਡਾ ਬਿਰਤਾਂਤ ਸੁਣੋ ਦੇਖੋ ਸਾਡਾ ਹਾਲ ਸੁਣੋ ਕਿੰਨਾ ਬੁਰਾ ਹਾਲ ਹੈ ਸਾਡਾ ਇੱਥੇ ਬਹੁਤ ਦਿਨ ਬੀਤ ਹੈ ਬਿਨਾਂ ਆਹਾਰਾ ਦੇਖੋ ਇੱਥੇ ਜਿਹੜਾ ਹੈ ਕੋਈ ਖਾਣਾ ਨਹੀਂ ਸਾਡਾ ਸਾਡੇ ਵਾਸਤੇ ਕੋਈ ਖਾਣਾ ਨਹੀਂ ਰਿਹਾ ਕਿਉਂਕਿ 100 ਜੋਜਨ ਇਸ ਬਨ ਕੇ ਮਾਹੀ ਕਹਿੰਦੇ 100 ਜੋਜਨ 100 ਜੋਜਨ ਹੁੰਦਾ ਜੇ 1 ਜੋਜਨ ਵੀ 10 ਕਿਲੋਮੀਟਰ ਦਾ ਲੈ ਲਓ ਤਾਂ 100 ਜੋਜਨ 1000 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਸਾਰਾ ਜਿੰਨਾ ਵੀ ਜੰਗਲ ਹੈ ਖਾਏ ਪਸੂ ਰਹਿਓ ਅਬ ਨਾਹੀਂ ਅਸੀਂ ਸਾਰੇ ਪਸੂ ਖਾ ਲਏ ਸਾਰੇ ਪਸੂ ਮੁੱਕ ਗਏ ਜਾਨਵਰ ਮੁੱਕ ਗਏ ਉੱਥੇ ਕੋਈ ਜਾਨਵਰ ਵੀ ਨਹੀਂ ਰਿਹਾ ਹੁਣ ਜੰਗਲ ਦੇ ਵਿੱਚ ਸ਼ੇਰੇ ਸ਼ੇਤਰੇ ਫਰਦੇ ਆ ਸਾਰੇ ਹੁਣ ਦੇ ਹੁਣ ਕੀ ਖਾਣ ਸਾਰਾ ਖਾਣਾ ਮੁਕਾ ਲਿਆ ਜੀ ਉਹਨਾਂ ਨੇ ਅਬ ਹਮ ਵਿਚ ਜਾਣ ਉਗਲਾਵਾਂ ਦੇਖੋ ਕਹਿੰਦੇ ਹੁਣ ਅਸੀਂ ਕਰਦੇ ਕੀ ਆ ਅਸੀਂ ਜਿਉਣਾ ਤਾਂ ਹੈਗਾ ਹੀ ਆ ਸਾਡੇ ਸ਼ੇਰਾਂ ਦੇ ਵਿੱਚੋਂ ਜੋ ਵੀ ਕੋਈ ਇੱਕ ਸ਼ੇਰ ਨਾ ਵਿਚਾਰਾ ਜੇ ਕਿਤੇ ਸੌਂ ਜਾਵੇ ਤੇ ਕੋ ਤਦ ਸਭ ਮਿਲ ਖਾਵੇ ਉਹਨੂੰ ਅਸੀਂ ਮਿਲ ਕੇ ਸਾਰੇ ਖਾ ਜਾਂਦੇ ਆ ਅਸੀਂ ਸ਼ੇਰ ਸ਼ੇਰਾਂ ਨੂੰ ਹੀ ਖਾ ਜਾਂਦੇ ਆ ਕਿਉਂਕਿ ਸਰਵਾਈਵ ਹੋਣਾ ਹੈ ਮਹਾਰਾਜ ਕੀ ਕਰੀਏ ਕੋਈ ਹੋ ਰਿਆ ਨਹੀਂ ਇਸ ਕਰਕੇ ਕਹਿੰਦੇ ਜਿਹੜਾ ਸ਼ੇਰ ਵਿਚਾਰਾ ਜਿਹਨੂੰ ਉਨੀਂ ਦੀ ਆਉਂਦੀ ਹੋਵੇ ਉਹ ਸੌਂ ਗਿਆ ਸਮਝ ਲਓ ਮਰ ਗਿਆ ਹਾਂਜੀ ਜਾਗ ਤੇ ਰਹਿ ਸਦਾ ਹਮ ਠਾਡੇ ਇਸ ਕਰਕੇ ਮਹਾਰਾਜ ਅਸੀਂ ਖੜੇ ਹੋ ਕੇ ਅਸੀਂ ਜਾਗਦੇ ਹੀ ਰਹਿੰਦੇ ਆ ਵੀ ਅਸੀਂ ਸੌઈએ ਨਾ ਜੇ ਸੌਂਗੇ ਤਾਂ ਖਾਦੇ ਜਾਣੇ ਹਾਂਜੀ ਇਸ ਕਰਕੇ ਕਹਿੰਦੇ ਅਸੀਂ ਬਹੁਤ ਚੁਸਤੇ ਰਹਿਨੇ ਆ ਚੁਸਤ ਰਹਿ ਕੇ ਅਸੀਂ ਅਦਰ ਉਦਰ ਦੇਖਦੇ ਰਹਿੰਦੇ ਆ ਵੀ ਸਾਨੂੰ ਕੋਈ ਖਾ ਨਾ ਜਾਵੇ ਹਾਂਜੀ ਕਰ ਹੈ ਪਰਸ ਪਰ ਪੈ ਹੋਇਆ ਗਾਡੇ ਹਾਂ ਕਹਿ ਲੀਕੀ ਦੇਖੋ ਅਸੀਂ ਇੱਕ ਦੂਜੇ ਤੇ ਟਰਸਟ ਨਹੀਂ ਕਰ ਸਕਦੇ ਪਤਾ ਨਹੀਂ ਕਿਨੇ ਸਾਨੂੰ ਖਾ ਜਾਣਾ ਹੈ ਕਹਿੰਦੀ ਕੋਲੇ ਖੜਾ ਵੀ ਉਹ ਭੁੱਖਾ ਹੋਣਾ ਵਿਚਾਰਾ ਅਣੀ ਸੋ ਇਸ ਕਰਕੇ ਕਹਿੰਦੇ ਨਾ ਅਸੀਂ ਕਿਸੇ ਤੇ ਦਬਾਰ ਕਰ ਸਕਦੇ ਹਾਂ ਨਾ ਕਿਸੇ ਤੇ ਜਿਹੜਾ ਹਨ ਕੋਈ ਭਰੋਸਾ ਰੱਖ ਸਕਦੇ ਹਾਂ ਮਾਰਾ ਸਾਨੂੰ ਡਰ ਹੀ ਰਹਿੰਦਾ ਇਸ ਕਰਕੇ ਅਸੀਂ ਜਾਗਦੇ ਹੀ ਰਹਨੇ ਹਾਂ ਤਿੰਨ ਰਾਤ ਮਨ ਨਿਰਮਲ ਪਾਦਰਸ ਤੁਮਾਰੇ ਪਰ ਮਾਰਾ ਥੋੜੇ ਦਰਸ਼ਨ ਕਰਕੇ ਸਾਡਾ ਮਨ ਨਿਰਮਲ ਹੋ ਗਿਆ ਹੁਣ ਸੁਭਗਤ ਕਰ ਹੋਏ ਗੁਰੂ ਹਮਾਰੇ ਮਾਰਾ ਸਾਡੀ ਗਤੀ ਕਰ ਦੋ ਸਾਡੀ ਮੁਕਤੀ ਕਰ ਦਿਓ ਪਾਤਸ਼ਾਹ ਜੀ ਤੁਸੀਂ ਆਏ ਤਾਂ ਹੈਗੇ ਹੋ ਸ੍ਰੀਤ ਬਿਨਾ ਕਹਿਬਾਨੀ ਨੋਨੀ ਕਹਿ ਲਗੇ ਇਹ ਸੁੰਦਰ ਬਾਣੀ ਉਹਨਾਂ ਦੇ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਿਹਰਾਂ ਕੀਤੀਆਂ ਕਿਰਪਾ ਕੀਤੀ ਤੁਮ ਕੋ ਦੇਵ ਹੈ ਮਾਨੁਖ ਜੋਨੀ ਮਹਾਰਾਜ ਕਹਿੰਦੇ ਤੁਹਾਨੂੰ ਮਨੁੱਖਾ ਦੇ ਦੇਵਾਂਗੇ ਤੁਹਾਨੂੰ ਹੁਣ ਇਹ ਜਨਮ ਤੋਂ ਬਾਅਦ ਤੁਹਾਨੂੰ ਮਨੁੱਖਾ ਦੇ ਦੇਵਾਂਗੇ ਤੁਹਾਨੂੰ ਇਨਸਾਨਾਂ ਦੀ ਤੁਹਾਨੂੰ ਜਿਹੜਾ ਹਿਊਮਨ ਬਰਥ ਦੇਵਾਂਗੇ ਇਸ ਤੋਂ ਬਾਅਦ ਅਬ ਸਿੱਖੀ ਗੁਰ ਕੀ ਜ ਕਮਾਓ ਕਹਿ ਲਗੇ ਜੇ ਤੁਸੀਂ ਮਨੁੱਖਾ ਦੇ ਪਾ ਕੇ ਸਿੱਖੀ ਨੂੰ ਕਮਾਉਂਗੇ ਤੁਸੀਂ ਸਿੱਖ ਬਣੋਗੇ ਸਿੱਖੀ ਨੂੰ ਕਮਾਉਗੇ ਗੁਰੂ ਦਾ ਉਪਦੇਸ਼ ਗੁਰੂ ਦਾ ਹੁਕਮ ਮੰਨੋਗੇ ਬਿਨਾਂ ਸੰਦੇਹ ਕੇਵਲ ਤੁਮ ਪਾਵੋ ਹਾਂ ਤੁਸੀਂ ਕੇਵਲ ਮੁਕਤੀ ਨੂੰ ਪਾਹੋਗੇ ਤੁਹਾਨੂੰ ਕੇਵਲ ਮੁਕਤੀ ਦੀ ਪ੍ਰਾਪਤੀ ਹੋਵੇਗੀ ਜਿਹੜੀ ਕਿ ਪਰਮਾਤਮਾ ਨਾਲ ਇਕਮਿਕ ਹੋਣਾ ਉਹਨੂੰ ਕੇਵਲ ਮੁਕਤੀ ਕਹਿੰਦੇ ਹਾਂ ਤੋ ਤੁਹਾਨੂੰ ਕੇਵਲ ਮੁਕਤੀ ਦਵਾਂਗੇ ਸਿੰਘ ਜੂਨ ਤੁਮਰੇ ਛੋਟਾ ਜ ਹੈ ਹੁਣ ਤੁਹਾਡੀ ਸਿੰਘ ਜੂਨ ਜਿਹੜੀ ਸ਼ੇਰਾਂ ਦੀ ਜੂਨ ਬਹੁ ਸ਼ਤੀ ਮੁਕ ਜਾਣੀ ਹੈ ਮਨੁੱਖ ਜੋਨੀ ਪ੍ਰਾਪਤ ਹੋਇਆ ਹੈ ਹੁਣ ਤੁਸੀਂ ਮਨੁੱਖਾ ਦੇ ਤੁਹਾਨੂੰ ਪ੍ਰਾਪਤ ਹੋਵੇਗੀ ਸ਼ਬਦ ਅਭਿਆਸ ਕਰੋਗੇ ਜਦੋਂ ਤੁਸੀਂ ਸ਼ਬਦ ਦਾ ਅਭਿਆਸ ਕਰੋਗੇ ਮਨੁੱਖਾ ਦੇ ਵਿੱਚ ਆ ਕੇ ਜੋ ਗੁਰੂ ਦਾ ਹੁਕਮ ਮੰਨੂਗੇ ਤਾਂ ਜਦੋਂ ਗੁਰਬਾਣੀ ਤੁਸੀਂ ਪੜੋਗੇ ਤਨ ਹੰਤਾ ਛੁੱਟ ਹੋਏ ਗਤ ਤਬ ਹੀ ਹਾਂ ਉਸ ਵੇਲੇ ਤੁਹਾਡੀ ਤਨ ਦੀ ਹੰਤਾ ਤਨ ਦਾ ਧਨ ਦੀ ਹਉਮੈ ਜਿਹੜੀ ਸਰੀਰ ਦੀ ਜਿਹੜੀ ਹਉਮੈ ਆ ਉਹ ਛੁੱਟ ਜਾਏਗੀ ਤੇ ਫਿਰ ਤੁਹਾਡੀ ਗਤੀ ਤੁਹਾਡੀ ਮੁਕਤੀ ਹੋ ਜਾਏਗੀ ਹਸ ਕਹ ਬੇਦਾ ਹੋਏ ਜਗ ਸਾਈ ਇਸ ਤਰ੍ਹਾਂ ਮਹਾਰਾਜ ਨੇ ਬਚਨ ਕਰਕੇ ਨਾ ਸ਼ੇਰਾਂ ਦੇ ਮਨ ਨਿਰਮਲ ਕਰ ਦਿੱਤੇ ਹੁਣ ਦੇਖੋ ਸ਼ੇਰਾਂ ਦੀ ਜਿਹੜੀ ਮਾਸ ਖਾਣ ਦੀ ਬਿਰਤੀ ਸੀ ਨਾ ਉਹ ਵੀ ਮਹਾਰਾਜ ਨੇ ਖਤਮ ਕਰ ਦਿੱਤੀ ਹੁਣ ਉਹਨਾਂ ਦੇ ਅੰਦਰੋਂ ਰੂਚੀ ਜਿਹੜੀ ਮਾਸ ਖਾਣ ਦੀ ਸੀ ਉਹ ਮੁਕਾਈ ਦਿੱਤੀ ਸਤਿਗੁਰਾਂ ਨੇ ਉਹ ਨਹੀਂ ਰਹੀ ਉਹਨਾਂ ਨਾਲ ਦੇ ਵਿੱਚ ਮਹਾਰਾਜ ਨੇ ਨਿਹਾਲ ਕਰਤਾ ਉਹਨਾਂ ਨੂੰ ਨੇ ਹਾਲ ਕਰਕੇ ਸਤਗੁਰਾਂ ਨੇ ਉੱਥੋਂ ਮਹਾਰਾਜੀ ਅੱਗੇ ਜਗਦੇ ਸਾਈਂ ਤੁਰਪੇ ਹਨ ਕਮਨੇ ਨਗਰ ਹੁਤੋ ਜਹ ਥਾਈ ਉਹ ਇੱਕ ਨਗਰ ਸੀ ਉਹ ਥਾਂ ਦੇ ਵਿੱਚ ਇੱਕ ਨਗਰ ਇੱਕ ਪਿੰਡ ਵਸਿਆ ਹੋਇਆ ਸੀ ਵਸੇ ਵਹਿਰ ਸਮੀਪ ਸੁਪੁਰਕੇ ਕਹਿੰਦੇ ਵਹਿਰ ਉਹ ਵੀ ਡਰਦੇ ਸ਼ੇਰਾਂ ਤੋਂ ਉਹ ਵੀ ਜਿਹੜਾ ਹੈ ਜੰਗਲ ਤੋਂ ਬਾਹਰ ਇੱਕ ਪਹਾੜੀ ਤੇ ਜਿਹੜਾ ਹੈ ਉਹਨਾਂ ਨੇ ਆਪਣਾ ਜਿਹੜਾ ਹੈ ਪਿੰਡ ਬਣਾ ਲਿਆ ਸੀ ਉਹ ਵੀ ਨਹੀਂ ਰਹਿੰਦੇ ਸੀ ਉਹ ਜੰਗਲ ਦੇ ਵਿੱਚ ਨਰ ਆਏ ਦਰਸ਼ਨ ਹਿਤ ਗੁਰ ਕੇ ਸੋ ਉਸ ਵੇਲੇ ਜੋ ਮਹਾਰਾਜੀ ਉਹਨਾਂ ਦੇ ਨਗਰ ਪਹੁੰਚੇ ਉੱਥੇ ਇੱਕ ਮਨੁੱਖ ਆਇਆ ਮਹਾਰਾਜ ਉਹਨਾਂ ਨੇ ਆਕੇ ਇੱਕ ਮਨੁੱਖ ਨੇ ਸਤਗੁਰਾਂ ਨੂੰ ਭਾਈ ਮਰਦਾਨੇ ਤੇ ਭਾਈ ਬਾਲੇ ਨੂੰ ਦੇਖਿਆ ਬੈਠੇ ਆ ਕਹਿਣ ਲੱਗੇ ਤੂੰ ਕਹਿਬਦ ਆਏ ਉਹਨੇ ਪੁੱਛਿਆ ਮਨੁੱਖ ਨੇ ਕਿ ਤੁਸੀਂ ਕੀ ਕਰਨ ਆਏ ਹੋ ਇੱਥੇ ਕਿਨਹੂ ਸਿੰਘ ਨਾ ਮਗ ਮਹ ਖਾਏ ਤੁਹਾਨੂੰ ਸ਼ੇਰਾਂ ਨੇ ਨਹੀਂ ਖਾਦਾ ਤੁਸੀਂ ਸ਼ੇਰਾਂ ਤੋਂ ਕਿਵੇਂ ਬਚ ਕੇ ਆ ਗਏ ਉੱਥੇ ਤਾਂ ਇਨੇ ਸ਼ੇਰ ਫਿਰਦੇ ਹਨ ਕਹਿੰਦੇ ਤੁਹਾਨੂੰ ਕੋਈ ਸ਼ੇਰਾਂ ਨੇ ਨਹੀਂ ਖਾਦਾ ਹੈਗਾ ਕਿ ਕਿਵੇਂ ਤੁਸੀਂ ਜਿਹੜਾ ਅਸੀਂ ਠੀਕ ਠਾਕ ਪਹੁੰਚ ਗਏ ਇੱਥੇ 100 ਜੋਜਨ ਲਾਹ ਪਾਸੇ ਨਾ ਰੱਖੋ ਕਹਿ ਲਗੇ ਦੇਖੋ 100 ਜੋਜਨ ਤੱਕ ਇੰਨਾ ਇਲਾਕਾ ਸਾਰਾ ਜਿਹੜਾ ਹੈ ਉਹ ਖਾਗੇ ਹਨ ਕੋਈ ਜਾਨਵਰ ਨਹੀਂ ਉਹਨਾਂ ਨੇ ਛੱਡਿਆ ਸ਼ੇ ਰਾਣੇ ਛੋਡੇ ਕੱਚ ਨਾ ਖਾਏ ਗਏ ਸੋ ਹਾਂ ਕਹਣ ਲਗੇ ਛੱਡਿਆ ਨਹੀਂ ਕੱਖ ਵੀ ਸਾਰੇ ਜਾਨਵਰੀ ਖਾ ਗਏ ਹੋ ਹਮਨੇ ਨਗਰ ਪਾਇ ਗਿਰ ਉਪਰ ਇਸ ਕਰਕੇ ਅਸੀਂ ਵੀ ਆਪਣਾ ਜਿਹੜਾ ਨਗਰ ਹੈ ਇਹ ਪਹਾੜੀ ਦੇ ਐਨ ਉੱਤੇ ਪਾਇਆ ਹੋਇਆ ਹੈ ਰਹਿਤ ਸੁਜਾਗ ਹੋਇਆ ਤੋਪਨੇ ਕਿਉ ਧਰ ਹਾਂ ਕਹਣ ਲਗੇ ਅਸੀਂ ਹਮੇਸ਼ਾ ਸਾਡੇ ਵਿੱਚੋਂ ਸੁਚੇਤ ਰਹਿੰਦੇ ਨੇ ਸਾਡੇ ਵਿੱਚੋਂ ਵਾਰੀ ਵਾਰੀ ਅਸੀਂ ਗੱਟ ਕਰਦੇ ਹਾਂ ਇੱਥੇ ਖੜ ਕੇ ਪੈਰੀਮੀਟਰ ਸਾਰਾ ਸਾਡਾ ਘਟ ਕਰਕੇ ਅਸੀਂ ਕੈਨਨ ਲਾਈਆਂ ਹੋਈਆਂ ਹਨ ਇੱਥੇ ਜੇ ਸ਼ੇਰ ਆਗੇ ਅਸੀਂ ਕੈਨਨ ਮਾਰਦੇ ਹਾਂ ਤੋਪਾਂ ਮਾਰਦੇ ਹਾਂ ਉਹਨਾਂ ਨੂੰ ਭਜਾਉਣ ਵਾਸਤੇ ਜਦ ਆਵ ਹੈ ਛੋੜ ਹੈ ਇੱਕ ਬਾਰ ਹਾਂ ਕਹਿ ਲੱਗੇ ਜਦੋਂ ਆ ਜਾਂਦੇ ਆ ਨੇੜੇ ਕਿਉਂਕਿ ਉਹ ਹੈ ਵੀ ਕਿੰਨੇ 10 ਮਿਲੀਅਨ ਤਾਂ ਉਹਨਾਂ ਦੀ ਗਿਣਤੀ ਹੈ ਕਹਿੰਦੇ ਜੋ ਝੁੰਡ ਚੜ ਕੇ ਆਉਂਦਾ ਨਾ ਅਸੀਂ ਫਿਰ ਤੋਪ ਚਲਾ ਦਿੰਦੇ ਉਹਨਾਂ ਦੇ ਉੱਤੇ ਫਿਰ ਉਹ ਭੱਜ ਜਾਂਦੇ ਹਨ ਡਰ ਕੇ ਤਿੰਨ ਕੋ ਮੋਰ ਹੈ ਗੋਲਿਆਂ ਨਾਲ ਮਾਰੇ ਹਾਂ ਕਹਿੰਦੇ ਉਹ ਮੋਰ ਦਿੰਦੇ ਉਹਨਾਂ ਨੂੰ ਗੋਲੇ ਮਾਰ ਕੇ ਗੁਰੂ ਕਹੈ ਹਮ ਗਏ ਤਿੰਨ ਪਾਸਾ ਮਹਾਰਾਜ ਕਹਿੰਦੇ ਹਾਂ ਜੀ ਅਸੀਂ ਗਏ ਸੀ ਉਹਨਾਂ ਕੋਲ ਅਸੀਂ ਸ਼ੇਰਾਂ ਨੂੰ ਮਿਲੇ ਹਾਂ ਸੋ ਹਿੰਸਾ ਤੇ ਭਏ ਨਿਰਾਸਾ ਮਹਾਰਾਜ ਕਹਿੰਦੇ ਕੋਈ ਨਹੀਂ ਹੁਣ ਨਾ ਤੁਸੀਂ ਡਰਿਓ ਹੁਣ ਉਹ ਅਹਿੰਸਾ ਹੋ ਗਏ ਉਹਨਾਂ ਚੋਂ ਹਿੰਸਾ ਮੁੱਕ ਗਈ ਹੁਣ ਉਹਨਾਂ ਦੀ ਮਾਸ ਖਾਣ ਦੀ ਇੱਛਾ ਹੀ ਮੁੱਕ ਗਈ ਕਿਉਂਕਿ ਮਨ ਨਿਰਮਲ ਹੋ ਗਿਆ ਹੁਣ ਨੀ ਉਹ ਮਾਸ ਖਾਣਗੇ ਕਹਿੰਦੇ ਹੁਣ ਤਾਂ ਤੁਸੀਂ ਉਹਨਾਂ ਨੂੰ ਪਿੰਡ ਵਿੱਚ ਲਿਆਓ ਉਹਨਾਂ ਤਾਂ ਤਾਂ ਨਹੀਂ ਤੁਹਾਨੂੰ ਖਾਣਾ ਹੁਣ ਕਹਿੰਦੇ ਉਹ ਹੁਣ ਵੈਜੀਟੇਰੀਅਨ ਹੋ ਗਏ ਜੀ ਸਾਰੇ ਸ਼ੇਰ ਹੋ ਗਏ ਜੀ ਵੈਜੀਟੇਰੀਅਨ ਉਹਨਾਂ ਦੇ ਮਨ ਤੋਂ ਉਹ ਇੱਛਾ ਹੀ ਨਿਕਲ ਗਈ ਜੀ ਹੁਣ ਦੇਖੋ ਮਹਾਰਾਜ ਦੀ ਕਿਰਪਾ ਹੈ ਮਾਰਾ ਨੇ ਸ਼ੇਰਾਂ ਤੋਂ ਵੀ ਮਾਸ ਛਡਾਤਾ ਜੀ ਐਸੇ ਹਨ ਸਤਿਗੁਰੂ ਜੀ ਦੂਜੀ ਗੱਲ ਦੇਖੋ ਇਹ ਵੀ ਇੱਕ ਸਬੂਤ ਹੈ ਕਹਿੰਦੇ ਜਿਹੜੇ ਆ ਸ਼ੇਰ ਹਨ ਬਹੁਤ ਘਟ ਗਏ ਹਨ ਇੰਡੀਆ ਦੇ ਵਿੱਚ ਹਾਂਜੀ ਦੇਖੋ ਮਹਾਰਾ ਨੇ ਮੁਕਤ ਕਰਤੇ ਹੁਣ ਕਿਹੜਾ ਰਹਿਣਾ ਸੀ ਉੱਥੇ ਹਾਂਜੀ ਸੋ ਤਾਂ ਹੀ ਤਾਂ ਜਿਹੜੇ ਬਹੁਤ ਸਾਰੇ ਘਟ ਗਏ ਹਨ ਹਮ ਸਭ ਹੀ ਕੋ ਸਿੱਖ ਕਰ ਆਏ ਕਹਿ ਲਗੇ ਮੈਂ ਸਾਰੇ ਸ਼ੇਰਾਂ ਨੂੰ ਸਿੱਖ ਬਣਾ ਕੇ ਆਇਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੁਣ ਉਹ ਸਿੱਖ ਹੋ ਗਏ ਨੇ ਉਹ ਸੇਵਾ ਜ਼ਰੂਰ ਕਰਨਗੇ ਹੁਣ ਤੁਹਾਡਾ ਨੁਕਸਾਨ ਨਹੀਂ ਉਹ ਕਿਤੇ ਵੀ ਕਰਨਗੇ ਕਿਤੇ ਕਾਲਮ ਹੈ ਸਭ ਮਰ ਜਾਏ ਕਹਿੰਦੇ ਕੁਝ ਕਿਸਮਾ ਹੈ ਉਹਨਾਂ ਦਾ ਜਿਹੜਾ ਜੀਵਨ ਹੈ ਉਹਨਾਂ ਦੀ ਲਾਈਫ ਛੋਟੀ ਰਹਿ ਗਈ ਹੈ ਉਹਨਾਂ ਨੇ ਵਾਰੀ ਵਾਰੀ ਕਰਕੇ ਸਾਰਿਆਂ ਨੇ ਮਰ ਜਾਣਾ ਹੁਣ ਕੈ ਨਰ ਸੁਣ ਕਰ ਇਹ ਵਗਾਥਾ ਸੋ ਪੁਰਕੇ ਨਰ ਉਹ ਜਿਹੜਾ ਹੈ ਉਹ ਸਾਰੇ ਜਿਹੜਾ ਹਨ ਉਹ ਬੰਦਾ ਜਿਹੜਾ ਸੁਣ ਕੇ ਗਿਆ ਉਹਨੇ ਜਾ ਕੇ ਸਾਰੇ ਆਪਣੇ ਜਿਹੜਾ ਪਿੰਡ ਦੇ ਲੋਕਾਂ ਨੂੰ ਜਾ ਕੇ ਦੱਸ ਦਿੱਤਾ ਜੀ ਐਸਾ ਸਾਧ ਆਇਆ ਹੈ ਜਿਨੇ ਜਿਹੜੇ ਹਨ ਸਾਰੇ ਸ਼ੇਰਾਂ ਨੂੰ ਵੀ ਵੈਜੀਟੇਰੀਅਨ ਬਣਾਤਾ ਹੁਣ ਉਹਨਾਂ ਨੇ ਜਿਹੜੀ ਹੈ ਕਹਿੰਦੇ ਦੇਖੋ ਸਾਡਾ ਸੁਧਾਰ ਕਰਤਾ ਜਿਹੜੀ ਗੱਲ ਦਾ ਸਾਨੂੰ ਡਰ ਸੀ ਉਹ ਡਰ ਇਹ ਦੂਰ ਕਰਤਾ ਪੁਰਕੇ ਚਰਨ ਤੇ ਰਹਿ ਨਜ ਮਾਥਾ ਕਹ ਲਗੇ ਆ ਕੇ ਜਿਹੜੇ ਹਨ ਉਹ ਤਾਂ ਪਹਿਲਾਂ ਉਹਨੇ ਧਰਿਆ ਮੱਥਾ ਮਹਾਰਾਜ ਦੇ ਚਰਨਾਂ ਤੇ ਫਿਰ ਜਿਹੜੇ ਹਣ ਗੁਰਕੇ ਚਰਨ ਤੇ ਰਹਿਨੇ ਜ ਮਾਥਾ ਉਹਨਾਂ ਨੇ ਆਪਣਾ ਮੱਥਾ ਕੇ ਗੁਰੂ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਣਾ ਤੇ ਤਰਿਆ ਕਹੈ ਸੋ ਤੈਨ ਕੋ ਦੁੱਖ ਥੋ ਭਾਰੀ ਕਹਿੰਦੇ ਮਹਾਰਾਜ ਸਾਨੂੰ ਉਹ ਸ਼ੇਰਾਂ ਦਾ ਬੜਾ ਦੁੱਖ ਸੀਗਾ ਹੁਣ ਤੱਕ ਸੋ ਰਾਵਰ ਕੀਨੋ ਨਿਰਵਾਰੀ ਮਹਾਰਾ ਤੁਸੀਂ ਉਹ ਦੂਰ ਕਰਤਾ ਸਾਡੇ ਵਾਸਤੇ ਤੁਸੀਂ ਉਹ ਜਿਹੜਾ ਸਭ ਤੋਂ ਵੱਡਾ ਦੁੱਖ ਸੀਗਾ ਸਾਡਾ ਉਹ ਹੀ ਤੁਸੀਂ ਜਿਹੜਾ ਦੂਰ ਕਰਤਾ ਪੂਰਨ ਸੰਤ ਕਲਾਤ ਅਰ ਪੂਰੀ ਮਹਾਰਾਜ ਤੁਸੀਂ ਪੂਰਨ ਸ਼ਕਤੀ ਵਾਲੇ ਤੇ ਪੂਰਨ ਸੰਤ ਹੋ ਤੁਸੀਂ ਆਪ ਘਰਿਓ ਹਮਾਰੋ ਪੈ ਬੜ ਦੂਰੀ ਤੁਸੀਂ ਸਾਡੇ ਕਈ ਤੁਬ ਗੈਰੇ ਜਿਹੜਾ ਹੈ ਸਾਡਾ ਸਭ ਤੋਂ ਵੱਡਾ ਦੁੱਖ ਤੁਸੀਂ ਦੂਰ ਕਰਤਾ ਇਹ ਉਪਦੇਸ਼ ਸਿੱਖ ਸਭ ਹੋਏ ਕਹਿਣ ਲਗੇ ਕਹਿੰਦੇ ਇਸ ਕਰਕੇ ਕਹਿੰਦੇ ਲੈ ਉਪਦੇਸ਼ ਮਹਾਰਾਜ ਜਿਹੜਾ ਹਨ ਲੈ ਲੈ ਉਪਦੇਸ਼ ਅਸੀਂ ਤੁਹਾਡਾ ਉਪਦੇਸ਼ ਉਸ ਵੇਲੇ ਜਿਹੜਾ ਹੈ ਜਦੋਂ ਐਸੀ ਉਹਨਾਂ ਨੇ ਕਾਮਨਾ ਕੀਤੀ ਨਾ ਤਾਂ ਫਿਕਰ ਕੀ ਹੋਇਆ ਕਹਿੰਦੇ ਲੇ ਉਪਦੇਸ਼ ਸਾਰਿਆਂ ਨੇ ਉਪਦੇਸ਼ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਲੈ ਕੇ ਉਹ ਸਿੱਖ ਬਣੇ ਸਾਰੇ ਸਿੱਖ ਬਣ ਗਏ ਜੀ ਉਹ ਨਗਰ ਦੇ ਬਾਹੁਲ ਲਏ ਗੁਰੂ ਪਗਤੋ へ ਉਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਧੋ ਕੇ ਤੇ ਉਸ ਚਰਨਪਾਲ ਨੂੰ ਸ਼ੱਕ ਕਰਕੇ ਉਹ ਸਿੱਖ ਬਣੇ ਦਿੱਤੇ ਕਾਲਤ ਹੈ ਕੀ ਨ ਬਸੇਰਾ ਮਹਾਰਾ ਨੇ ਕੁਝ ਸਮੇਂ ਤੱਕ ਉੱਥੇ ਰਹੇ ਪਰ ਥਾਨ ਗਮਣੇ ਬਿਨ ਦੇਰਾ ਫਿਰ ਮਹਾਰਾਜ ਉੱਥੋਂ ਫਿਰ ਅੱਗੇ ਗਏ ਪਹੁੰਚੇ ਹਿਰਨਖੰਡ ਮੈਂ ਜਾਏ ਹੁਣ ਦੂਜੇ ਖੰਡ ਵਿੱਚ ਪਹੁੰਚ ਗਏ ਜਿਹਨੂੰ ਹਿਰਨਖੰਡ ਕਹਿੰਦੇ ਹਾਂ ਜਹ ਕੰਚਨ ਤਰਨ ਸਭ ਥਾਈ ਹੁਣ ਇਹ ਥਾਂ ਜਿਹੜਾ ਹੈ ਤਵਾਰੀ ਗੁਰਖਾਲਸਾ ਜਿਹੜੀ ਆ ਉਹ ਕਹਿੰਦੀ ਹੈ ਨਪਾਲ ਦੇ ਏਰੀਆ ਵਿੱਚ ਹੈ ਲਲਤਾ ਪੱਟੀ ਸੋ ਇਹ ਥਾਂ ਜਿਹੜਾ ਹੈ ਤੇ ਇੱਥੋਂ ਕਹਿੰਦੇ ਫੇ ਮਹਾਰਾਜ ਸਿੱਕਿਮ ਵੱਲ ਗਏ ਹਨ ਸੋ ਉਹਨਾਂ ਦਾ ਇਹ ਖਿਆਲ ਹੈ ਪਰ ਇਹ ਜਿਹੜਾ ਇਹਦਾ ਨਾਂ ਸੀ ਹਿਰਨ ਜਿਹੜਾ ਹੈ ਹਿਰਨਖੰਡ ਸੋ ਇਹ ਹਿਰਨਖੰਡ ਜਿਹੜਾ ਹੈ ਜਹ ਕੰਚਨ ਇਹਦੀ ਧਰਤੀ ਜਿਹੜੀ ਹੈ ਕਹਿੰਦੇ ਕੰਚਨ ਵਰਗੀ ਹੈ ਮਤਲਬ ਇਹਦੀ ਧਰਤੀ ਜਿਹੜੀ ਹੈ ਇਹ ਜਿਹੜਾ ਗੋਲ ਕੱਲੇ ਦੀ ਹੈ ਜਿਵੇਂ ਗੋਲ ਕੱਲੇ ਹੁੰਦਾ ਇਸ ਤਰ੍ਹਾਂ ਦੀ ਇਹ ਧਰਤੀ ਹੈ ਤਾਂ ਹੈ ਕਿ ਇਹ ਰੀਤ ਸੁਣੋ ਸਭ ਭਾਂਤੇ ਕਹਿੰਦੇ ਉਹਨਾਂ ਦੀ ਰੀਤ ਸੁਣੋ ਹੁਣ ਤੁਸੀਂ ਉਹ ਲੋਕ ਉੱਥੇ ਰਹਿਣ ਵਾਲੇ ਕੀ ਕਰਿਆ ਕਰਦੇ ਸਨ ਕਰ ਹੈ ਯੋਗ ਸਾਧਨ ਦਿਨ ਰਾਤੀ ਉਹ ਯੋਗ ਕਰਿਆ ਕਰਦੇ ਸਨ ਉਹਨਾਂ ਨੇ ਯੋਗਾ ਕਰਨਾ ਯੋਗ ਵਿੱਚ ਉਹਨਾਂ ਨੇ ਦਿਨ ਰਾਤ ਯੋਗਾ ਵਿੱਚ ਹੀ ਲੱਗੇ ਰਹਿੰਦੇ ਸਨ ਸਾਰੇ ਰਹਿਤ ਤਰਨ ਜੋ ਮਨੁਜ ਸਦਾਈ ਕਹ ਲਿਖੀ ਇਸ ਕਰਕੇ ਉਹਨਾਂ ਦੀ ਉਮਰਾਂ ਉਹ ਸ਼ਹਿਰ ਦੇ ਵਿੱਚ ਕੋਈ ਬੁੱਢਾ ਨਹੀਂ ਦਿਸਦਾ ਸੀ ਸਾਰੇ ਨੌਜਵਾਨ ਸੀਗੇ ਕੋਈ ਨਹੀਂ ਬੁੱਢਾ ਸੀ ਉੱਥੇ ਉਹਨਾਂ ਵਿੱਚ ਸਾਰੇ ਨੌਜਵਾਨ ਹਾਂਜੀ ਸੋ ਇਸ ਤਰ੍ਹਾਂ ਕਰਕੇ ਉਹ ਸਾਰੇ ਜਮੇ ਇੱਕ ਉਮਰ ਦੇ ਹੁੰਦੇ ਇਸ ਤਰ੍ਹਾਂ ਹੀ ਸਨ ਸਾਰੇ ਕਰਮਹਿ ਪ੍ਰਾਨ ਨ ਤਜ ਕਦਾਈ ਦੇਖੋ ਘਰ ਦੇ ਵਿੱਚ ਉਹਨਾਂ ਦੇ ਸਾਰੇ ਨਗਰੀ ਦੇ ਵਿੱਚ ਕਿਸੇ ਦੀ ਮੌਤ ਨਹੀਂ ਹੋਇਆ ਕਰਦੀ ਸੀ ਕੋਈ ਨਹੀਂ ਮਰਦਾ ਸੀ ਸਾਰੇ ਜੁੰਦੇ ਰਹਿੰਦੇ ਸਨ ਜੋਗ ਕਰੀ ਜਾਂਦੇ ਸਨ ਦਿਨ ਰਾਤ ਤੇ ਕੋਈ ਨਹੀਂ ਮਰਦਾ ਸੀ ਅੰਤ ਸਮਾ ਤੇਨ ਕੋ ਜੇ ਪਹੁੰਚੇ ਜੇ ਕਿਤੇ ਉਹਨਾਂ ਦਾ ਅੰਤ ਸਮਾ ਆ ਵੀ ਜਾਵੇ ਮੌਤ ਆ ਵੀ ਜਾਵੇ ਸਭ ਬੈਠਾ ਹੈ ਗਿਰ ਪਰ ਚੜ ਉੱਚੇ ਉਹ ਕੀ ਕਰਦੇ ਸਨ ਜਦੋਂ ਉਹਨਾਂ ਦਾ ਮੌਤ ਦਾ ਸਮਾ ਆ ਜਾਂਦਾ ਸੀ ਨਾ ਉਹ ਪਿੰਡ ਤੋਂ ਨਿਕਲ ਕੇ ਇੱਕ ਉੱਚੇ ਪਹਾੜ ਤੇ ਜਾ ਕੇ ਔਰ ਜੇ ਉਦੀ ਜਰ ਪਿੱਕ ਤੇ ਜਾ ਕੇ ਬਹਿ ਜਾਂਦੇ ਸਨ ਤੇ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਸੀ ਤੇ ਉਹਨਾਂ ਦਾ ਸਰੀਰ ਉੱਥੇ ਹੀ ਗਲ ਜਾਂਦਾ ਸੀ ਮਤਲਬ ਕਿ ਉਹ ਘਰ ਵਿੱਚ ਕਿਤੇ ਨਹੀਂ ਮਰਦੇ ਸੀਗੇ ਕਿ ਦੇ ਨੇ ਆਪਣਾ ਸਿਰੇ ਛੱਡ ਦੇ ਸੀ ਆਪਣੇ ਘਰ ਦੇ ਵਿੱਚ ਬ੍ਰਹਮ ਰੰਦਰ ਕੋ ਫੋਰਸ ਡਾ ਰਹਾ ਹੈ ਦੇਖੋ ਉਹਨਾਂ ਦਾ ਤਰੀਕਾ ਕੀ ਸੀਗਾ ਮਰਨ ਦਾ ਕਹਿੰਦੇ ਜਿਹੜਾ ਬ੍ਰਹਮ ਰੁੰਦਰ ਹੈ ਬ੍ਰਹਮ ਰੁੰਦਰ ਇੱਥੇ ਹੈ ਜੋ ਦਸਮ ਦਵਾਰ ਦਾ ਜਿਹੜਾ ਉਤਲਾ ਪਾਸਾ ਹੈ ਇਹਨੂੰ ਤੋੜ ਕੇ ਅੰਦਰੋਂ ਆਪਣੇ ਜਿਹੜੇ ਹਨ ਪ੍ਰਾਨ ਕੱਢ ਲੈਂਦੇ ਸਨ ਸੋ ਇਸ ਕਰਕੇ ਜਿਹੜਾ ਹੈ ਦਸਮ ਦਵਾਰ ਤੇ ਚੜਾ ਕੇ ਫਿਰ ਉੱਥੇ ਬ੍ਰਹਮ ਰੁੰਦਰ ਰਾਹੀਂ ਆਪਣੇ ਪ੍ਰਾਨ ਆਪਣੇ ਦਸਮ ਦਵਾਰ ਨੂੰ ਫੋੜ ਕੇ ਉੱਥੋਂ ਕੱਢਦੇ ਸਨ ਸੋ ਇਸ ਤਰ੍ਹਾਂ ਕਰਕੇ ਉਹਨਾਂ ਦੀ ਮੌਤ ਇਸ ਤਰ੍ਹਾਂ ਹੋਇਆ ਕਰਦੀ ਸੀ ਮਤਲਬ ਕਿ ਆਪਣੀ ਮਰਜ਼ੀ ਨਾਲ ਆਪਣਾ ਸਰੀਰ ਛੱਡਦੇ ਸਨ ਜਦੋਂ ਉਹਨਾਂ ਦਾ ਸਮਾਂ ਆ ਜਾਂਦਾ ਸੀ ਤਹਤੇ ਆਪਣੇ ਪ੍ਰਾਣ ਨਿਕਾ ਰਹਾ ਹਾਂ ਉੱਥੋਂ ਆਪਣੇ ਪ੍ਰਾਣ ਬ੍ਰਹਮ ਰੁੰਦਰ ਰਾਹੀਂ ਦਸਮ ਦਵਾਰ ਰਾਹੀਂ ਉਹ ਕੱਢ ਲੈਂਦੇ ਸਨ ਤਿੰਨ ਪਰ ਵਿਖਿਆ ਜਾਏ ਗੁਰ ਵੈਸੇ ਉਹ ਪੂਰੀ ਦੇ ਵਿੱਚ ਸਤਿਗੁਰੂ ਜੀ ਜਾ ਕੇ ਬੈਠ ਗਏ ਮਨੋ ਭਾਨ ਗਿਆਨ ਕੋ ਜੈਸੇ ਕਹਿ ਲਗੇ ਮਾਨੋ ਕਹਿ ਲਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਇਸ ਤਰ੍ਹਾਂ ਸੀਗੇ ਜਿਵੇਂ ਸੂਰਜ ਹੈ ਗਿਆਨ ਦਾ ਮੋਹਨ ਨਰ ਬੈਠੇ ਆਨ ਸਮੀਪਾ ਕਈ ਲੋਕ ਆਕੇ ਸਤਿਗੁਰਾਂ ਨੂੰ ਘੇਰ ਕੇ ਬੈਠ ਗਏ ਉੱਥੇ ਆਪ ਬੋਲੇ ਬੇਦੀ ਕੁਲ ਦੀਪਾ ਉਸ ਵੇਲੇ ਸਤਿਗੁਰੂ ਗੁਰੂ ਨਾਲ ਸਾਹਿਬ ਜੀ ਨੇ ਬਚਨ ਕੀਤੇ ਕੈਸੋ ਤੁਮ ਉਪਦੇਸ਼ ਕਮਾਵਹੁ ਕਹਿੰਦੇ ਕੈਸਾ ਤੁਸੀਂ ਉਪਦੇਸ਼ ਕਮਾਉਂਦੇ ਹੋ ਕਿਹਦਾ ਉਪਦੇਸ਼ ਕਮਾਉਂਦੇ ਹੋ ਤੁਸੀਂ ਕੀ ਕਰਦੇ ਹੋ ਆਪਣੇ ਗੁਰ ਕੋ ਨਾਮ ਬਤਾਵੋ ਤੁਸੀਂ ਆਪਣੇ ਗੁਰੂ ਦਾ ਨਾਮ ਦੱਸੋ ਜਿਨ੍ਹਾਂ ਨੇ ਤੁਹਾਨੂੰ ਇਹ ਸਿੱਖਿਆ ਦਿੱਤੀ ਹੈ ਜਿਨ੍ਹਾਂ ਨੇ ਤੁਹਾਨੂੰ ਯੋਗਾ ਵਿੱਚ ਲਾਇਆ ਉਹ ਗੁਰੂ ਦਾ ਨਾਮ ਵੀ ਦੱਸੋ ਕਹਾਂ ਸੋ ਗੁਰ ਗੁਰ ਕਹਾ ਮ ਜਾਣੋ ਉਹ ਲੋਕਾਂ ਨੇ ਕਿਹਾ ਜੀ ਸਾਡਾ ਗੁਰੂ ਹੈ ਗੋਰਖ ਗੋਰਖਨਾਥ ਸਾਡਾ ਗੁਰੂ ਹੈ ਜਿਨੇ ਸਾਨੂੰ ਯੋਗ ਸਿਖਾਇਆ પ્રાਣਾਯਾਮ ਉਪਦੇਸ਼ ਪਛੰਨ ਹਾਂ ਕਹਿਣ ਲਈ ਉਹਨੇ ਸਾਨੂੰ ਪ੍ਰਾਣਾਯਾਮ ਦਾ ਉਪਦੇਸ਼ ਦਿੱਤਾ ਹੈ ਅਸੀਂ ਉਹ ਪ੍ਰਾਣਾਯਾਮ ਕਰਦੇ ਹਾਂ ਜਿਹੜਾ ਕਿ ਬਰੀਥਿੰਗ ਟੈਕਨੀਕ ਵੀ ਅੱਜ ਕੱਲ੍ਹ ਕਹਿ ਦਿੰਦੇ ਨੇ ਕਹਿੰਦੇ ਵੀ ਉਹ ਪ੍ਰਾਣਾਯਾਮ ਆਪਣਾ ਜਿਹੜਾ ਬਰੀਥਿੰਗ ਕਿਵੇਂ ਕਰਨੀ ਹੈ ਉਹਨੂੰ ਜਿਹੜਾ ਹੈ ਕਿਵੇਂ ਚੜਾਉਣਾ ਹੈ ਟਿਕਾਉਣਾ ਹੈ ਹਾਂਜੀ ਫਿਰ ਉਹਨੂੰ ਜਿਹੜਾ ਹੈ ਾਤਾਰਨਾ ਕਿਵੇਂ ਹੈ ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਵੀ ਪੂਰਕ ਜਿਹੜਾ ਹੈ ਫਿਰ ਕੁੰਭਕ ਫਿਰ ਏਚਕ ਸੋ ਪੂਰਕ ਹੁੰਦਾ ਚੜਾਉਣਾ ਕੁੰਭਕ ਹੁੰਦਾ ਠਹਿਰਾਉਣਾ ਤੇ ਫਿਰ ਅੱਗੇ ਆ ਜਾ ਰੇਚਕ ਤਾਰਨਾ ਸੋ ਕਹਿੰਦੇ ਉਹ ਪੁਰਾਣਾ ਯਾਮ ਜਿਹੜਾ ਸਾਨੂੰ ਉਹਨੇ ਸਿਖਾਇਆ ਹੈ ਸਾਧ ਹੈ ਯੋਗ ਸਦੀਵਤ ਦਾ ਪੇ ਇਸ ਕਰਕੇ ਅਸੀਂ ਜਿਹੜਾ ਹਾਂ ਕਦਾਪੀ ਕਹਿੰਦੇ ਅਸੀਂ ਹਮੇਸ਼ਾ ਹੀ ਕਹਿੰਦੇ ਯੋਗ ਸਾਧਨਾ ਹੀ ਕਰਦੇ ਹਾਂ ਹਮੇਸ਼ਾ ਅਸੀਂ ਯੋਗ ਸਾਧਨਾ ਵਿੱਚ ਹੀ ਲੱਗੇ ਹੋਏ ਹਾਂ ਇਸ ਕਰਕੇ ਮਨ ਕੋ ਸ਼ਾਂਤਨਾ ਆਵ ਕਦਾ ਪੇ ਪਰ ਕਹਿੰਦੇ ਅਸੀਂ ਯੋਗ ਸਾਧਨਾ ਤਾਂ ਕਰ ਹੀ ਜਾਂਦੇ ਹਾਂ ਪਰ ਸਾਡੇ ਮਨ 'ਚ ਸ਼ਾਂਤੀ ਨਹੀਂ ਆਉਂਦੀ ਸਾਨੂੰ ਪੀਸ ਆਫ ਮਾਈਂਡ ਨਹੀਂ ਮਿਲਿਆ ਸਾਡੀਆਂ ਉਮਰਾਂ ਅਸੀਂ ਨੌਜਵਾਨ ਰਹ ਜਾਂਦੇ ਹਾਂ ਉਮਰਾਂ ਵੀ ਵੱਧ ਜਾਂਦੀਆਂ ਸਭ ਕੁਝ ਹੋ ਜਾਂਦਾ ਪਰ ਕਹਿੰਦੇ ਸਾਨੂੰ ਪੀਸ ਆਫ ਮਾਈਂਡ ਹੁਣ ਤੱਕ ਨਹੀਂ ਮਿਲਿਆ ਆਬ ਉਪਦੇਸ਼ ਆਪ ਦੇਹੋ ਐਸਾ ਕਹਿੰਦੇ ਕਿ ਹੇ ਪਾਤਸ਼ਾਹ ਹੁਣ ਤੁਸੀਂ ਉਪਦੇਸ਼ ਕੋਈ ਦੇ ਦਿਓ ਜਿਦੇ ਕਰਕੇ ਸਾਡੇ ਮਨ ਚ ਸ਼ਾਂਤੀ ਆ ਜਾਵੇ ਸ਼ਾਂਤ ਹੋਏ ਮਨ ਸਭ ਕੋ ਜੈਸਾ ਹਾਂ ਕਹਿੰਦੇ ਸਾਡਾ ਮਨ ਸ਼ਾਂਤ ਹੋਵੇ ਤੇ ਸਾਰੇ ਪਿੰਡ ਦਾ ਸਾਰੇ ਨਗਰ ਦੇ ਲੋਕਾਂ ਦਾ ਜਿਹੜਾ ਹੈ ਮਨ ਸ਼ਾਂਤ ਹੋ ਜਾਵੇ ਇਹ ਹੀ ਚੀਜ਼ ਜਿਹੜੀ ਮਿਸਿੰਗ ਹੁੰਦੀ ਹੈ ਦੇਖੋ ਨਾ ਮਨ ਦੀ ਸ਼ਾਂਤੀ ਜਿਹੜੀ ਹੈ ਉਹੀ ਲੋਕ ਜਾਣਦੇ ਨੇ ਜਿਹੜੇ ਕੋਈ ਸਿਮਰਨ ਕਰਦੇ ਨੇ ਜਿਹੜੇ ਕੋਈ ਜਿਹੜਾ ਹਨ ਯੋਗ ਸਾਧਨਾ ਕਰਦੇ ਨੇ ਜਾਂ ਜਿਹੜੇ ਕੋਈ ਭਗਤੀ ਵਿੱਚ ਲੱਗਦੇ ਨੇ ਉਹਨਾਂ ਨੂੰ ਜਿਹੜਾ ਹੈ ਇਸ ਪੀਸ ਆਫ ਮਾਈਂਡ ਦਾ ਵੈਲਿਊ ਦਾ ਪਤਾ ਹੈ ਇਸ ਕਰਕੇ ਇਹਨਾਂ ਨੇ ਸਭ ਕੁਝ ਕਰ ਲਿਆ ਪਰ ਇੱਕ ਗੱਲ ਰਹਿ ਗਈ ਸੀ ਪੀਸ ਆਫ ਮਾਈਂਡ ਨਹੀਂ ਮਿਲਦਾ ਸੀ ਕਹਿੰਦੇ ਮਹਾਰਾਜ ਹੁਣ ਤੁਸੀਂ ਇਹ ਦੇਖ ਕੇ ਜਾਓ ਸਾਨੂੰ ਸਾਨੂੰ ਇਹ ਸ਼ਾਂਤੀ ਕਿਵੇਂ ਮਿਲੇ ਸੁਣ ਕਰ ਤਨ ਕੇ ਬਾਚ ਜਗਤੈ ਸਾ ਜਗਤ ਦੇ ਇਸ ਜਗਤ ਦੇ ਸ੍ਰੋਮੀ ਨੇ ਉਹਨਾਂ ਦੀ ਇਹ ਬੇਨਤੀ ਸੁਣ ਕੇ ਲੱਗੇ ਆਪਨ ਉਪਦੇਸਾ ਮਹਾਰਾਜ ਆਪਣਾ ਉਪਦੇਸ਼ ਦੇਣ ਲੱਗੇ ਹਨ ਉਹਨਾਂ ਨੂੰ ਸਤਨਾਮ ਸਿਮਰਹੁ ਲਵਲਾਈ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਸਤਨਾਮ ਵਿੱਚ ਆਪਣੀ ਕਨਸੈਂਟਰੇਸ਼ਨ ਆਪਣੀ ਫੋਕਸ ਨੂੰ ਜੋੜ ਨਾ ਕਰੋ ਧਿਆਨ ਜੋੜੋ ਸਤਨਾਮ ਦੇ ਵਿੱਚ ਸੱਚੇ ਨਾਮ ਪਰਮੇਸ਼ਰ ਦੇ ਵਿੱਚ ਹਉਮੈ ਸਗਰੀ ਦੇ ਹੋ ਮਿਟਾਈ ਆਪਣੀ ਹਉਮੈ ਨੂੰ ਤਿਆਗ ਦਿਓ ਆਪਣੀ ਹਉਮੈ ਛੱਡ ਦਿਓ ਆਪਣੇ ਹੋਮੇ ਨੂੰ ਜਿਹੜਾ ਹੈ ਅੰਦਰੋਂ ਹੀ ਅੰਦਰ ਜਿਹੜਾ ਹੈ ਹੋਮੇ ਨਾਵੈ ਨਾਲ ਵਿਰੋਧ ਹੈ ਦੋਏ ਨਾ ਬਸੇ ਇਕਠਾਏ ਤੁਸੀਂ ਇਸ ਤਰ੍ਹਾਂ ਕਰੋ ਕਿ ਨਾਮ ਨੂੰ ਵਸਾ ਲੋ ਤੇ ਹੋਮੇ ਆਪਣੇ ਆਪ ਦੂਰ ਹੋ ਜਾਏਗੀ ਹੋਮੇ ਨੂੰ ਮਿਟਾਉਣ ਦਾ ਬਸ ਇੱਕੋ ਹੀ ਤਰੀਕਾ ਹੈ ਨਾਮ ਨੂੰ ਜਪਣ ਦਾ ਜਗਤ ਅਸੱਤ ਭਲੇ ਦ੍ਰਿੜ ਕੀਜੈ ਦੂਜੀ ਗੱਲ ਇਹ ਹੈ ਜੇ ਹੋਮੇ ਖਤਮ ਕਰਨੀ ਹੈ ਤਾਂ ਜਗਤ ਨੂੰ ਜਿਹੜਾ ਹਨ ਇਹਨੂੰ ਝੂਠਾ ਮੰਨੋ ਇਹਨੂੰ ਅਸੱਤ ਮੰਨੋ ਵੀ ਹਮੇਸ਼ਾ ਨਹੀਂ ਇਹ ਰਹਿਣ ਵਾਲਾ ਭਲੇ ਦ੍ਰਿੜ ਕੀਜੈ ਉਹ ਸੱਚ ਜਿਹੜਾ ਪਰਮਾਤਮਾ ਜਿਹਦੇ ਕਰਕੇ ਇਹ ਝੂਠੀ ਦੁਨੀਆ ਵੀ ਸੱਤ ਲੱਗਦੀ ਹੈ ਉਹ ਸੱਤ ਨੂੰ ਪਹਿਚਾਨੋ ਉਹ ਝੂਠ ਨੂੰ ਦੂਰ ਕਰੋ ਸੱਤ ਆਤਮਾ ਇੱਕ ਜਨੀਜਾ ਹੈ ਦੇਖੋ ਸੱਤ ਪਰਮੇਸ਼ਰ ਆਪ ਆਤਮਾ ਸਰੂਪ ਹੋ ਕੇ ਸਾਰਿਆਂ ਵਿੱਚ ਵਰਤਦਾ ਹੈ ਤੇ ਉਹੀ ਇੱਕ ਸੱਤ ਹੈ ਬਾਕੀ ਸਭ ਕੁਝ ਝੂਠ ਹੈ ਕਿਉਂਕਿ ਆਤਮਾ ਹੀ ਪਰਮਾਤਮਾ ਹੈ। ਬਸ ਅਭਿਆਸ ਜੇ ਕਰੋ ਸਦੀਵਾ। ਜੇ ਐਸਾ ਅਭਿਆਸ ਹਰ ਰੋਜ਼ ਤੁਸੀਂ ਕਰੋਗੇ। ਹੋਏ ਸ਼ਾਂਤ ਮਨ ਕੋ ਸੁਖ ਸਿਵਾ। ਕਹਿ ਲਿਏ ਸੁੱਖਾਂ ਦੀ ਹੱਦ ਤੱਕ ਤੁਸੀਂ ਚਲੇ ਜਾਓਗੇ ਕਿਉਂਕਿ ਤੁਹਾਨੂੰ ਸਾਰਾ ਹੀ ਸੁੱਖ ਮਿਲ ਜਾਣਾ ਹੈ। ਮਨ ਸ਼ਾਂਤ ਹੋ ਜਾਏਗਾ। ਸੁਨ ਕਰ ਕਰਨ ਸਭ ਨੇ ਮਨ ਮੰਨਾ। ਉਸ ਉਸ ਵੇਲੇ ਸਾਰੇ ਜਿਹੜੇ ਹਨ ਨਗਰ ਵਾਸੀਆਂ ਨੇ ਇਹ ਗੱਲ ਮੰਨ ਲਈ। ਕਹਿੰਦੇ ਠੀਕ ਹੈ ਜੀ। ਮਾਰਾ ਜਿਵੇਂ ਆਪ ਜੀ ਦਾ ਹੁਕਮ ਹੈ ਕਰਨੇ ਲਗੇ ਤੇ ਬਿੱਦ ਸੁਖ ਜਾਣਾ ਉਹਨਾਂ ਨੇ ਸੁਖ ਆਪਣਾ ਸੁਖ ਜਾਣ ਕੇ ਗੁਰੂ ਨਾਨਕ ਦਾ ਉਪਦੇਸ਼ ਕਮਾਉਣ ਲਗੇ ਬੇਠਾ ਕੇ ਤੱਕ ਕਾਲ ਘਰ ਰੱਖੇ ਮਹਾਰਾਜ ਨੂੰ ਕੁਝ ਕਿ ਦਿਨ ਉਹ ਨਗਰ ਵਾਸੀਆਂ ਨੇ ਰੱਖਿਆ ਤੇ ਮਹਾਰਾਜ ਦੀ ਬੜੀ ਸੇਵਾ ਕੀਤੀ ਭਾਈ ਬਾਲੇ ਦੀ ਤੇ ਭਾਈ ਮਰਦਾਨੇ ਦੀ ਮਹਰੋ ਕੀਨ ਗਮਨ ਅਬਲਾਖੇ ਮਹਾਰਾਜ ਨੇ ਫਿਰ ਅਬਲਾਸ਼ਾ ਕੀਤੀ ਵੀ ਹਸਣ ਅੱਗੇ ਜਾਣਾ ਹੈ ਤਿੰਨ ਤੇ ਵਿਦਾ ਹੋਏ ਜਗ ਸਾਈਂ ਮਹਾਰਾਜ ਜਗ ਦੇ ਸਾਈਂ ਉਹਨਾਂ ਤੋਂ ਵਿਦਾ ਹੋ ਕੇ ਹੁਣ ਅੱਗੇ ਚੱਲੇ ਹਨ ਕਿੰਗਪੁਰਖ ਖੰਡ ਪਰਵਿਸ਼ੇ ਜਾਏ ਕਿੰਗਪੁਰਖ ਹੁਣ ਇੱਕ ਹੋਰ ਖੰਡ ਆ ਗਿਆ ਤੀਜਾ ਖੰਡ ਹੈ ਇਹ ਹਾਂਜੀ ਸੋ ਇਹ ਖੰਡ ਜਿਹੜਾ ਹੈ ਸਿੱਕਿਮ ਜਿਹੜਾ ਹੈ ਤਾਮਲੁੰਗ ਜਿਹੜਾ ਸ਼ਹਿਰ ਹੈ ਜਾਂ ਜਿਹੜਾ ਹੈ ਤਿਵਾਰੀ ਗੁਰਖਾਲਸਾ ਨੇ ਇਹੋ ਦੱਸਿਆ ਹੈ ਕਿਉਂਕਿ ਕਹਿੰਦੇ ਉਹਨਾਂ ਨੇ ਇਹ ਵੀ ਗੱਲ ਲਿਖੀ ਹੈ ਜੋ ਤਿਵਾਰੀ ਗੁਰਖਾਲਸਾ ਦਾ ਲਿਖਣ ਵਾਲਾ ਹੈ ਗਿਆਨੀ ਗਿਆਨ ਸਿੰਘ ਉਹ ਕਹਿੰਦੇ ਸਾਨੂੰ ਇੱਕ ਬੰਦਾ ਮਿਲਿਆ ਸੀ 1886 ਦੇ ਵਿੱਚ ਸੋ ਉਹ ਜਿਹੜਾ ਇਹ ਇਲਾਕੇ ਤੋਂ ਆਇਆ ਹੋਇਆ ਸੀ ਤੇ ਉਹਨਾਂ ਨੇ ਅਕੇ ਦੱਸਿਆ ਕਿ ਸਾਨੂੰ ਜਿਹੜਾ ਹੈ ਸਾਡੇ ਰਾਜੇ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਿੱਖ ਬਣਾਇਆ ਸੀ ਇਸ ਕਰਕੇ ਕਹਿੰਦੇ ਅਸੀਂ ਸਾਰੇ ਫਿਰ ਉਸ ਵੇਲੇ ਸਿੱਖੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਲੇਵਾ ਅਸੀਂ ਸਿੱਖ ਬਣੇ ਤੇ ਅਸੀਂ ਗੁਰੂ ਨਾਨਕ ਨੂੰ ਮੰਨਦੇ ਹਾਂ ਸੋ ਇਸ ਕਰਕੇ ਜਿਹੜਾ ਹੈ ਹੁਣ ਉਹ ਸਾਖੀ ਸੁਣੋ ਜੀ ਨਗਰ ਸਮੀਪ ਜਾਏ ਕਹਿ ਵੈਸੇ ਉਹ ਨਗਰ ਦੇ ਕੋਲ ਜਾ ਕੇ ਸਤਿਗੁਰੂ ਜੀ ਬੈਠ ਗਏ ਤੁਨ ਉਪਕਾਰ ਧਰਿਓ ਧਰ ਜੈਸੇ ਦੇਖੋ ਇੱਕ ਅਪਰ ਉਪਕਾਰ ਦੂਜੇ ਦੇ ਭਲੇ ਵਾਸਤੇ ਹੀ ਗੁਰੂ ਨਾਨਕ ਸਾਹਿਬ ਨੇ ਆਪਣਾ ਸਰੀਰ ਧਾਰਨ ਕੀਤਾ ਉਹ ਪਾਰ ਪਰਮ ਪਰਮੇਸ਼ਰ ਨੇ ਮੰਨੋ ਸਤਿਗੁਰ ਦਾ ਸਰੀਰ ਹੀ ਇੱਕ ਉਪਕਾਰ ਹੈ ਧਰਮ ਚੰਦ ਤਹ ਹੋ ਤੋ ਨਰਪਾਲਾ ਉਥੇ ਧਰਮ ਚੰਦ ਸੀਗਾ ਉਹ ਰਾਜੇਦਾਨਾ ਕਿੰਗ ਜਿਹੜਾ ਹੈ ਇਹ ਜਿਹੜਾ ਕਿੰਗ ਪੁਰਖ ਜਿਹੜਾ ਜਿਹੜਾ ਹੈ ਇਹ ਖੰਡ ਇਹਨਾਂ ਦਾ ਰਾਜਾ ਸੀ ਧਰਮਚੰਦ ਸੋ ਧਰਮਚੰਦ ਦਾ ਜਿਹੜਾ ਰਾਜਾ ਸੀ ਸੰਤਨ ਸੇਵਾ ਕਰ ਤੇ ਵਿਸਾਲਾ ਇਹ ਲਈ ਇਹ ਬੜੀ ਸੇਵਾ ਕਰਿਆ ਕਰਦਾ ਸੀ ਸੰਤਾ ਸਾਧਾਂ ਦੀ ਆਨ ਪ੍ਰਣਾਮ ਕੀਨ ਪੱ ਤਾਹੀ ਉਹਨਾਂ ਨੇ ਆ ਕੇ ਪ੍ਰਣਾਮ ਕੀਤੀ ਮਹਾਰਾਜ ਨੂੰ ਮੱਥਾ ਟੇਕਿਆ ਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਭਾਉ ਭਾਉ ਵਿਸਾਲ ਅਜਾਸ ਮਨ ਮਾਹੀ ਉਹਨਾਂ ਦੇ ਮਨ ਚ ਬੜਾ ਹੀ ਜਿਹੜਾ ਹੈ ਭਾਉ ਸੀਗਾ ਮਤਲਬ ਕਿ ਬੜਾ ਪ੍ਰੇਮ ਸੀ ਉਹਨਾਂ ਦੇ ਮਨ ਦੇ ਵਿੱਚ ਬੜੇ ਪ੍ਰੇਮ ਨਾਲ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ ਕਹਿਣ ਲੱਗੇ ਉਹ ਮੇਜ ਸੇਵਾ ਬਤਾਓ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ ਮੈਂ ਕੀ ਤੁਹਾਡੀ ਸੇਵਾ ਕਰਾਂ ਕਹੋ ਸੋ ਕਰੋ ਨਾ ਬਿਲਮ ਲਗਾਵੋ ਮਹਾਰਾਜ ਜੋ ਤੁਸੀਂ ਕਹੋਗੇ ਮੈਂ ਉਸੇ ਵੇਲੇ ਕਰਾਂਗਾ ਮੈਂ ਕੋਈ ਦੇਰੀ ਨਹੀਂ ਲਾਵਾਂਗਾ ਮੈਂ ਉਸੇ ਵੇਲੇ ਕਰਾਂਗਾ ਸੁਣਿਆ ਸ੍ਰੀ ਅੰਗਦ ਤਹਿ ਕਾਲਾ ਉਸ ਵੇਲੇ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਕੀਤਾ ਨਾ ਭਾਈ ਵਾਲਾ ਜੀ ਗੁਰ ਅੰਗਦ ਦੇਵ ਜੀ ਨੂੰ ਕਹਿੰਦੇ ਨੇ ਕਹਿੰਦੇ ਸੁਣੀਏ ਸ੍ਰੀ ਅੰਗਤ ਗੁਰੂ ਅੰਗਦ ਦੇਵ ਜੀ ਇੱਕ ਗੱਲ ਸੁਣ ਕਹਿੰਦੇ ਉਹ ਟਾਈਮ ਪਤਾ ਕੀ ਹੋਇਆ ਮੋਜਾ ਬਣਾਇਓ ਸ਼ੇਰ ਬਿਸਾਲਾ ਭਾਈ ਬਾਲਾ ਕਹਿੰਦਾ ਗੁਰੂ ਨਾਨਕ ਨੇ ਮੈਨੂੰ ਸ਼ੇਰ ਬਣਾਤਾ ਮੇਰੀ ਮੇਰੀ ਤਨ ਜਿਹੜੀ ਪਲਟ ਕੇ ਮੇਰਾ ਸਰੀਰ ਪਲਟ ਕੇ ਕਹਿੰਦਾ ਮੈਨੂੰ ਸ਼ੇਰ ਬਣਾਤਾ ਗੁਰੂ ਨਾਨਕ ਸਾਹਿਬ ਜੀ ਨੇ ਬੈਠੇ ਬੈਠੇ ਇਹਨੂੰ ਹਾਂਜੀ ਭਾਈ ਬਾਲਾ ਕਹਿੰਦਾ ਮੈਂ ਸ਼ੇਰ ਬਣ ਗਿਆ ਉੱਥੇ ਕਰੋ ਸੇਵ ਜੇ ਪੂਪ ਉਦਾਰਾ ਕਹਿਣ ਲੱਗੇ ਉਸ ਵੇਲੇ ਜਿਹੜਾ ਹੈ ਕਹਿੰਦੇ ਕਰੋ ਸੇਵ ਜੇ ਪੂਪ ਉਦਾਰਾ ਕਹਿਣ ਲੱਗੇ ਕਿ ਭਾਈ ਕਹਿੰਦੇ ਵੀ ਭਾਈ ਬਾਲਾ ਸ਼ੇਰ ਬਣਿਆ ਹੋਇਆ ਤੇ ਕਹਿੰਦੇ ਕਰੋ ਸੇਵ ਜੇ ਭੂਪ ਉਧਾਰਾ ਕਹਿੰਦੇ हे ਰਾਜਨ ਜੇ ਤੂੰ ਉਧਾਰ ਚ ਤ ਹੈ ਜੇ ਤੂੰ ਸਾਡੀ ਸੇਵਾ ਕਰਨਾ ਚਾਹੁੰਦਾ ਤਾਂ ਇਹ ਸੇਵਾ ਕਰ ਸਾਡੀ ਹੁਣ ਪ੍ਰਥਮਾ ਤੀਜਾ ਸ਼ੇਰ ਹਾਰਾ ਸਭ ਤੋਂ ਪਹਿਲਾਂ ਇਹ ਸਾਡਾ ਸ਼ੇਰ ਖੜਾ ਇੱਥੇ ਜਿਹੜਾ ਭਾਈ ਬਾਲੇ ਨੂੰ ਸ਼ੇਰ ਬਣਾਇਆ ਸੀ ਕਹਿੰਦੇ ਸਾਡਾ ਸ਼ੇਰ ਖੜਾ ਹੈ ਭਾਈ ਤੂੰ ਐਂ ਕਰ ਪਹਿਲਾਂ ਸ਼ੇਰ ਨੂੰ ਖਾਣਾ ਦੇ ਇਹ ਸ਼ੇਰ ਨੂੰ ਆਪਾਂ ਖਾਣਾ ਛਕਾਉਣਾ ਹੈ ਆਮਿਕ ਅਵਰਨਾ ਖਾਵਤ ਕੋ ਦੇਖੋ ਸਾਡਾ ਸ਼ੇਰ ਨਨ ਵੇਜੀਟੇਰੀਅਨ ਹੈ ਇਹ ਵੈਜੀਟੇਰੀਅਨ ਨਹੀਂ ਖਾਂਦਾ ਇਹ ਸਿਰਫ ਮਾਸੇ ਖਾਂਦਾ ਹੈ ਬਚਤ ਰਾਜਪੁੱਤਰ ਹੋਇਆ ਜੋ ਕਹਿੰਦੇ ਆਏ ਕਾ ਰਾਜਨ ਇਹ ਖਾਂਦਾ ਵੀ ਫਰੈਸ਼ ਮੀਟ ਖਾਂਦਾ ਹੈ ਤੇ ਖਾਂਦਾ ਵੀ ਹਿਊਮਨ ਮੀਟ ਹੈ ਹਾਂਜੀ ਹੋਰ ਕੁਝ ਨਹੀਂ ਖਾਂਦਾ ਇਹਨੂੰ ਹਿਊਮਨ ਮੀਟ ਬਹੁਤ ਪਸੰਦ ਆ ਹੈ ਕਹਿੰਦੇ ਰਾਜਨ ਤੂੰ ਆਏ ਕਾ ਤੇਰਾ ਕੋਈ ਬੱਚਾ ਹੈਗਾ ਘਰੇ ਜਿਹੜਾ ਤੇਰਾ ਕੋਈ ਬੱਚਾ ਕੋਈ ਪ੍ਰਿੰਸ ਹੋਵੇ ਘਰ ਦੇ ਵਿੱਚ ਹਾਂਜੀ ਸੋ ਤੂੰ ਆਏ ਕਰ ਤੂੰ ਉਹ ਬੱਚਾ ਲਿਆ ਕੇ ਇਹ ਸ਼ੇਰ ਨੂੰ ਖਿਲਾਪ ਹੈ ਨਾ ਆਪਾਂ ਇਹਨੂੰ ਖਾਣਾ ਖਿਲਾਉਣਾ ਪਹਿਲਾਂ ਸ਼ੇਰ ਨੂੰ ਤੇਹ ਪਰਖਨ ਅਸ ਗੁਰੂ ਅਲਾਇਆ ਦੇਖੋ ਮਹਾਰਾਜ ਨੇ ਕਿਹਜਾ ਟੈਸਟ ਲਿਆ ਵਰਾਜੇ ਦਾ ਹਾਂਜੀ ਕਿੰਨਾ ਤਕੜਾ ਟੈਸਟ ਲਿਆ ਜੀ ਸੋ ਇਹ ਟੈਸਟ ਦੇ ਵਿੱਚ ਤਾਂ ਇਬਰਾਹਿਮ ਵਰਗੇ ਵੀ ਫੇਲ ਹੋ ਗਏ ਜਣ ਜਿਹੜਾ ਪ੍ਰੋਫਿਟ ਇਬਰਾਹਿਮ ਹੈ ਉਹ ਕਹਿੰਦੇ ਦੇਖੋ ਮਹਾਰਾਜ ਨੇ ਉਹ ਟੈਸਟ ਲਿਆ ਜੀ ਅੱਜ ਬਿਲਕੁਲ ਪਰਤਕ ਕਰਕੇ ਸੁਨਪੂ ਪਤਨਹ ਰੇਦਾ ਡੁਲਾਇਆ ਦੇਖੋ ਪਰ ਦੇਖੋ ਰਾਜਾ ਜਿਹੜਾ ਧਰਮਚੰਦ ਸੀ ਨਾ ਇੰਨਾ ਤਕੜਾ ਸੀ ਨਾ ਕਹਿੰਦਾ ਇਹ ਨਹੀਂ ਡੋਲਿਆ ਇਹ ਨਹੀਂ ਡੋਲਿਆ ਜੇ ਮਨ ਚ ਪੁਰਾਣੀ ਸ਼ੱਕ ਆਇਆ ਵੀ ਇਹ ਜਿਹੜਾ ਹੈ ਸੰਤ ਪੂਰਾ ਸੰਤਾ ਕਿ ਵਾਧੂ ਦਾ ਸੰਤ ਪੁਰਾਣੀ ਉਹਦੇ ਮਨ ਚ ਕੋਈ ਸੰਕਾ ਹੈ ਡਾਊਟ ਪੁਰਾਣੀ ਆਇਆ ਉਹਨੇ ਭਰੋਸਾ ਕੀਤਾ ਉਹਨੇ ਆਪਣਾ ਮਨ ਨਹੀਂ ਡੁਲਾਇਆ ਕਹੇ ਉਹ ਨਕੇਤ ਪੁੱਤਰ ਹੈ ਮੇਰਾ ਰਾਜਨ ਉਹ ਜਿਹੜਾ ਧਰਮਚੰਦ ਕਹਿੰਦਾ ਮੇਰੇ ਘਰ ਚ ਹੈ ਪੁੱਤਰ ਹੈਗਾ ਜੀ ਪੁੱਤਰ ਲੱਕੀ ਹੈਗਾ ਤੁਸੀਂ ਮੰਗਿਆ ਹੈਗਾ ਸੀ ਜੇ ਨਾ ਹੁੰਦਾ ਮੈਂ ਕੀ ਦੰਦਾ ਹਾਂਜੀ ਚੰਗੀ ਗੱਲ ਆ ਜੀ ਹੈਗਾ ਹੁਣ ਘਰ ਚ ਪੁੱਤਰ ਹੈਗਾ ਆਇਸ ਦੇਹੋ ਅਨ ਹੋ ਬਿਨ ਦੇਰਾ ਆ ਕਹਿੰਦੇ ਮੈਂ ਬਿਨਾ ਦੇਰਾ ਮੈਂ ਲੈ ਕੇ ਆਵਾਂ ਉਹਨਾਂ ਨੂੰ ਮੈਂ ਲੈ ਕੇ ਆਉਣਾ ਹਾਂਜੀ ਤੁਸੀਂ ਥੋੜਾ ਜਿਹਾ ਡੀਕ ਨੂੰ ਕਾ ਸ਼ੇਰ ਹਾਂਜੀ ਥੋੜਾ ਜਿਹਾ ਡੀਕੇ ਮੈਂ ਲੈ ਕੇ ਆਉਣਾ ਹੁਣੇ ਆਇਆ ਬਸ ਇਉਂ ਕਹੇ ਪੁੱਤਰ ਬੁਲਾਏ ਪਠਾਇਆ ਉਹਨੇ ਕੀ ਕੀਤਾ ਰਾਜੇ ਨੇ ਉਸੇ ਵੇਲੇ ਆਪਣੇ ਪੁੱਤਰ ਨੂੰ ਬੁਲਾ ਲਿਆ ਇੱਕ ਸੇਵਕ ਭੇਜ ਕੇ ਬੁਲਾ ਕੇ ਕਹਿੰਦਾ ਮੇਰੇ ਪੁੱਤਰ ਨੂੰ ਲੈ ਕੇ ਆਓ ਹੁਣ ਇਥੇ ਸਥਾਨ ਤਤ 600 ਆਇਆ ਉਹ ਪੁੱਤਰ ਆ ਗਿਆ ਜੀ ਉਹ ਪੁੱਤਰ ਆ ਗਿਆ ਤੇ ਉਹ ਪ੍ਰਿੰਸ ਆ ਗਿਆ ਉਸੇ ਵੇਲੇ ਉੱਥੇ ਜਿੱਥੇ ਭਾਈ ਬਾਲਾ ਸ਼ੇਰ ਬਣਿਆ ਖੜਾ ਸੀ ਸੰਤ ਸੇਵ ਮਹਿ ਲਗਿਆ ਸਰੀਰਾ ਕਹਿ ਲਗੇ ਵੀ ਸੰਤ ਸੇਵਾ ਵਿੱਚ ਜੇ ਇਹਦਾ ਸਰੀਰ ਲੱਗ ਜਾਏਗਾ ਇਹ ਵੱਡੇ ਭਾਗਾ ਵਾਲਾ ਹੈ ਮੇਰਾ ਪੁੱਤਰ ਵੱਡੇ ਭਾਗਾ ਵਾਲਾ ਹੈ ਜਿਹਦਾ ਸਰੀਰ ਕੇ ਸੰਤਾਂ ਸਾਧਾਂ ਦੀ ਸੇਵਾ ਵਿੱਚ ਲੱਗ ਜਾਵੇ ਹੋਰ ਕੀ ਚਾਹੀਦਾ ਹੈ ਇਸ ਜਨਾ ਹਨ ਇਸ ਸਰੀਰ ਨੂੰ ਸਫਲਤਾ ਕਰਨਾ ਸਾਰੀ ਉਮਰ ਲੰਘਾਉਣੀ ਹੈ ਕੀ ਕਰਨਾ ਇਸ ਰੀਨੂ ਇਸਫਲ ਕਰਨਾ ਹੈ ਨਾ ਜੇ ਹੁਣੇ ਸਫਲ ਹੋ ਰਿਹਾ ਤੇ ਇਹਦੇ ਵਿੱਚ ਬੜੀ ਚੰਗੀ ਗੱਲ ਹੈ। ਅਸ ਵਿਚਾਰ ਕਰ ਬਾਂਦੀ ਧੀਰਾ ਅਸ ਵਿਚਾਰ ਕਰ ਐਸਾ ਵਿਚਾਰ ਕਰਕੇ ਉਹ ਰਾਜ ਨੇ ਧੀਰਜ ਧਾਰਿਆ। ਧਰਮਚੰਦ ਨੇ ਢੰਡੋ ਕਿਨੋ ਸ਼ੇਰ ਅਗਾਰੇ ਉਹਨੇ ਆਪਣਾ ਬੱਚਾ ਲਿਆ ਕੇ ਭਾਈ ਬਾਲਾ ਜਿਹੜਾ ਸ਼ੇਰ ਬਣਿਆ ਉਹਦੇ ਮੂਹਰੇ ਖੜਾ ਦਿੱਤਾ ਹੁਣ। ਤਨ ਪੂਪ ਗੁਰਗਿਰਾ ਉਚਾਰੇ ਉਸ ਵੇਲੇ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਉਹ ਰਾਜਾ ਧਰਮਚੰਦ ਨੂੰ ਕਿਹਾ ਕਹਿੰਦਾ ਤਨ ਹੈ ਰਾਜਨ ਤੂੰ। ਤਨ ਹੈ ਕਿ ਉਹ ਮਹਾਰਾਜ ਨੇ ਧੰਨ ਕਿਹਾ ਧਰਮਚੰਦ ਨੂੰ ਸੰਤ ਸੇਵ ਮਹਿ ਤਵ ਮਨ ਰਤਾ ਕਹਿ ਲਗੇ ਤੇਰਾ ਮਨ ਜਿਹੜਾ ਹੈ ਇੰਨਾ ਜਿਹੜਾ ਹੈ ਪਿਆਰ ਵਿੱਚ ਇੰਨੀ ਸ਼ਰਧਾ ਹੈ ਤੇਰੇ ਵਿੱਚ ਸੰਤ ਸੇਵਾ ਨੂੰ ਤੂੰ ਇੰਨੀ ਇੰਪੋਰਟੈਂਸ ਦਿੱਤੀ ਹੈ ਤੂੰ ਇੰਨਾ ਜ਼ਰੂਰੀ ਸਮਝਿਆ ਹੈ ਸੰਤਾਂ ਦੀ ਸੇਵਾ ਕਰਨੀ ਸਤਨਾਮ ਜਪ ਅਬ ਸੁਖ ਦਾਤਾ ਕਹਿ ਲਗੇ ਚਲ ਧਰਮਚੰਦ ਤੂੰ ਸਤਨਾਮ ਦਾ ਜਾਪ ਕਰ ਕਰ ਜਾਪ ਹੁਣ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ ਅੱਜ ਤੈਨੂੰ ਦਿੱਤਾ ਨਾਮ ਮਾਰਾ ਨੇ ਸਭ ਤੋਂ ਵੱਡੀ ਦਾਤ ਕੀ ਆ ਨਾਮ ਹੈ ਨਾ ਮਾਰਾ ਨੇ ਉਹ ਧਰਮਚੰਦ ਨੂੰ ਦਿੱਤਾ ਸਤ ਸੰਗਤ ਮਹਿ ਪ੍ਰੀਤ ਤੁਮਾਰੀ ਕਹਿ ਲਵੇ ਵਰ ਵੀ ਦਿੱਤਾ ਸਤ ਸੰਗਤ ਵਿੱਚ ਤੇਰੀ ਪ੍ਰੀਤ ਬਣੀ ਰਹੇਗੀ ਹਮੇਸ਼ਾ ਤੇਰਾ ਪਿਆਰ ਬਣਿਆ ਰਹੇਗਾ ਤੇਰਾ ਝੁਕਾਓ ਬਣਿਆ ਰਹੇਗਾ ਤੇਰੀ ਰੁਚੀ ਤੇਰਾ ਇੰਟਰਸ ਆ ਸੰਗਤ ਵਿੱਚ ਹੀ ਰਹੇਗੀ ਅੰਤ ਸਮੇ ਗਤ ਪਾਏ ਸੁਖਾਰੇ ਕਹਿ ਲਗੇ ਤੇਰੀ ਗਤੀ ਹੋਗੀ ਬਸ ਅੰਤ ਸਮੇ ਤੇਰੀ ਗਤੀ ਹੋਗੀ ਬਸ ਤੂੰ ਮੁਕਤ ਹੈ ਕਿਆਨੀ ਵਸਾ ਤੇਰੀ ਮੁਕਤੀ ਤਾਂ ਹੁਣੇ ਹੋਗੀ ਕਿਰਤ ਕਾ ਦੇਵਸਤ ਹੈ ਰਹ ਜਗਤੇ ਸਾਰਾ ਮਹਾਰਾਜ ਕੋ ਜੀ ਦਿਨ ਉਥੇ ਰਹੇ ਹਰ ਕੀਰਤ ਕੋ ਦੇਉ ਉਪਦੇਸਾ ਹਰ ਕੀਰਤ ਕੋ ਪਰਮਾਤਮਾ ਦੀ ਪ੍ਰੇਸ਼ ਪਰਮਾਤਮਾ ਦੀ ਵਡਿਆਈ ਸਤਗੁਰਾਂ ਨੇ ਉਥੇ ਬਹਿ ਕੇ ਇਹੀ ਉਪਦੇਸ਼ ਉਥੇ ਦਿੱਤਾ ਸਾਰਿਆਂ ਨੂੰ ਅਪਰ ਥਾਨ ਕੇ ਗਮਨ ਗੁਸਾਈਂ ਮਹਾਰਾਜ ਹੁਣ ਹੋਰ ਥਾਂ ਤੇ ਚੱਲੇ ਹਨ ਹਰ ਵਰਖ ਖੰਡ ਹੋਤੋ ਜਹ ਥਾਈਂ ਦੇਖੋ ਇਥੇ ਮਹਾਰਾਜ ਨੇ ਦੇਖੋ ਕਹਿ ਜਾ ਜਿਹੜਾ ਹੈ ਕਹਿ ਜਾ ਤੈਸ ਲਿਆ ਦੇਖੋ ਇਸੇ ਤਰ੍ਹਾਂ ਹੀ ਹਨਾ ਮਹਾਰਾਜ ਹਮੇਸ਼ਾ ਹੀ ਜਿਹੜਾ ਹੈ ਦੇਖੋ ਆਪਣੇ ਸਿੱਖ ਦਾ ਭਰੋਸਾ ਆਪਣੇ ਸਿੱਖ ਦਾ ਜਿਹੜਾ ਡਿਟਰਮੀਨੇਸ਼ਨ ਵੀ ਦੇਖਦੇ ਆ ਹਨ ਉਹਨਾਂ ਦਾ ਕਮਿਟਮੈਂਟ ਦੇਖਦੇ ਹਨ ਦੇਖੋ ਆਪਣੇ ਵੀ ਟੈਸਟ ਹੁੰਦੇ ਨੇ ਪਰ ਆਪਾਂ ਫੇਲ ਹੋ ਜਾਂਦੇ ਆ ਹਾਂਜੀ ਮਹਾਰਾਜ ਕਿੰਨ ਕਿ ਪਤਾ ਨਹੀਂ ਕਿਦੋਂ ਕਿਸ ਵੇਲੇ ਆਪਣਾ ਟੈਸਟ ਲੈ ਰਹੇ ਹੁੰਦੇ ਹਨ ਸੋ ਇਸ ਕਰਕੇ ਜਿਹੜਾ ਹੈ ਦੇਖੋ ਇਹ ਧਰਮ ਚੰਦ ਜਿਹੜਾ ਸੀ ਇਹ ਰਾਜਾ ਹੋ ਕੇ ਵੀ ਇੰਨੀ ਨਿਮਰਤਾ ਵਿੱਚ ਇੰਨੀ ਸ਼ਰਧਾ ਵਾਲਾ ਸੀ ਜਿਹੜਾ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਆਪਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਆਪਾਂ ਤਾਂ ਜਨਮ ਤੋਂ ਗੁਰੂ ਨਾਨਕ ਨੂੰ ਜਾਣਦੇ ਆਪਾਂ ਫਿਰ ਵੀ ਫੇਲ ਹੋ ਜਾਂਦੇ ਹਾਂ ਹਜੇ ਆਪਾਂ ਭਰੋਸਾ ਨਹੀਂ ਬਣਾ ਸਕੇ ਧਰਮਚੰਦ ਨੇ ਤਾਂ 2 ਮਿੰਟਾਂ 'ਚ ਬਣਾ ਲਿਆ ਭਰੋਸਾ ਗੁਰੂ ਨਾਨਕ ਸਾਹਿਬ ਜੀ ਤੇ ਸੋ ਇਸ ਕਰਕੇ ਭਰੋਸਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰੀਖਿਆ ਲੰਦੇ ਨੇ ਉਹਨਾਂ ਦੀ ਪ੍ਰੀਖਿਆ ਜਿਹੜਾ ਪਾਸ ਹੋ ਜਾਂਦਾ ਉਹ ਤਰ ਜਾਂਦਾ ਹੈ ਹਰ ਵਰਕ ਖੰਡ ਹੋ ਤੋ ਜਿਹੇ ਥਾਈ ਹਰ ਵਰਕ ਖੰਡ ਹੁਣ ਆ ਗਿਆ ਜੀ ਚੌਥਾ ਖੰਡ ਨਿਕਟਨਗਰ ਕੇ ਬੈਠੇ ਜਬ ਹੀ ਮਹਾਰਾਜੀ ਨੇੜੇ ਬਹਿ ਗਏ ਇਹਨੂੰ ਕਿ ਬੁਟਾਨ ਏਰੀਆ ਜਿਹੜਾ ਬੁਟਾਨ ਆ ਨਾ ਜਿਹੜਾ ਬੁਥਾਨ ਸੋ ਉਹ ਦੇ ਨਗਰੀ ਦੇ ਲਾਗੇ ਇਹਨੂੰ ਮੰਨਿਆ ਗਿਆ ਜਿਹੜਾ ਤਵਾਰੀ ਗੁਰਖਾਲਸਾ ਨੇ ਲਿਖਿਆ ਹੈ ਕਹਿੰਦੇ ਇਹ ਟਿਕਾਣਾ ਉਹ ਇਲਾਕੇ ਦੇ ਕਿਤੇ ਹੈ ਤਾਸੀ ਸੁੰਡਣ ਉਹ ਸਾਰਾ ਜਿਹੜਾ ਉਹਨਾਂ ਦਾ ਸ਼ਹਿਰ ਹੈ ਉੱਥੇ ਕਿਤੇ ਹੈ ਸੋ ਇਸ ਕਰਕੇ ਕਹਿੰਦੇ ਇਹ ਜਿਹੜੇ ਸ਼ਹਿਰ ਦੇ ਵਿੱਚ ਨਾ ਕਹਿੰਦੇ ਅਸਕਰੋ ਕਹਿੰਦਾ ਇੱਕ ਅਸਕਰੋ ਥਾਂ ਹੈ ਜਿੱਥੇ ਉਹਦੇ ਵਿੱਚ ਹਜੇ ਤੱਕ ਉਹ ਧਰਮਸਾਲ ਬਣੀ ਹੋਈ ਹੈ ਗੁਰੂ ਨਾਨਕ ਸਾਹਿਬ ਜੀ ਦੀ ਸੋ ਉਹ ਸਮੇਂ ਤੱਕ ਜਿੱਥੋਂ ਤੱਕ ਇਤਵਾਰੀ ਗੁਰਖਾਲਸਾ ਲਿਖੀ ਸੀ ਉਦੋਂ ਤੱਕ ਹੈਗੀ ਸੀ ਤੇ ਕਹਿੰਦੇ ਉੱਥੇ ਇੱਕ ਗੁਰੂ ਨਾਨਕ ਸਾਹਿਬ ਜੀ ਦੀ ਮੂਰਤੀ ਬਣੀ ਹੋਈ ਹੈ ਮੋ ਇਹ ਇੱਕ ਜਲ ਸਟੈਚੂ ਬਣਾਈ ਹੋਈ ਹੈ ਜਿਸਦੇ ਅੱਗੇ ਗੁਰੂ ਨਾਨਕ ਸਾਹਿਬ ਦੇ ਅੱਗੇ ਇੱਕ ਰਾਜਾ ਹੱਥ ਜੋੜ ਕੇ ਖੜਾ ਹੈ ਸੋ ਕਹਿੰਦੇ ਇਹ ਮੂਰਤੀ ਉਸ ਧਰਮਸਾਲਾਂ ਵਿੱਚ ਬਣੀ ਹੋਈ ਹੈ ਤੇ ਉੱਥੇ ਜਿਹੜਾ ਹੈ ਇਹ ਅਸਕਰੋ ਥਾਂ ਹੈ ਜਿੱਥੇ ਧਰਮਸਾਲ ਬਣੀ ਹੋਈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੂਰਤੀ ਤੇ ਰਾਜਾ ਹੱਥ ਜੋੜ ਕੇ ਸਾਹਮਣੇ ਖੜਾ ਇਹ ਮੂਰਤੀ ਉੱਥੇ ਬਣੀ ਹੋਈ ਹੈ ਸੋ ਇਤੇ ਇਹ ਤਿਵਾਰੀ ਗੁਰੂ ਖਾਲਸਾ ਲਿਖਦਾ ਹੈ ਨਕਟਨਗਰ ਕੇ ਬੈਠੇ ਜਬ ਹੀ ਮਹਾਰਾਜ ਨਗਰ ਦੇ ਨੇੜੇ ਜਾ ਕੇ ਬੈਠ ਗਏ ਗੁਰੂ ਨਾਨਕ ਸਾਹਿਬ ਜੀ ਮਹਕੋ ਪੂਪਤ ਆਇਓ ਤਬ ਹੀ ਉਸ ਥਾਂ ਦਾ ਜਿਹੜਾ ਰਾਜਾ ਸੀ ਉਹ ਚਲ ਕੇ ਆਇਆ ਹੱਥ ਬੰਦ ਬਹੁ ਬੇਨਤੀ ਕਰਕੇ ਹੱਥ ਜੋੜ ਕੇ ਬੜੀ ਬੇਨਤੀ ਕੀਤੀ ਉਸ ਰਾਜੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਰਿਓ ਚਰਨ ਪਰ ਨੱਚ ਸਿਰ ਧਰ ਕੇ ਜਿਵੇਂ ਕਹਿੰਦੇ ਉਹਨੇ ਮਹਾਰਾਜ ਦੇ ਜਿਹੜੇ ਹੰ ਚਰਨਾ ਤੇ ਆਪਣਾ ਸੀਸ ਰੱਖ ਦਿੱਤਾ ਤੇ ਬੜੀਆਂ ਬੇਨਤੀਆਂ ਕੀਤੀਆਂ ਉਹ ਅਧੀਨ ਜਬ ਰਹੇ ਹੋ ਅਗਾਰੇ ਜਦੋਂ ਮਾਰ ਨੇ ਦੇਖਿਆ ਬੜਾ ਅਧੀਨ ਹੋ ਗਿਆ ਬੜਾ ਸ਼ਰਧਾ ਹੈ ਜੋ ਆਪਣੇ ਆਪ ਨੂੰ ਸਰੈਂਡਰ ਕੀਤਾ ਰਾਜੇ ਦੇ ਉਹ ਭਾਵਨਾ ਸੀ ਸਰੈਂਡਰ ਹੋਣ ਦੀ ਤੇ ਇੰਨੀ ਭਾਵਨਾ ਨੂੰ ਦੇਖ ਕੇ ਉਸ ਦਾ ਪਿਆਰ ਦੇਖ ਕੇ ਮਹਾਰਾਜ ਨੇ ਐਸੇ ਬਚਨ ਕੀਤੇ ਉਸ ਵੇਲੇ ਜੋ ਇਹ ਪਦਾਰਥ ਹੈ ਮਨ ਅਬਿਲਾਖੋ ਕਹਿੰਦੇ ਜੋ ਇਹ ਪਦਾਰਥ ਹੈ ਕਹਿੰਦਾ ਜੋ ਪਦਾਰਥ ਜੋ ਤੈਨੂੰ ਚਾਹੀਦਾ ਹੈ ਜੋ ਤੇਰੇ ਮਨ ਨੂੰ ਚੰਗਾ ਲੱਗੇ ਪਿਆਰਾ ਲੱਗੇ ਸੋ ਲੀਜੈ ਨੇ ਜਮੁਖ ਤੇ ਪਖੋ ਕਹਿੰਦੇ ਰਾਜਨ ਮਿੱਤੋ ਲੈ ਲੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੋ ਤੈਨੂੰ ਚਾਹੀਦਾ ਤੂੰ ਲੈ ਲੈ ਕਹਿੰਦਾ ਜੋ ਆਪਣੇ ਬਸ ਮੂੰਹ ਤੋਂ ਤੈਨੂੰ ਦੱਸਣ ਦੀ ਲੋੜ ਹੈ ਉਹ ਅਸੀਂ ਪੂਰਾ ਕਰ ਦੇਵਾਂਗੇ ਤੈਨੂੰ ਦੇ ਦੇਵਾਂਗੇ ਸਤਗੁਰ ਕੀ ਸਿੱਖੀ ਔਰ ਧਾਰ ਰੋ ਕਹਿ ਲਗੇ ਦੇਖੋ ਸਤਗੁਰਾਂ ਦੀ ਸਿੱਖੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ ਜਨਮ ਮਰਨ ਕੇ ਬੰਧਨ ਨਿਵਾਰ ਹੋ ਤੇ ਜਨਮ ਤੇ ਮਰਨ ਦੇ ਜਿਹੜੇ ਬੰਧਨ ਹਨ ਇਹਨਾਂ ਨੂੰ ਦੂਰ ਕਰ ਦਿਓ ਸੁਣ ਬਾਨੀ ਆਪਣੇ ਅਨੁਕੂਲਾ ਤੂੰ ਜਦੋਂ ਉਹ ਰਾਜੇ ਨੇ ਸੁਣੀ ਵੀ ਮੇਰੇ ਭਲੇ ਵਾਸਤੇ ਮਹਾਰਾਜ ਜੀ ਕਹਿ ਰਹੇ ਨੇ ਵੀ ਮੇਰਾ ਭਲਾ ਕਰ ਰਹੇ ਨੇ ਸਤਿਗੁਰ ਜੀ ਵੀ ਮੇਰੇ ਜੋ ਇੰਟਰਸ ਜੋ ਮੇਰਾ ਇੰਟਰਸ ਹੈ ਉਹ ਮਹਾਰਾਜ ਜੀ ਐਡਰੈਸ ਕਰ ਰਹੇ ਹਨ ਹੈ ਭੂਪ ਤਮ ਮੰਗਲ ਮੂਲਾ ਉਸ ਲਈ ਇਸ ਭੂਪ ਇਸ ਰਾਜੇ ਨੇ ਕਿਹਾ ਤੂੰ ਮੰਗਲ ਮੂਲਾ ਮਹਾਰਾਜ ਤੁਸੀਂ ਤਾਂ ਖੁਸ਼ੀਆਂ ਦੇ ਮੂਲ ਹੋ ਤੁਸੀਂ ਤਾਂ ਖੁਸ਼ੀਆਂ ਦੇ ਜੜ ਹੋ ਥੋਥੋ ਹੀ ਸਾਰੀਆਂ ਖੁਸ਼ੀਆਂ ਬਣਦੀਆਂ ਹਨ ਹੋ ਸੰਤ ਜੀ ਸਭ ਦੁੱਖ ਦਾਈ ਸੁੱਖ ਦਾਈ ਸੁਣੋ ਸੰਤ ਜੀ ਸਬਸੋਖ ਦਾ ਇਹ ਕਹਿੰਦੇ ਕਿ ਤੁਸੀਂ ਸੁੱਖਾਂ ਦੇ ਦਾਤੇ ਹੋ ਸੰਤ ਜੀ ਮੇਰੀ ਇੱਕ ਬੇਨਤੀ ਸੁਣ ਲਓ ਇਹ ਤਾਂ ਸੰਤ ਤਬਾਹ ਕੀਏ ਉਪਾਏ ਦੇਖੋ ਕਹਿੰਦੇ ਮਹਾਰਾਜ ਹੈ ਤਾਂ ਸਭ ਕੁਝ ਸੁੱਖਾਂ ਦਾ ਹੀ ਆ ਸਾਡੇ ਕੋਲ ਪਰ ਇੱਕ ਘਾਟ ਹੈ ਸਾਡੇ ਕੋਲ ਕਹਿੰਦੇ ਅਸੀਂ ਆਪਣੇ ਪੁੱਤਰ ਲੈਣ ਵਾਸਤੇ ਵੀ ਸਾਡੇ ਘਰ ਚ ਪੁੱਤਰ ਹੋਵੇ ਅਸੀਂ ਬਹੁਤ ਕੁਝ ਕੀਤਾ ਬੜਾ ਕੁਛ ਕਰਕੇ ਦੇਖ ਲਿਆ ਪਰ ਪੁੱਤਰ ਨਹੀਂ ਹੁੰਦਾ ਇਸ ਪ੍ਰਕਾਰ ਅਬਲਾਖ ਨਾ ਪੂਰੀ ਕਹਿ ਲਗੀ ਸਾਡੀ ਅਬਲਾਸ਼ਾ ਪੁੱਤਰ ਦੀ ਨਹੀਂ ਅਜੇ ਤੱਕ ਪੂਰੀ ਹੋਈ ਕਰ ਉਪਚਾਰ ਰਹੀ ਪਨ ਓਰੇ ਪਰ ਮਹਾਰਾ ਸਾਡੇ ਯਤਨ ਸਾਰੇ ਨੇ ਜਿਹੜੇ ਓਨੇ ਹੀ ਰਹਿ ਗਏ ਮਤਲਬ ਕੋਈ ਵੀ ਸਿਰੇ ਨਾ ਚੜਿਆ ਐਕੰਪਲਿਸ਼ ਨਹੀਂ ਅਸੀਂ ਕੀਤਾ ਸਾਨੂੰ ਪੁੱਤਰ ਚਾਹੀਦਾ ਹੈ ਕੀਤਾ ਬਹੁਤ ਕੁਛ ਪਰ ਉਹਦਾ ਰਿਜ਼ਲਟ ਨਹੀਂ ਚੰਗਾ ਮਿਲਿਆ ਹੁਣ ਤੱਕ ਜੇ ਅਬ ਤੁਮ ਸੰਤਤ ਦੇਹੋ ਮੋਹੀ ਮਹਾਰਾ ਜੇ ਤੁਸੀਂ ਮੈਨੂੰ ਆਪਣਾ ਜਿਹੜਾ ਹਨ ਅੱਜ ਮੈਨੂੰ ਆਪਣੀ ਸੰਤਾਨ ਦੇ ਦਿਓ ਮਾਰਾ ਮੈਨੂੰ ਸੰਤਾਨ ਦੇ ਦਿਓ ਮੈਨੂੰ ਕੋਈ ਪੁੱਤਰ ਦੇ ਦਿਓ। ਲਿਓ ਰਾਵਰ ਉਪਦੇਸ਼ ਜੋ ਹੋਹੀ। ਮਾਰਾ ਜੋ ਤੁਹਾਡਾ ਉਪਦੇਸ਼ ਹੋਵੇਗਾ। ਮੈਂ ਉਹ ਲਵਾਂਗਾ। ਮੈਂ ਤੁਹਾਡਾ ਉਪਦੇਸ਼ ਲੈ ਕੇ ਤੁਹਾਡਾ ਸਿੱਖ ਬਣਾਂਗਾ। ਭਾਵੇਂ ਇੱਛਾ ਪੂਰੀ ਕਰ ਦਿਓ ਮੈਨੂੰ ਪੁੱਤਰ ਦੀ ਦਾਤ ਦੇ ਦਿਓ। ਐਸੀ ਬੇਨਤੀ ਸੁਣ ਜਾਗ ਨਾ ਥਾ। ਜਦੋਂ ਜਗਤ ਦੇ नाथ ਤੇ ਜਗਤ ਦੇ ਸਵਾਮੀ ਨੇ ਐਸੀ ਬੇਨਤੀ ਸੁਣੀ। ਤਾਂ ਇਹ ਲੌਂਗ ਦਵਾ ਤਾਂ ਕਿ ਹਾਥਾ। ਮਾਰਾ ਨੇ ਦੋ ਲੌਂਗ। ਲੌਂਗ ਸੀ ਮਹਾਰਾਜ ਕੋਲ। ਕੀ ਕਹਿੰਦੇ ਅੰਗਰੇਜ਼ੀ ਚ? ਕਲੌਫ। ਆਹ ਕਲੌਫ। ਹਾਂਜੀ ਸੋ ਦੋ ਲੌਂਗ ਸੀ ਮਹਾਰਾ ਨੇ ਦੋ ਲੌਂਗ ਜਿਹੜੇ ਹਨ ਆਪਣੇ ਹੱਥੇ ਚੱਕ ਕੇ ਉਹ ਰਾਜੇ ਨੂੰ ਦਿੱਤੇ ਇੱਕ ਲਾਈਚੀ ਦੇ ਤੇ ਪਾਨ ਤੇ ਇੱਕ ਲਾਈਚੀ ਦੇ ਦਿੱਤੀ ਦੋ ਲੌਂਗ ਤੇ ਇੱਕ ਲਾਈਚੀ ਲਾਈਚੀ ਆਂ ਲਾਈਚੀ ਉਹ ਕੀ ਕਹਿੰਦੇ ਆਂ ਅੰਗਰੇਜ਼ੀ ਚ ਹਾਂ ਕੜਮਨ ਆਂਦੀ ਕੜਮਨ ਦਿੱਤਾ ਤੇ ਜਿਹੜਾ ਹੈ ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਸੀ ਦਿੰ ਸਪਾਈਸਸ ਜਿਹੜੀਆਂ ਸੀ ਮਾਰ ਉਹਨੇ ਹੱਥ 'ਚ ਫੜਾਤੀਆਂ ਕਹੇ ਉਹ ਦੇਹੋ ਰਾਣੀ ਕੋ ਖਾਣੇ ਮਹਾਰਾਜ ਨੇ ਕੀ ਕਿਹਾ ਕਹਿੰਦੇ ਇਹ ਤਿੰਨੇ ਜਿਹੜੇ ਹਨ ਦੋ ਲੌਂਗ ਤੇ ਇੱਕ ਲਾਈਚੀ ਕਹਿੰਦੇ ਦੇ ਦਿਓ ਰਾਣੀ ਨੂੰ ਖਾਣ ਵਾਸਤੇ ਆਪਣੀ ਰਾਣੀ ਨੂੰ ਦੋ ਖਾਣ ਵਾਸਤੇ ਵਾਹ ਸੰਤਤ ਸਦਨਤ ਤੁਹਾਾਰੇ ਹਾਂ ਕਹਿੰਦੇ ਤੁਹਾਡੇ ਘਰ 'ਚ ਸੰਤਾਨ ਹੋਵੇਗੀ ਸਤਿਨਾਮ ਜਪ ਸੰਜਸ ਕਰੇ ਹਾਂ ਯਾਨੀ ਸਤਿਨਾਮ ਦਾ ਜਾਪ ਕਰੋ ਤੁਹਾਨੂੰ ਉਪਦੇਸ਼ ਇਹ ਹੈ ਕਿ ਸਤਿਨਾਮ ਦਾ ਜਾਪ ਜਿਹੜਾ ਹੈ ਸੰਜਸ ਕਰੇ ਸਵੇਰੇ ਸ਼ਾਮ ਤੁਸੀਂ ਸਤਨਾਮ ਦਾ ਜਪ ਜਹਾਣ ਸਿਮਰਨ ਕਰਿਆ ਕਰੋ ਸਤ ਸੰਗਤ ਮਹਿ ਕੀਰਤ ਸੁਣੀਏ ਕਹਿੰਦੇ ਸਤ ਸੰਗਤ ਦੇ ਵਿੱਚ ਬਹਿ ਕੇ ਪ੍ਰਮਾਤਮਾ ਦੀ ਕੀਰਤੀ ਪ੍ਰੇਸ਼ ਨੂੰ ਸੁਣਿਆ ਕਰੋ ਗੁਰਬਾਣੀ ਸੁਣਿਆ ਕਰੋ ਸਹਿਬਾਸਨਾ ਮਨ ਤੇ ਹਨੀਏ ਤੇ ਨਾਸ਼ ਕਰੋ ਆਪਣੇ ਵਿੱਚੋਂ ਜਿਹੜੇ ਈਵਲ ਡਿਲਾਇਸ ਨੇ ਵਾਇਸਸ ਨੇ ਇਹ ਜਿਹੜੇ ਜਿਹੜੇ ਵਿਕਾਰ ਨੇ ਇਹਨਾਂ ਨੂੰ ਅੰਦਰੋਂ ਹੀ ਅੰਦਰੋਂ ਨਾਸ਼ ਕਰੋ ਕਿਤਕ ਦਿਵਸ ਤਹ ਰੱਖਿਓ ਡੇਰਾ ਮਹਾਰਾ ਨੇ ਕੁਝ ਦਿਨ ਉੱਥੇ ਰਹੇ ਸਿੱਖੀ ਮਗ ਪ੍ਰਗਟਾਇਕ ਨੇਰਾ ਮਹਾਰਾ ਨੇ ਸਿੱਖੀ ਦਾ ਮਾਰਗ ਉੱਥੇ ਪ੍ਰਗਟ ਕੀਤਾ ਉਤੇ ਸਿੱਖ ਫਲਾਇ ਸਤਗੁਰਾਂ ਨੇ ਇੰਤੇ ਹੋਇਆ ਕਰ ਵਿਦਾ ਬਹੋਰਾਂ ਮਹਾਰਾਜ ਉਹਨਾਂ ਤੋਂ ਫੇਰ ਵਿਦਾ ਹੋ ਕੇ ਫਿਰ ਅੱਗੇ ਗਏ ਗੋਕਰਖੰਡ ਹੋਤੋ ਜਿਹੇ ਠੌਰਾਂ ਹਾਂ ਕੁਰਖੰਡ ਸੋ ਕੁਰਖੰਡ ਜਿਹੜਾ ਹੈ ਇੱਥੇ ਪਹੁੰਚੇ ਸਤਗੁਰੂ ਜੀ ਸੋ ਅਗਲਾ ਖੰਡ ਇਹ ਹੈ ਸ਼ੇਵਾ ਜਿਵੇਂ ਐਸਾ ਤੇਨ ਲੋਕਾਂ ਬੇਵਹਾਰਾਂ ਤੋਂ ਤਵਾਰੀ ਗੁਰਖਾ ਸਾਹਿਬ ਕਹਿੰਦਾ ਏ ਟੀਬੈਟ ਹੈ ਟੀਬੈਟ ਚੀਨ ਜਿਹੜਾ ਚਾਇਨਾ ਏਰੀਆ ਤੇ ਟੀਬੈਟ ਹੈ ਇਹਨੂੰ ਕਹਿੰਦੇ ਜਿਹੜਾ ਉਹ ਥਾਂ ਹੈ ਕੁਰਖੰਡ ਸੋ ਕਹਿੰਦੇ ਤੈਸੇ ਤਿੰਨ ਲੋਕਨ ਵਿਵਹਾਰਨ ਕਹਿੰਦੇ ਉੱਥੇ ਲੋਕਾਂ ਦਾ ਵਿਵਹਾਰ ਐਸਾ ਸੀ ਸੁਨਸਰੇ ਅੰਗਦ ਪਰਮ ਉਧਾਰਨ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਥੋੜੇ ਜਿਹਾ ਹੈਰਾਨ ਕਰਨ ਵਾਲਾ ਉਹਨਾਂ ਦਾ ਵਿਵਹਾਰ ਸੀਗਾ ਕਹਿੰਦੇ ਇਹ ਪਰਮ ਉਧਾਰਨ ਹੈ ਪਰਮ ਉਧਾਰਨ ਹੈ ਜੈ ਜਨਰਸ ਸੁਪਰੀਮਲੀ ਜਨਰਸ ਗੁਰੂ ਅੰਗਦ ਦੇਵ ਜੀ ਤੁਸੀਂ ਇਹ ਹੁਣ ਅਸ਼ਾਖੀ ਅਗੇ ਸੁਣੋ ਜੇ ਛਿਨ ਤੈ ਕੇ ਸੁੱਤ ਉਪਜਾਈ ਦੇਖੋ ਕਹਿੰਦੇ ਜੇ ਛਿਨ ਤਿੰਨ ਕੇ ਸੁੱਤ ਉਪਜਾਈ ਜਦੋਂ ਉਹਨਾਂ ਦੇ ਘਰ ਚ ਕੋਈ ਬੱਚਾ ਜਨਮ ਲੰਦਾ ਹੈ ਉਹ ਰੋਦਨ ਸਦਨ ਕਰਾਂ ਤੈ ਆਏ ਉਹ ਘਰ ਵਿੱਚ ਰੋਂਦੇ ਨੇ ਇਕੱਠੇ ਹੋ ਕੇ ਸਾਰੇ ਧਾ ਮਾਰ ਮਾਰ ਕੇ ਰੋਂਦੇ ਨੇ ਜੇ ਕੋਈ ਬੱਚੇ ਦਾ ਜਨਮ ਹੋਵੇ ਬਹੁਤ ਰੋਂਦੇ ਨੇ ਉਹ ਰੋ ਰੋ ਕੇ ਘਰ ਜਿਹੜਾ ਪੁੱਠਾ ਕਰ ਦਿੰਦੇ ਨੇ ਰੋ ਰੋ ਕੇ ਜਦ ਕੋ ਮਨੁੱਖ ਮ੍ਰਿਤਕ ਹੋਇ ਜਾਵੇ ਜਦੋਂ ਕੋਈ ਮਨੁੱਖ ਮਰੇ ਜੇ ਜੀ ਮੌਤ ਹੋ ਜਾਵੇ ਡੈਥ ਹੋਵੇ ਘਰ ਵਿੱਚ ਹਾਂ ਸਵੇ ਲਾਸ ਕਰ ਤੇ ਮਨ ਪਾਵੈ ਉਸ ਮੇਰੇ ਹੱਸ ਦੇ ਨੇ ਉੱਚੀ ਉੱਚੀ ਹੱਸ ਦੇ ਨੇ ਹਾਂ ਜੀ ਜਿਹੜਾ ਹਾਂ ਉੱਚੀ ਉੱਚੀ ਹਸਣਗੇ ਜਦੋਂ ਕੋਈ ਮਰਿਆ ਜੰਮਿਆਂ ਤਾਂ ਰੋਂਦੇ ਨੇ ਤਾਂ ਹਾਂ ਮਾਰ ਮਾਰ ਕੇ ਤੇ ਜਦੋਂ ਜਿਹੜਾ ਹਾਂ ਕੋਈ ਮਰੇ ਮਰੇ ਨੂੰ ਹੱਸ ਦੇ ਨੇ ਉੱਚੀ ਉੱਚੀ ਹਸਨ ਦੇ ਲੋਕਾਂ ਨੂੰ ਸਤਸਾਦ ਕੇ ਘਰੇ ਹਸਾਉਂਦੇ ਹਨ ਤਹਾਂ ਨਗਰ ਕੇ ਜਾਏ ਸਮੀਪਾ ਉਸ ਨਗਰ ਦੇ ਨੇੜੇ ਚਲੇ ਗਏ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੈਠ ਗਏ ਬੇਦੀ ਕੁਲਦੀਪਾ ਮਹਾਰਾਜ ਜੀ ਬੈਠ ਕੇ ਜੋ ਬੇਦੀ ਕੁਲ ਦੇ ਦੀਪ ਹਨ ਮਰਦਾਨਾ ਸੁਣ ਕੇ ਤਨੇ ਗਾਥਾ ਭਾਈ ਮਰਦਾਨਾ ਜੀ ਜਿਹੜਾ ਹੈ ਉਹਨਾਂ ਦੀਆਂ ਜਿਹੜੀਆਂ ਹਨ ਇਹ ਗਾਥਾ ਸੁਣ ਕਰਕੇ ਵੀ ਇਸ ਤਰ੍ਹਾਂ ਇਹ ਕਰਦੇ ਹਨ ਲੋਕ ਪੂਜਨ ਲਗਾ ਪ੍ਰਭੂ ਕੇ ਸਾਥਾ ਉਚਲ ਲਗੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਹੈਰਾਨ ਜਾ ਹੋ ਕੇ ਵੱਡੇ ਕੌਤਕੀ ਨਰ ਇਹ ਥਾਈ ਮਹਾਰਾਜ ਵੱਡੇ ਕੌਤਕੀ ਕੀ ਬੰਦੇ ਆ ਇਹ ਕੀ ਕੌਤਕ ਜਾਂ ਕੀ ਖੇਡਾਂ ਜਾਂ ਕਰਦੇ ਆ ਨੇ ਲੋਕ ਇੱਥੇ ਦੇ ਮੈਂ ਬਾਤਾਂ ਵਿਪਰੀਤ ਕਰਾਈ ਮਹਾਰਾਜ ਇਹ ਪੁੱਠੀਆਂ ਗੱਲਾਂ ਕਰਦੇ ਨੇ ਹਾਂਜੀ ਜਦੋਂ ਰੋਣਾ ਚਾਹੀਦਾ ਉਦੋਂ ਹੱਸਦੇ ਨੇ ਜੋ ਹੱਸਣਾ ਚਾਹਦਾ ਉਦੋਂ ਰੋਂਦੇ ਨੇ ਕਹਿੰਦੇ ਕਰਦੇ ਕੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿਦੋਂ ਰੋਈਦਾ ਤੇ ਕਿਦੋਂ ਹੱਸੀਦਾ ਹੈ ਸ੍ਰੀ ਗੁਰੂ ਕਹੈ ਸੁਣੋ ਮਰਦਾਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਗੱਲ ਸੁਣ ਕੇ ਨਾ ਕਹਿੰਦੇ ਮਰਦਾਨਿਆਂ ਗੱਲ ਸੁਣ ਇਨ ਘੇਰੇ ਦਾ ਦੇਖ ਅਗਿਆਨਾ ਮਹਾਰਾਜ ਕਹਿੰਦੇ ਇਹਨਾਂ ਦੇ ਹਿਰਦੇ ਵਿੱਚ ਨਾ ਬਹੁਤ ਅਗਿਆਨਤਾ ਹੈ ਇਗਨੋਰੈਂਸ ਹੈ ਇਹਨਾਂ ਦੇ ਹਿਰਦੇ ਦੇ ਵਿੱਚ ਬਹੁਤ ਸਾਰੀ ਵਾਹਿਗੁਰੂ ਜਬ ਜਾਗ ਤੇ ਪਠਾਵਤ ਕਹਿ ਲਗੇ ਜਦੋਂ ਪਰਮਾਤਮਾ ਕਿਸੇ ਨੂੰ ਸੰਸਾਰ ਵਿੱਚ ਭੇਜਦਾ ਹੈ ਮਤਲਬ ਕਿ ਜੇ ਜਨਮ ਲੈਣ ਵਾਸਤੇ ਕਿਸ ਨੂੰ ਹੁਕਮ ਕਰਕੇ ਭੇਜਦਾ ਹੈ ਅਬ ਇਹ ਰੁਦਨ ਕਰ ਤੇ ਦੁਖ ਪਾਵਤ ਹਾਂ ਤੇ ਇਹ ਦੁੱਖ ਪਾਉਂਦੇ ਨੇ ਵੀ ਕਿਉਂ ਆ ਗਿਆ ਹਾਂਜੀ ਰੋਂਦੇ ਹਨ ਹੁਣ ਕੰਮ ਕਰ ਤੇ ਜਬ ਬੋਲ ਪਠਾਵਤ ਹਾਂ ਕਹਿ ਲਗੇ ਜਦੋਂ ਹੁਕਮ ਆਪਣਾ ਭੇਜ ਕਰਕੇ ਪਰਮਾਤਮਾ ਜੇ ਹੋਏ ਬੰਦੇ ਨੂੰ ਵਾਪਸ ਲੰਦਾ ਮਤਲਬ ਡੈਥ ਹੁੰਦੀ ਹੈ ਜਦੋਂ ਆਪ ਮਿਲ ਕਰ ਔਰ ਮੈਂ ਹਰ ਖਾਵਤ ਉਹ ਤੋਂ ਮਿਲ ਕੇ ਹਰ ਕਾਉਂਦੇ ਨੇ ਹੱਸਦੇ ਨੇ ਹਾਂਜੀ ਬਹੁਤ ਖੁਸ਼ ਹੁੰਦੇ ਨੇ ਵੀ ਇਹ ਚੱਲਿਆ ਗਿਆ ਹੁਣ ਗਿਆਨ ਸਹਿਤ ਇਨਕੋ ਵਿਵਹਾਰ ਕਹਿੰਦੇ ਇਸ ਕਰਕੇ ਅਗਿਆਨਤਾ ਦੇ ਕਰਕੇ ਇਹਨਾਂ ਦਾ ਐਸਾ ਵਿਵਹਾਰ ਐਸਾ ਇਹਨਾਂ ਦੀ ਪ੍ਰੈਕਟਿਸ ਬਣੀ ਹੋਈ ਹੈ ਸੁਣੀਏ ਗਿਆਨੀ ਕੇਰ ਅਚਾਰ ਕਹਿੰਦੇ ਸੁਣੀਏ ਗਿਆਨੀ ਕੇਰ ਅਚਾਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗਿਆਨੀ ਪੁਰਸ਼ ਜਿਹੜੇ ਨੋਲੇਜਬਲ ਹੁੰਦੇ ਨੇ ਉਹ ਕੀ ਕਰਦੇ ਨੇ ਉਹਨਾਂ ਦੀ ਸੁਣ ਹੁਣ ਜੇ ਤੇ ਉਰਮਹਿ ਹਰਖਾਵਤ ਦੇਖੋ ਜੇ ਪ੍ਰਮਾਤਮਾ ਕਿਸੇ ਨੂੰ ਭੇਜਦਾ ਹੈ ਤਾਂ ਉਹ ਬੱਚੇ ਦਾ ਜਨਮ ਹੁੰਦਾ ਹੈ ਉਹ ਜਨਮ ਲੈ ਕੇ ਜਦੋਂ ਕੋਈ ਆਉਂਦਾ ਹੈ ਪ੍ਰਮਾਤਮਾ ਦਾ ਭੇਜਿਆ ਹੋਇਆ ਜਿਹਨੂੰ ਪ੍ਰਮਾਤਮਾ ਅਪਰਾਲ ਵੱਧ ਕਰਮ ਲਿਖ ਕੇ ਭੇਜਦਾ ਹੈ ਸੰਸਾਰ ਤੇ ਉਰਮਹਿ ਹਰਖਾਵਤ ਉਹ ਆਪਣੇ ਦਿਲ ਚ ਖੁਸ਼ ਹੁੰਦੇ ਨੇ ਵੀ ਆਇਆ ਹੈ ਕਿ ਜਨਮ ਲਿਆ ਹੈ ਇਸ ਬੱਚੇ ਨੇ ਬੋਲ ਪਠੇ ਤੇ ਮਨ ਸੁਖ ਪਾਵਤ ਆ ਬੋਲ ਪਠੇ ਤੇ ਕਿਉਂ ਖੁਸ਼ ਹੁੰਦੇ ਨੇ ਕਿਉਂਕਿ ਇਹਨੂੰ ਪ੍ਰਮਾਤਮਾ ਨੇ ਭੇਜਿਆ ਹੈ ਇਹਨੂੰ ਬੋਲ ਕੇ ਮਤਲਬ ਇਹਦੇ ਪ੍ਰਾਲਬੱਧ ਕਰਮ ਲਿਖ ਕੇ ਇਹਨੂੰ ਇੱਥੇ ਸੰਸਾਰ ਤੇ ਭੇਜਿਆ ਉਹਨਾਂ ਨੂੰ ਭੁਗਤਣ ਵਾਸਤੇ ਸਿਮਰਨ ਕਰ ਤੇ ਦੋ ਬਿਦ ਮਾਹੀ ਹਾਂ ਕਿ ਲਗੇ ਫਿਰ ਕਹਿੰਦੇ ਬੋਲ ਪਠੇ ਤੇ ਮਨ ਸੁਖ ਪਾਵਤ ਜਦੋਂ ਕੋਈ ਪਰਮਾਤਮਾ ਬੋਲ ਪਠੇ ਜਦੋਂ ਬੋਲ ਕੇ ਉਹਨਾਂ ਨੂੰ ਪਠੇ ਸੱਦ ਲੰਦਾ ਹੈ ਆਪਣੇ ਕੋਲ ਬੁਲਾ ਲੰਦਾ ਹੈ ਮਤਲਬ ਡੈਥ ਹੋ ਜਾਂਦੀ ਹੈ ਤਾਂ ਉਸ ਵੇਲੇ ਵੀ ਕਹਿੰਦੇ ਉਹ ਸੁਖ ਪਾਉਂਦੇ ਨੇ ਦੇਖੋ ਨਾ ਇੱਥੇ ਫਰਕ ਇਹ ਹੈ ਭੇਜੇ ਤੇ ਹਰਖਾਵਤ ਸ਼ਬਦ ਵਰਤਿਆ ਹੈ ਖੁਸ਼ ਹੁੰਦੇ ਨੇ ਪਰ ਜਦੋਂ ਜਿਹੜਾ ਹੈ ਬੰਦਾ ਜਦੋਂ ਡੈਥ ਹੁੰਦੀ ਹੈ ਉਦੋਂ ਵੀ ਉਹ ਸੁੱਖ ਮਨਾਉਂਦੇ ਨੇ ਸੁੱਖ ਮਨਾਉਂਦੇ ਨੇ ਮਤਲਬ ਖੁਸ਼ ਨਹੀਂ ਹੁੰਦੇ ਸੁੱਖ ਮਨਾਉਂਦੇ ਨੇ ਤੇ ਦੋਵਾਂ ਵਿੱਚ ਫਰਕ ਹੈ ਸੋ ਇਸ ਕਰਕੇ ਕਹਿੰਦੇ ਉਹ ਸੁੱਖ ਮਨਾਉਂਦੇ ਨੇ ਜਦੋਂ ਕੋਈ ਡੈਥ ਵੀ ਹੁੰਦਾ ਉਦੋਂ ਵੀ ਸੁੱਖ ਬਣਾਉਂਦੇ ਪਾਣੀ ਵਿੱਚ ਰਹਿੰਦੇ ਹਨ ਕਿਉਂਕਿ ਉਹਨਾਂ ਵਾਸਤੇ ਭੇਜਣ ਵਾਲਾ ਤੇ ਬੁਲਾਉਣ ਵਾਲਾ ਉਹੀ ਪਰਮਾਤਮਾ ਹੈ ਇਸ ਕਰਕੇ ਸਿਮਰਨ ਕਰਦੇ ਉਹ ਬੇਦਮਾਹੀ ਹਾਂ ਕਹਿੰਦੇ ਫਿਰ ਉਹ ਸਿਮਰਨ ਕਰਦੇ ਨੇ ਜਨਮ ਵੇਲੇ ਵੀ ਜਦੋਂ ਬੱਚਾ ਕੋਈ ਜਨਮ ਲੈਂਦਾ ਉਦੋਂ ਸਿਮਰਨ ਕਰਦੇ ਨੇ ਪਰਮਾਤਮਾ ਨੂੰ ਯਾਦ ਕਰਦੇ ਨੇ ਪਰਮਾਤਮਾ ਦੀ ਉਸਤਤ ਕਰਦੇ ਨੇ ਪਰਮਾਤਮਾ ਦੇ ਗੁਣ ਗਾਉਂਦੇ ਨੇ ਪਰ ਜਦੋਂ ਫਿਰ ਕੋਈ ਜਿਹੜਾ ਹੈ ਕੋਈ ਮਰਦਾ ਹੈ ਤਾਂ ਉਦੋਂ ਵੀ ਸਿਮਰਨ ਕਰਦੇ ਨੇ ਉਦੋਂ ਵੀ ਬਾਣੀ ਪੜ੍ਹਦੇ ਨੇ ਉਦੋਂ ਵੀ ਪਰਮਾਤਮਾ ਦੇ ਬਾਣੇ ਵਿੱਚ ਰਹਿੰਦੇ ਹਨ ਹੁਕਮ ਮਨ ਮਨਮਤ ਨ ਕਰਾਹੇ ਆਹ ਕਹਿੰਦੇ ਹੁਕਮ ਮੰਨਦੇ ਨੇ ਪਰਮਾਤਮਾ ਦਾ ਆਪਣੀ ਮਨਮਤ ਨਹੀਂ ਕਰਦੇ ਆਪਣੇ ਹਿਸਾਬ ਨਾਲ ਨਹੀਂ ਚਲਦੇ ਉਹ ਚਲਦੇ ਨੇ ਪ੍ਰਮਾਤਮਾ ਦੇ ਭਾਣੇ ਅਨਸਾਰ ਇਸ ਪ੍ਰਕਾਰ ਮਰਦਾਨੇ ਸਾਥਾ ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਭਾਈ ਮਰਦਾਨੇ ਦੇ ਬਾਤਚੀਤ ਜਾਂ ਇਹ ਡਾਇਲੌਗ ਚੱਲ ਰਿਹਾ ਹੈ ਪੰਤ ਹਉਤੇ ਤੇ ਛਣ ਜਗਨਾਥਾ ਪੰਤ ਹਉਤੇ ਤੇ ਛਣ ਗਜਨਾਥਾ ਮਹਾਰਾਜੀ ਇਹ ਉਪਦੇਸ਼ ਭਾਈ ਮਰਦਾਨੇ ਨੂੰ ਦੇ ਹੀ ਰਹੇ ਸਨ ਉਸ ਵੇਲੇ ਬਹੁਤ ਲੋਕ ਮਿਲ ਕਰ ਤਬ ਆਏ ਉਸ ਵੇਲੇ ਬਹੁਤ سارے ਲੋਕਾਂ ਨੇ ਜਦੋਂ ਦੇਖਿਆ ਵੀ ਤਿੰਨ ਅਜਨਬੀ ਬੰਦੇ ਆਗੇ ਨੇ ਵੀ ਸਾਡੇ ਕੋਲ ਉਹ ਸਾਰੇ ਇਕੱਠੇ ਹੋ ਕੇ ਆਗੇ ਜੀ ਵੈਸੇ ਪਾਸ ਆਨ ਤੇ ਥਾਏ ਕਹਿੰਦੇ ਆਗੇ ਜੀ ਸਾਰੇ ਆਕੇ ਆਲੇ ਦੁਆਲੇ ਘੇਰਾ ਪਾ ਕੇ ਬਹਿ ਗਏ ਗੁਰੂ ਨਾਨਕ ਸਾਹਿਬ ਨੂੰ ਮਹਾਰਾਜ ਨੂੰ ਨਾਲੇ ਭਾਈ ਵਾਲੇ ਨੂੰ ਤੇ ਭਾਈ ਮਰਦਾਨੇ ਨੂੰ 300 ਬੂਜਤ ਪਾ ਮਰਦਾਨਾ ਉਹਨਾਂ ਨੂੰ ਫਿਰ ਭਾਈ ਮਰਦਾਨਾ ਪੁੱਛਣ ਲੱਗਿਆ ਉਹਨਾਂ ਨੂੰ ਸਵਾਲ ਕੀਤਾ ਕਰਹੁ ਆਪਣਾ ਬ੍ਰਤੰਤ ਬਖਾਨਾ ਕਹਿੰਦੇ ਤੁਹਾਨੂੰ ਆਪਣਾ ਬ੍ਰਤੰਤ ਸਮਝਾਓ ਵੇ ਤੂੰ ਤੁਸੀਂ ਐਸਾ ਕਿਉਂ ਕਰਦੇ ਹੋ ਮਰਤ ਹਸਤ ਜਨਮੇ ਤੇ ਰੋਏ ਹਾਂ ਕਹਿੰਦੇ ਕਿ ਮਰੇ ਹੋਏ ਬੰਦੇ ਨੂੰ ਤੁਸੀਂ ਹੱਸਦੇ ਹੋ ਤੇ ਜਨਮ ਲਿਆਂ ਤੋ ਤੁਸੀਂ ਰੋਂਦੇ ਹੋ ਇਹ ਕਿਹੜੀ ਗੱਲ ਹੋਈ ਤੁਹਾਡੀ ਜਾਨਾ ਤੁਮੇ ਗਿਆਨ ਹੈ ਕੋਏ ਕਹਿੰਦੇ ਜਾਨਾ ਤੁਮੇ ਕਹਿੰਦੇ ਤੁਹਾਨੂੰ ਪਤਾ ਤੁਹਾਡੇ ਕੋਲ ਕੋਈ ਗਿਆਨ ਵੀ ਹੈ ਇਹ ਗੱਲ ਦਾ ਹਾਂਜੀ ਕਿਉਂ ਤੁਸੀਂ ਐਂ ਕਰਦੇ ਹੋ ਕਿ ਤੁਸੀਂ ਸਿਰਫ ਫੋਲੋਇਂਗ ਕਰਦੇ ਹੋ ਪੇਡ ਚਾਲ ਮੋ ਲੋਕਾਂ ਨੇ ਕੀਤਾ ਤੁਸੀਂ ਕਰ ਲਿਆ ਕੋਈ ਗਿਆਨ ਹੈ ਤੁਹਾਡੇ ਕੋਲ ਵੀ ਤੁਸੀਂ ਕਿਉਂ ਕੋਈ ਰੀਜ਼ਨ ਹੈ ਕਿਉਂ ਐਸਾ ਕਰ ਰਹੇ ਹੋ ਬੋਲੇ ਤਿੰਮਹ ਹੁਤੇ ਜੋ ਸਿਆਣੇ ਉਹਨਾਂ ਵਿੱਚੋਂ ਜੋ ਸਿਆਣੇ ਬੈਠੇ ਸਨ ਨਾ ਉਹ ਬੋਲ ਪਏ ਹੁਣ ਸਮਝਾਉਣ ਵਾਸਤੇ ਇਸ ਪੇ ਤਾਂ ਗਿਆਨ ਰਹੇਦਾ ਹਮ ਜਾਣਨੇ ਕਿ ਸਾਡੇ ਹਿਰਦੇ ਵਿੱਚ ਐਸਾ ਗਿਆਨ ਐਸਾ ਅਸੀਂ ਗਿਆਨ ਸਮਝਦੇ ਹਾਂ ਅਸੀਂ ਐਸਾ ਮੰਨਦੇ ਹਾਂ ਈਸ਼ਵਰ ਤੇ ਵਿਛੜੇ ਜਦ ਜਨਮ ਹੈ ਕਿਹ ਲਗੇ ਦੇਖੋ ਜਿਹੜਾ ਆਉਂਦਾ ਹੈ ਨਾ ਇੱਥੇ ਜਨਮ ਲੈ ਕੇ ਉਹ ਪਰਮਾਤਮਾ ਤੋਂ ਵਿਛੜ ਕੇ ਆਇਆ ਹੈ ਉਹਦਾ ਵਿਛੋੜਾ ਉਹਦਾ ਸਪਰੇਸ਼ਨ ਪੈ ਗਿਆ ਪਰਮਾਤਮਾ ਤੋਂ ਹੀ ਸਪਰੇਟਡ ਫਰਮ ਗੋਡ ਇਸ ਕਰਕੇ ਅਸੀਂ ਰੋਂਦੇ ਹਾਂ ਮਰੇ ਮਰੇ ਤੇ ਈਸ਼ਵਰ ਕੇ ਤਨ ਮੈਂ ਜੇڑا ਕੋਈ ਮਰਦਾ ਹੈ ਅਸੀਂ ਮੰਨਦੇ ਹਾਂ ਵੀ ਹੁਣ ਉਹਦਾ ਮਿਲਾਪ ਪਰਮਾਤਮਾ ਨਾਲ ਹੋ ਗਿਆ ਹੀ ਇਸ ਗੋਇੰਗ ਬੈਕ ਟੂ ਗੋਡ ਐਂਡ ਦੈਟ ਇਜ਼ ਦ ਰੀਜ਼ਨ ਵਾਈ ਵੀ ਆਰ ਲਾਫਿੰਗ ਵੀ ਆਰ ਹੈਪੀ ਬਿਕਾਜ਼ ਹੀ ਇਸ ਗੋਇੰਗ ਬੈਕ ਟੂ ਦਾ ਗੋਡ ਸੋ ਕਹਿੰਦੇ ਇਸ ਕਰਕੇ ਮਰੇ ਦਾ ਵੀ ਉਹ ਵਾਪਸ ਪਰਮਾਤਮਾ ਕੋਲ ਜਾ ਰਿਹਾ ਅਸੀਂ ਖੁਸ਼ ਹੁੰਦੇ ਹਾਂ ਜਨਮ ਤੇ ਜਗ ਪਾਵਹਿ ਦੁਖ ਕੋ ਵੇਖੋ ਜਨਮੇ ਤੇ ਜਨਮ ਲੈ ਕੇ ਬੰਦਾ ਦੁਖੀ ਪਾਉਂਦਾ ਹੈ ਇਸ ਸੰਸਾਰ ਚ ਹੈ ਕਿ ਦੁਖੇ ਦੁਖ ਹੈ ਮਰੇ ਮਿਲਾ ਈਸ਼ਵਰ ਲਹਿ ਸੁਖ ਕੋ ਹਾਂ ਮਰਿਆ ਨੂੰ ਪਰਮਾਤਮਾ ਮਿਲਦਾ ਉਹ ਜਾ ਕੇ ਪਰਮਾਤਮਾ ਚ ਜਾ ਸਮੋਂਦੇ ਨੇ ਇਸ ਕਰਕੇ ਅਸੀਂ ਖੁਸ਼ ਹੁੰਦੇ ਹਾਂ ਉਹ ਵੈ ਹੱਸਾ ਇਹੀ ਗੱਤ ਜਾਣਾ ਆ ਕਹਿੰਦੇ ਸਾਡੀ ਰੋਣ ਦੀ ਤੇ ਹਸਣ ਦੀ ਹਾਲਾਤ ਨੂੰ ਇਸੇ ਤਰ੍ਹਾਂ ਤੁਸੀਂ ਸਮਝ ਲਓ ਸੁਨ ਸ੍ਰੀ ਨਾਨਕ ਬੈਨ ਬਖਾਨਾ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਉਹਨਾਂ ਦੀ ਗੱਲ ਸੁਣੀ ਤਾਂ ਮਹਾਰਾਜ ਨੇ ਆਪਣਾ ਉਪਦੇਸ਼ ਦਿੱਤਾ ਉਹ ਹਰਾ ਪਰਮੇਸ਼ਰ ਕੋ ਮਿਲਣ ਜੋ ਮਹਾ ਵਿਖਮ ਪਹਿਚਾਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਹਾਡੇ ਹਿਸਾਬ ਨਾਲ ਤਾਂ ਇੰਨਾ ਸੁੱਖ ਰੱਬ ਨੂੰ ਮਿਲਣਾ ਮਰ ਜੋ ਤੇ ਰੱਬ ਨੂੰ ਮਿਲ ਗਏ ਕਹਿੰਦੇ ਇਹ ਕਿਵੇਂ ਹੋ ਸਕਦਾ ਹੈ ਮਹਾਰਾਜ ਕਹਿੰਦੇ ਪਰਮੇਸ਼ਰ ਕੋ ਮਿਲਣ ਜੋ ਜੋ ਪਰਮਾਤਮਾ ਨੂੰ ਮਿਲਣਾ ਹੈ ਮਹਾ ਵਿਖਮ ਪਹਿਚਾਨ ਕਹਿੰਦੇ ਬਹੁਤ ਔਖਾ ਮਿਲਣਾ ਹੈ ਇੰਨਾ ਸੌਖਾ ਨਹੀਂ ਵੀ ਬੰਦਾ ਮਰ ਗਿਆ ਮਰਦਾ ਕਿਉਂ ਕਿ ਕਿ ਤੇ ਸਵਾਸ ਮੁੱਕ ਗਏ ਸਵਾਸ ਕਿਉਂ ਮੁੱਕੇ ਮਰਨ ਲਖਾਈ ਮੰਡਲ ਮੈਂ ਨਨਕਾਲੇ ਸਭ ਦਿਵਸ ਸਾਸ ਨਹਿ ਵਡਣ ਘਟਣ ਤਿਲਸਾਰ ਕਹਿੰਦੇ ਉਹ ਤਾਂ ਜਿਹੜੇ ਪ੍ਰਾਲਬਦ ਵਿੱਚ ਲਿਖਿਆ ਹੋਇਆ ਹੈ ਜਿੰਨੇ ਕ ਸਵਾਸ ਲੈਣੇ ਨੇ ਉਹਨੇ ਕ ਸਵਾਸ ਲੈ ਕੇ ਬੰਦਾ ਮਰ ਜਾਂਦਾ ਹੈ ਸਰੀਰ ਸ਼ਾਂਤ ਹੋ ਜਾਂਦਾ ਤੇ ਕਹਿੰਦੇ ਇਹ ਤਾਂ ਮਤਲਬ ਇਹ ਤਾਂ ਨਹੀਂ ਵੀ ਪ੍ਰਮਾਤਮ ਨੂੰ ਮਿਲ ਪਿਆ ਕਹਿੰਦੇ ਇੰਨਾ ਸੌਖਾ ਥੋੜੋ ਹੁੰਦਾ ਹਾਂਜੀ ਪਹਿਲਾਂ ਸਤ ਸੰਗਤ ਭਗਤ ਤੇ ਜਾਨ ਉਪਾਵਨਾ ਆਨ ਜਾਨਕਿ ਬਿਨਾ ਸਤ ਸੰਗਤ ਕੀਤੀਆਂ ਬਿਨਾ ਪਰਮੇਸ਼ਰ ਦੀ ਭਗਤੀ ਕੀਤੀਆਂ ਜੇ ਕਹਿੰਦੇ ਇਹ ਦੋ ਨਾ ਕੀਤੇ ਤਾਂ ਹੋਰ ਕੋਈ ਉਪਾਅ ਨਹੀਂ ਪ੍ਰਮਾਤਮਾ ਨੂੰ ਮਿਲਣ ਦਾ ਦੇਸ ਓਨਲੀ 2 ਵੇਸ ਆਫ ਮੀਟਿੰਗ ਹਿ ਇਨ ਮਰਜਿੰਗ ਇਨਟੂ ਪਰਮਾਤਮਾ ਪਰਮਾਤਮਾ ਨਾਲ ਮਿਲਣ ਦਾ ਇਹੀ ਦੋ ਤਰੀਕੇ ਨੇ ਵੀ ਇੱਕ ਤਾਂ ਹੈ ਕਿ ਸਤ ਸੰਗਤ ਕਰੋ ਤੇ ਪਰਮਾਤਮਾ ਦੀ ਭਗਤੀ ਕਰੋ ਇਹ ਦੋ ਹੀ ਰਸਤੇ ਨੇ ਸੋ ਇਹ ਦੋ ਹੀ ਰਸਤੇ ਅਪਣਾਉਣੇ ਪੈਂਦੇ ਨੇ ਸੋ ਇੱਕ ਸਾ ਸੰਗਤ ਦਾ ਹੈ ਸਾ ਸੰਗਤ ਤੇ ਭਗਤੀ ਕਹਿੰਦੇ ਇਹ ਦੋਵਾਂ ਤੋਂ ਤੋਂ ਬਗੈਰ ਕੋਈ ਤਰੀਕਾ ਨਹੀਂਗਾ ਪਰਮਾਤਮਾ ਨੂੰ ਮਿਲਣ ਦਾ ਚੋਪੇ ਪ੍ਰੇਮ ਭਗਤ ਕਰ ਕੀਰਤ ਗਾਵਨ ਦੇਖੋ ਜਿਹੜਾ ਪ੍ਰੇਮਾ ਭਗਤੀ ਕਰਦਾ ਹੈ ਜੋ ਪ੍ਰੇਮਾ ਭਗਤੀ ਕਰਦਾ ਹੈ ਜ ਜਿਹਦੀ ਭਗਤੀ ਨਿਸ਼ਕਾਮਤਾ ਦੀ ਹੁੰਦੀ ਹੈ ਜਿਹੜਾ ਕੁਝ ਵੀ ਨਹੀਂ ਮੰਗਦਾ ਸਿਰ ਪਰਮਾਤਮਾ ਦਾ ਨਾਮ ਜਪਦਾ ਹੈ ਸੋ ਕਹਿੰਦੇ ਉਹਦੀ ਜਿਹੜੀ ਪ੍ਰੇਮਾ ਭਗਤੀ ਹੁੰਦੀ ਹੈ ਜਦੋਂ ਉਹ ਜਿਹੜਾ ਹਨ ਉਹਦੀ ਕੀਰਤੀ ਪਰਮਾਤਮਾ ਦੀ ਪ੍ਰੇਮ ਮੁੰਮੁੜ ਕੇ ਗਾਉਂਦਾ ਹੈ ਮੁੰਮੁੜ ਕੇ ਯਾਦ ਕਰਦਾ ਹੈ ਐਂਡ ਹੀ ਮੀਨ ਇਟ ਐਂ ਇਹਨੇ ਵੀ ਸਿਰ ਪੜਦਾ ਹੀ ਹੈ ਉਹ ਆਪਣੇ ਦਿਲੋਂ ਮੰਨ ਕੇ ਉਹ ਗੱਲ ਜਿਹੜੀ ਹਨ ਪਰਮਾਤਮਾ ਦੀ ਕੀਰਤ ਨੂੰ ਜਿਹਦੇ ਗਾਵੇ ਅਜੱਪਾ ਜਾਪ ਨਾਮ ਲੈ ਬਲਾ ਬਨਾ ਫੇ ਅਜੱਪਾ ਜਾਪ ਅਜੱਪਾ ਜਾਪਨਾ ਵਿਸਰੈ ਜਨਾ ਸੋ ਅਜੱਪਾ ਜਾਪ ਜਿਹੜਾ ਹੈ ਉਹ ਕਿਤੇ ਵਿਸਰਦਾ ਨਹੀਂ ਪਰਮਾਤਮਾ ਉਹਨਾਂ ਨੂੰ ਕਹਿੰਦੇ ਉਹ ਅਜੱਪਾ ਜਾਪ ਨਾ ਵਿਸਰੇ ਸੋ ਨਹੀਂ ਵਿਸਰਦਾ ਪਰਮਾਤਮਾ ਜਿਹੜਾ ਦਿਨ ਰਾਤ ਨਾ ਵਿਸਰੇ ਆਪਣੇ ਆਪ ਹੀ ਉਹਦਾ ਜਾਪ ਚੱਲਦਾ ਰਹੇ ਬਿਨਾ ਖਿੱਤੀਆਂ ਵੀ ਉਹਦਾ ਜਾਪ ਚੱਲਦਾ ਰਹੇ ਉਹਨੂੰ ਅਜੱਪਾ ਜਾਪ ਕਹਿੰਦੇ ਹਾਂ ਵੀ ਬਿਨਾ ਜਪਿਆਂ ਤੋਂ ਹੀ ਉਹ ਜਾਪ ਜਪਦਾ ਰਹੇ ਤੁਰਿਆ ਅਵਸਥਾ ਵਿੱਚ ਉਹ ਜਾਪ ਚੱਲਦਾ ਹੀ ਰਹੇ ਸੋ ਕਹਿੰਦੇ ਇਸੇ ਅਵਸਥਾ ਜਿਹੜੀ ਹੈ ਕਹਿੰਦੇ ਨਾਮ ਲਿਵ ਲਾਵਣ ਨਾਮ ਵਿੱਚ ਉਹਨਾਂ ਦੀ ਲਿਵ ਜੁੜੀ ਰਹਿੰਦੀ ਹੈ ਕਹਿੰਦੇ ਦੇਖੋ ਨਾ ਜਿਵੇਂ ਹੁਣ ਆਪਾਂ ਰੇਡੀਓ ਲਾ ਲਈਏ ਰੇਡੀਓ ਲਾ ਕੇ ਉਹ ਰੇਡੀਓ ਚੱਲ ਰਿਹਾ ਹੈ ਆਪਣੇ ਕੰਨਾਂ ਵਿੱਚ ਉਹ ਰੇਡੀਓ ਦੀ ਆਵਾਜ਼ ਪੈ ਰਹੀ ਹੈ ਹੁਣ ਜੇ ਆਪਣਾ ਧਿਆਨ ਹੋਰ ਕਿਤੇ ਹੋਵੇਗਾ ਤਾਂ ਉਹ ਰੇਡੀਓ ਦੇ ਵਿੱਚ ਉਹ ਜਿਹੜਾ ਕੀਰਤਨ ਸ਼ਬਦ ਜਾਂ ਗੁਰਬਾਣੀ ਉਹ ਚੱਲੀ ਜਾ ਰਹੀਗੀ ਕੰਨਾਂ ਵਿੱਚ ਪੈ ਵੀ ਰਹੀ ਹੈ ਪਰ ਆਪਾਂ ਸੁਣ ਨਹੀਂ ਰਹੇ ਸੋ ਇਸੇ ਤਰ੍ਹਾਂ ਹੀ ਕਹਿੰਦੇ ਅਜਪਾ ਜਾਪ ਜਿਹੜਾ ਚੱਲਦਾ ਹੈ ਜਿਹੜਾ ਹਨ ਲਿਵ ਲਾਵਣ ਉਹ ਆਪਣੀ ਲਿਵ ਨੂੰ ਉਹਦੇ ਵਿੱਚ ਜੋੜ ਕੇ ਰੱਖਦੇ ਨੇ ਉਹ ਅਜਾਪਾ ਜਾਪ ਦੇ ਵਿੱਚ ਹਮੇਸ਼ਾ ਜੁੜੇ ਰਹਿੰਦੇ ਹਣੇ ਮੇਚਰਨਾ ਮੇਲਨਾ ਅਪਰ ਕੋ ਨਹੀਂ ਹਾਂ ਕਹਿੰਦੇ ਵਿਛੜਨਾ ਤੇ ਮਿਲਣਾ ਜਿਹੜਾ ਹੈ ਹੋਰ ਕੋਈ ਤਰੀਕਾ ਨਹੀਂ ਵਿਛੜਾਂਗੇ ਜੇ ਪਰਮਾਤਮਾ ਦਾ ਸਿਮਰਨ ਨਹੀਂ ਕਰਾਂਗੇ ਸਾ ਸੰਗਤ ਨਹੀਂ ਕਰਾਂਗੇ ਭਗਤੀ ਨਹੀਂ ਕਰਾਂਗੇ ਤਾਂ ਵਿਛੜਦੇ ਹਾਂ ਜੇ ਮਿਲਣਾ ਹੈ ਤਾਂ ਸਾ ਸੰਗਤ ਕਰਨੀ ਹੈ ਤੇ ਭਗਤੀ ਕਰਨੀ ਪਵੇਗੀ ਸਾਰਬ ਬਾਤ ਇਸ ਤਨ ਕੇ ਮਾਹੀ ਦੇਖੋ ਸਾਰੀਆਂ ਗੱਲਾਂ ਇਸ ਸਰੀਰ ਦੇ ਵਿੱਚ ਹੀ ਨਹੀਂ ਪਰਮਾਤਮਾ ਆਪ ਆਤਮਾ ਕਰਕੇ ਸਰੀਰ ਵਿੱਚ ਵਸਦਾ ਹੈ ਜਦੋਂ ਸਾਥ ਸੰਗਤ ਭਇਓ ਨਿਵਾਸਾ ਜਦੋਂ ਸਾਥ ਸੰਗਤ ਵਿੱਚ ਆਪਣਾ ਨਿਵਾਸ ਬਣਦਾ ਹੈ ਆਪਣਾ ਥਾਂ ਬਣਦਾ ਹੈ ਜਾਂ ਸਾਥ ਸੰਗਤ ਨੂੰ ਆਪਾਂ ਆਪਣੇ ਜੀਵਨ ਦਾ ਹਿੱਸਾ ਬਣਾਉਨੇ ਹਾਂ ਇੰਪੋਰਟੈਂਸ ਦੰਦੇ ਹਾਂ ਪ੍ਰਾਇਰਟੀ ਦੰਦੇ ਹਾਂ ਸਾਥ ਸੰਗਤ ਨੂੰ ਮਨ ਰੋਕਣ ਕੀਨੋ ਅਭਿਆਸਾ ਫਿਰ ਮਨ ਰੋਕਣ ਦਾ ਆਪਾਂ ਅਭਿਆਸ ਕਰੀਏ ਉਪਰਾਂ ਜੇ ਮੁਰ ਮੁਰ ਕੇ ਆਪਣੇ ਆਪ ਨੂੰ ਟ੍ਰੇਨ ਕਰੀਏ ਜਾਂ ਉਹਦੀ ਐਕਸਰਸਾਈਜ਼ ਕਰੀਏ ਮੁਰ ਮੁਰ ਕੇ ਉਹ ਮਨ ਨੂੰ ਰੋਕਣ ਦਾ ਤਰੀਕਾ ਆਪਾਂ ਬਣਾਈਏ ਤੇ ਮੁਰ ਮੁਰ ਕੇ ਉਹ ਮਨ ਨੂੰ ਰੋਕੀ ਜਾਈਏ ਮਨ ਭੱਜਦਾ ਹੈ ਫਿਰ ਰੋਕ ਲੈਣਾ ਭਜਦਾ ਹੈ ਫਿਰ ਰੁਕਣਾ ਹੈ ਸੋ ਇਸ ਤਰ੍ਹਾਂ ਜਿਹੜਾ ਅਭਿਆਸ ਕਰੀ ਜਾਣਾ ਮਨ ਰੋਕਣ ਦਾ ਆਸਵਾਸਨਾ ਤਬਹੀ ਭਈ ਤੇ ਫਿਰ ਇਹ ਵਾਸ਼ਨਾ ਨਾਸ ਹੁੰਦੀ ਆ ਜਿਹੜੇ ਜਿਹੜੀਆਂ ਵਾਸ਼ਨਾਵਾਂ ਨੇ ਈਵਲ ਡਿਜ਼ਾਇਰਸ ਨੇ ਵਾਈਸਸ ਨੇ ਇਸ ਤਰ੍ਹਾਂ ਹੀ ਖਤਮ ਹੁੰਦੀਆਂ ਹਨ ਮੈਂ ਤੇ ਸਰਬ ਉਰਤੇ ਮਿਟ ਗਈ ਫਿਰ ਜਿਹੜੀ ਡਾਊਟ ਹੈ ਜਿਹੜੀ ਦ્વੈਤ ਭਾਵਨਾ ਹੈ ਇਹ ਅੰਦਰੋਂ ਸਾਰੀ ਮਿਟ ਜਾਂਦੀ ਹੈ ਫਿਰ ਪੂਰਨ ਭਰੋਸਾ ਹੋ ਜਾਂਦਾ ਵੀ ਪਰਮਾਤਮਾ ਹੀ ਹੈ ਉਹਦੇ ਤੇ ਕੋਈ ਸ਼ੱਕ ਨਹੀਂ ਹੁੰਦਾ ਵੀ ਹੈ ਜਾਂ ਨਹੀਂ ਹੈ ਹੈਗਾ ਵੀ ਤਾਂ ਕਿਵੇਂ ਹੈ ਹੈਗਾ ਵੀ ਹੈ ਤੇ ਸਾਡੇ ਵਾਸਤੇ ਹੈ ਕਿ ਨਹੀਂ ਸੋ ਇਹ ਸਾਰੀਆਂ ਗੱਲਾਂ ਅੰਦਰੋਂ ਨਿਕਲ ਜਾਂਦੀਆਂ ਨੇ ਕੋਈ ਵੀ ਦ્વੈਤ ਭਾਵਨਾ ਨਹੀਂ ਰਹਿੰਦੀ ਪੂਰਨ ਲਖਿਓ ਪਰਮਾਤਮ ਸਾਰੇ ਕਹਿੰਦੇ ਪੂਰਨ ਹੋ ਫੇਰ ਹੀ ਪਰਮਾਤਮਾ ਸਾਰੇ ਪਾਸੇ ਦਿਖਾਈ ਦਿੰਦਾ ਹੈ ਫੇਰ ਹੀ ਉਹ ਪਰਮਾਤਮਾ ਨੂੰ ਆਪਾਂ ਦੇਖਣ ਯੋਗ ਹੁੰਨੇ ਆ ਫੇਰ ਹੀ ਆਪਾਂ ਪਰਮਾਤਮਾ ਨੂੰ ਮਹਿਸੂਸ ਕਰਦੇ ਆ ਸਾਰਿਆਂ ਵਿੱਚ ਮਿਥਿਆ ਸਰਬ ਪਰਪੰਚ ਪਸਾਰੇ ਦੇਖੋ ਇਹ ਸਾਰਾ ਪਰਪੰਚ ਫੇਰ ਹੀ ਆਪਾਂ ਨੂੰ ਮਿਥਿਆ ਲੱਗਦਾ ਹੈ ਇਹ ਸਾਰਾ ਪਰਪੰਚ ਮਿਥਿਆ ਹੈ ਕਿਉਂਕਿ ਇਹ ਬਦਲਦਾ ਹੈ ਇਹ ਹਮੇਸ਼ਾ ਚੇਂਜ ਹੁੰਦਾ ਹੈ ਇਸ ਕਰਕੇ ਕਹਿੰਦੇ ਇਹ ਮਿੱਥਿਆ ਹੈ ਇਹ ਝੂਠਾ ਹੈ ਇਹ ਹਮੇਸ਼ਾ ਨਹੀਂ ਰਹਿਣਾ ਅੱਗੇ ਨਹੀਂ ਸੀ ਅੱਜ ਹੈ ਪਲਕੇ ਨਹੀਂ ਹੋਵੇਗਾ ਇਸ ਕਰਕੇ ਸਾਰੇ ਪਰਪੰਚ ਜਿਹੜਾ ਹੈ ਮਿੱਥਿਆ ਹੈ ਝੂਠਾ ਹੈ ਜਬੈ ਆਤਮਾ ਅਸਭ੍ਰਮ ਬੰਨਾ ਕਹਿੰਦੇ ਜਦੋਂ ਆਤਮਾ ਅਸਭ੍ਰਮ ਭਰਨਾ ਕਹਿੰਦੇ ਜਦੋਂ ਆਤਮਾ ਵਿੱਚ ਭਰੋਸਾ ਜੁੜ ਜਾਵੇ ਤੇ ਇਹ ਸੰਸਾਰ ਮਿੱਥਿਆ ਤੋਂ ਆਪਣੀਆਂ ਆਵਾਸ਼ਨਾਵਾਂ ਚੁੱਕੀਆਂ ਜਾਣ ਆਪਾਂ ਨੂੰ ਕੋਈ ਵੀ ਜਿਹੜੇ ਹਨ ਇਹਦੇ ਨਾਲ ਲਗਾਓ ਕੋਈ ਇੰਟਰਸ ਨਾ ਰਹਿ ਜਾਵੇ ਇਸ ਸੰਸਾਰੀ ਚੀਜ਼ਾਂ ਦੇ ਨਾਲ ਇਹਨਾਂ ਨੂੰ ਸਿਰਫ ਵਰਤਨ ਦੇ ਵਿੱਚ ਆਪਣਾ ਜਿਹੜਾ ਹੈ ਰੁਜ਼ਗਾਰ ਹੋ ਵੇ ਇਹਨਾਂ ਨੂੰ ਵਰਤਣਾ ਹੈ ਪਰ ਇਹਨਾਂ ਵਿੱਚ ਆਪਣੇ ਆਪ ਨੂੰ ਡਬੋਣਾ ਨਹੀਂ ਇਹਨਾਂ ਨੂੰ ਆਪਣਾ ਆਪਣੇ ਆਪ ਦੇ ਨਾਲ ਇਹਨਾਂ ਦਾ ਮੋਹ ਨਹੀਂ ਜੋੜਨਾ ਸੋ ਇਸ ਕਰਕੇ ਕਿ ਜਦੋਂ ਆਤਮਾ ਜਦੋਂ ਆਤਮਾ ਦੀ ਪਛਾਣ ਹੋ ਗਈ ਅਸ ਪਰਮਪਰਣਾ ਇਹ ਪਰਮ ਟੁੱਟ ਜਾਂਦਾ ਹੈ ਦੁਨੀਆ ਦਾ ਭਾ ਪਰਮਾਤਮਾ ਸੁੱਧ ਚਤਨਾਂ ਦੇਖੋ ਫਿਰ ਪਰਮਾਤਮਾ ਜਿਹੜਾ ਸੁੱਧ ਹੈ ਸੁੱਧ ਪਰਮਾਤਮਾ ਜਿਹੜਾ ਕਿ ਹਮੇਸ਼ਾ ਹੀ ਇੱਕ ਸਰੂਪ ਹੈ ਜੋ ਸੁਧ ਹੈ ਸਾਰੇ ਪਾਪਾਂ ਤੋਂ ਪਰੇ ਹੈ ਸਾਰੀਆਂ ਵਾਸ਼ਨਾਵਾਂ ਤੋਂ ਜਿਹੜਾ ਪਰੇ ਹੈ ਉਹ ਸੁਧ ਪਰਮਾਤਮਾ ਦਾ ਚਤੰਨਾ ਉਹਦਾ ਚੇ ਉਹਦਾ ਚੇਤਨ ਸ਼ਕਤੀ ਜਿਹੜੀ ਹੈ ਉਸ ਦੀ ਮਹਿਸੂਸ ਹੋ ਕੇ ਉਹ ਚ ਸ਼ਕਤੀ ਨੂੰ ਪਛਾਣ ਕਰਕੇ ਤੇ ਚੇਤਨਾ ਉਹਦੇ ਵਿੱਚ ਚਿੱਤ ਜੁੜ ਜਾਂਦਾ ਹੈ ਜਦੋਂ ਅਨਾਤਮਾ ਦੇਹੇ ਪਛਾਨੀ ਜਦੋਂ ਜਿਹੜੀ ਹਨ ਪਰ ਜਿਹੜੇ ਹਨ ਜਦੋਂ ਆਪਾਂ ਦੇਖੀਏ ਕਿ ਦੇਹ ਬਿਨਾ ਆਤਮਾ ਤੋਂ ਇਹ ਜਿਉਂਦੀ ਨਹੀਂ ਰਹਿ ਸਕਦੀ ਇਹ ਜਿਉਂਦੀ ਹੈ ਪਰਮਾਤਮਾ ਦੀ ਸ਼ਕਤੀ ਦੇ ਨਾਲ ਜਦੋਂ ਕਿਹੜਾ ਅਨਾਤਮ ਜੋ ਅਨ ਆਤਮ ਅਨਾਤਮ ਵਿੱਚ ਜਦ ਇਹਦੇ ਵਿੱਚ ਆਤਮਾ ਨਾ ਹੋਵੇ ਤਾਂ ਫਿਰ ਇਹ ਦੇਹ ਨੂੰ ਜਦੋਂ ਆਪਾਂ ਪਛਾਣੀਏ ਤਾਂ ਇਹ ਮਰੀ ਹੋਈ ਹੈ ਕੋਈ ਵੀ ਕਮਨੀ ਆਉਣ ਵਾਲੀ ਇਹ ਗੱਲ ਜਾਂਦੀ ਹੈ ਉਸ ਦਿਨ ਤੋਂ ਇਹ ਗਲਣਾ ਸ਼ੁਰੂ ਕਰਦਾ ਇਹ ਨਾ ਹੈ ਦੇਖੋ ਜੀ ਆਤਮਾ ਹੁੰਦੀ ਹੈ ਦੇ ਵੱਧਦੀ ਹੈ ਜਦੋਂ ਆਤਮਾ ਸਰੀਰ ਵਿੱਚ ਨਹੀਂ ਹੁੰਦੀ ਇਹ ਜਿਹੜਾ ਸਰੀਰ ਗਲਣਾ ਸ਼ੁਰੂ ਹੋ ਜਾਂਦਾ ਹੈ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਸੰਕਲਪ ਵਿਕਲਪ ਬਿਹਾਨੀ ਦੇਖੋ ਉਹ ਆਤਮਾ ਜਿਹੜੀ ਹੈ ਉਹ ਜਿਹੜੀ ਹੈ ਸੰਕਲਪ ਤੇ ਵਿਕਲਪ ਬਿਹਾਨੀ ਉਹਦੇ ਵਿੱਚ ਸੰਕਲਪ ਨਹੀਂ ਵਿਕਲਪ ਨਹੀਂ ਇਹ ਜ ਸੰਕਲਪ ਤੇ ਵਿਕਲਪ ਤਾਂ ਹੁੰਦੇ ਨੇ ਜਦੋਂ ਆਪਾਂ ਨੂੰ ਲਗਾਓ ਦੁਨੀਆ ਨਾਲ ਹੁੰਦਾ ਹੈ ਜਦੋਂ ਆਪਾਂ ਦੁਨੀਆ ਨੂੰ ਸੱਤ ਕਰਕੇ ਮੰਨਦੇ ਆ ਉਦੋਂ ਸੰਕਲਪ ਵਿਕਲਪ ਹੁੰਦੇ ਜਦੋਂ ਇੱਕ ਆਤਮਾ ਕਰਕੇ ਪਰਮਾਤਮਾ ਨੂੰ ਪਛਾਣ ਲਿਆ ਫੇ ਸੰਕਲਪ ਤੇ ਵਿਕਲਪ ਜੇ ਟੌਟਸ ਹੁੰਦੇ ਨੇ ਮਾਈਂਡ ਦੇ ਵਿੱਚ ਜਾਂ ਕਾਊਂਟਰ ਥੌਟਸ ਇਹ ਸਾਰੇ ਖਤਮ ਹੋ ਜਾਂਦੇ ਹਨ ਤਾਂ ਮਿਲ ਬੋ ਈਸ਼ਵਰ ਕੋ ਹੋਏ ਤਾਂ ਈਸ਼ਵਰ ਨਾਲ ਮਿਲਾਪ ਹੁੰਦਾ ਹੈ ਤਾਂ ਈਸ਼ਵਰ ਦੀ ਪਹਿਚਾਨ ਹੁੰਦੀ ਆ ਆ ਤਰੇ ਵਿਚਰੇ ਰਹੇ ਹੋ ਸਭ ਕੋਈ ਨਹੀਂ ਤਾਂ ਫੇ ਪਿਛੜੀ ਰਹਿੰਦੇ ਨੇ ਅਸੀਂ ਮਰ ਕੇ ਥੋੜੋ ਕੋਈ ਮਿਲ ਸਕਦਾ ਹੈ ਦੇਖੋ ਕਿੰਨਾ ਕੁਝ ਕਰਨਾ ਪੈਂਦਾ ਕਿੰਨਾ ਆਪਣੇ ਨੂੰ ਸੁਧਾਰਨਾ ਪੈਂਦਾ ਤਾਂ ਕੀਤੇ ਜਾ ਕੇ ਪ੍ਰਮਾਤਮਾ ਨਾਲ ਇੱਕ ਹੋਈਦਾ ਹੈ ਗਿਆਨ ਪ੍ਰਾਪਤ ਜਿਨ ਮਨਵਾਹੀ ਜਿਨ੍ਹਾਂ ਦੇ ਅੰਦਰ ਮਨ ਵਿੱਚ ਗਿਆਨ ਦੀ ਪ੍ਰਾਪਤੀ ਹੋ ਗਈ ਗੁਰੂ ਦੇ ਸਦਕੇ ਚਰਨ ਮੇਲ ਨਸੋ ਜਾਣਤ ਨਹੀਂ ਹਾਂ ਕਿਲੇ ਫਿਰ ਉਹ ਨਾ ਵਿਛੜਦੇ ਨਾ ਮਿਲਦੇ ਦੇ ਦੇਖੋ ਉਹਨਾਂ ਦੀ ਅਵਸਥਾ ਇੱਕ ਹੋਰ ਬਣ ਗਈ ਕਹਿੰਦੇ ਜਿਹੜੇ ਨੂੰ ਗਿਆਨ ਪ੍ਰਾਪਤ ਹੋ ਗਿਆ ਗੁਰੂ ਦੇ ਉਪਦੇਸ਼ ਕਰਕੇ ਕਹਿੰਦੇ ਉਹਨਾਂ ਨੂੰ ਵਿਛੜਨਾ ਤੇ ਮਿਲਣਾ ਇਹ ਦੋ ਸਿਨੈਰੀਓਸ ਜਿਹੜੇ ਹੁੰਦੇ ਨੇ ਉਹਨਾਂ ਵਿੱਚ ਨਹੀਂ ਹੁੰਦੇ ਨਾ ਉਹ ਜਿਨ੍ਹਾਂ ਉਹਨਾਂ ਨੂੰ ਫੀਲ ਹੁੰਦਾ ਉਹ ਵਿਛੜੇ ਨੇ ਨਾ ਉਹਨਾਂ ਨੂੰ ਫੀਲ ਹੁੰਦਾ ਉਹ ਮਿਲੇ ਨੇ ਕਿਉਂਕਿ ਮਿਲੋਂਗੇ ਤਾਂ ਹੀ ਜੇ ਆਪਣੇ ਦੋ ਐਂਟੀਟੀਆਂ ਹੋਏ ਵਿਛੜੋਂਗੇ ਤਾਂ ਜੇ ਦੋ ਐਂਟੀਟੀਆਂ ਨੇ ਆਪਾਂ ਵੀ ਆ ਤੇ ਰੱਬ ਵੀ ਹੈ ਫਿਰ ਤਾਂ ਵਿਛੜਨਾ ਮਿਲਣਾ ਹੋਵੇਗਾ ਹੁਣ ਕੀ ਆ ਉਹ ਜੇ ਪਰਮਾਤਮਾ ਵਿੱਚ ਹੀ ਮਿਲ ਗਏ ਮੋਜ ਹੋ ਗਏ ਪਰਮਾਤਮਾ ਦੇ ਸਰੂਪ ਹੋ ਗਏ ਫਿਰ ਨਾ ਉਹਨਾਂ ਦਾ ਵਿਛੜਣਾ ਹੀ ਨਾ ਮਿਲਣਾ ਹੈ ਪਰਮਾਤਮ ਪੂਰਨ ਹੈ ਸਾਰੇ ਦੇਖੋ ਪਰਮਾਤਮਾ ਸਾਰੇ ਪਾਸੇ ਪੂਰਨ ਹੈ ਹੁਣ ਆਪਾਂ ਉਹਦੇ ਵਿੱਚ ਜਾ ਕੇ ਪੂਰਨ ਹੋਣਾ ਕਿ ਨਹੀਂ ਹੋਣਾ ਇਹ ਹੋਮ ਹੈ ਇੱਕ ਆਪਣੇ ਵਿੱਚ ਕੰਧ ਹੈ ਪਰ ਪਰਮਾਤਮਾ ਹੈ ਤਾਂ ਪੂਰਨ ਭਾਵੇਂ ਆਪਾਂ ਉਹਦੇ ਵਿੱਚ ਹੋਈਏ ਚਾਹੇ ਨਾ ਹੋਈਏ ਉਹ ਪਰਮਾਤਮਾ ਤਾਂ ਪੂਰਨ ਹੀ ਹੈ ਸੇਫ ਆਪਾਂ ਆਪਣੇ ਆਪ ਨੂੰ ਪਵਜਰਾਹ ਪੂਰਨ ਸਰੂਪ ਦੇ ਵਿੱਚ ਲੀਨ ਕਰਨਾ ਹੈ। ਇਹੀ ਤਾਂ ਸਾਰਾ ਕੰਮ ਹੈ। ਵਿਛਰੇ ਤੌਕਤ ਨਾਹੇ ਨਿਰਾਰਾ। ਹਾਂ ਕਹਿੰ ਲਗੇ ਜੇ ਵਿਛਰੇ ਤੈ ਕਹਿੰ ਲਗੇ ਜੇ ਪ੍ਰਮਾਤਮਾ ਤੋਂ ਆਪਾਂ ਵਿਛੜੇ ਰਹੀਏ ਕੱਤ ਨਾਹੇ ਨਿਰਾਰਾ ਕਹਿੰ ਲਗੇ ਕੱਤ ਨਾਹੇ ਨਿਰਾਰਾ। ਫੇਰ ਪੜ੍ਹਦੀ ਵਿਛਰੇ ਤੌਕਤ ਨਾਹੇ ਨਿਰਾਰਾ। ਹਾਂ ਵਿਛਰੇ ਤੋ ਕਹਿੰ ਲਗੇ ਉਹਤੋਂ ਵਿਛੜ ਕੇ ਕਹਿੰਦੇ ਕੱਤ ਨਾਹੇ ਨਿਰਾਰਾ। ਉਹ ਨਿਰਾਰੇ ਨਹੀਂ ਹੋ ਸਕਦੇ ਕਿਉਂਕਿ ਹੀ ਪੂਰਨ ਆਪਾਂ ਪ੍ਰਮਾਤਮਾ ਤੋਂ ਵਿਛੜ ਕੇ ਜਾਣਾ ਵੀ ਕਿੱਥੇ ਹੈ। ਦੇਖੋ ਨਾ ਆਪਾਂ ਵਿਛੜੇ ਆ ਸਿਰਫ ਆਪਾਂ ਸਾਰੇ ਪੂਰਨ ਪ੍ਰਮਾਤਮਾ ਤੋਂ ਆਪਾਂ ਨੂੰ ਆਪਾਂ ਆਪਣੇ ਆਪ ਨੂੰ ਇੱਕ ਕੱਢ ਲਿਆ ਬਾਹਰ ਜਿਵੇਂ ਹੁਣ ਕਹੀਏ ਇੱਕ ਓਸ਼ਣ ਹੈ ਓਸ਼ਣ ਦੇ ਵਿੱਚੋਂ ਤੁਸੀਂ ਇੱਕ ਕੱਪ ਆਫ ਵਾਟਰ ਬਾਹਰ ਕੱਢ ਲਓ ਪਾਣੀ ਕੱਢ ਲਓ ਉਹਦੇ ਵਿੱਚੋਂ ਸਮੁੰਦਰ ਦਾ ਪਾਣੀ ਸਾਰਾ ਸਮੁੰਦਰ ਭਰਿਆ ਪਿਆ ਤੁਸੀਂ ਇੱਕ ਕੱਪ ਕੱਢ ਕੇ ਬਾਹਰ ਰੱਖ ਲਓ ਆਪਾਂ ਉਹ ਚੀਜ਼ ਹਾਂ ਉਹ ਕੱਪ 'ਚ ਜਿਹੜਾ ਪਾਣੀ ਹੈ ਪ੍ਰਮਾਤਮਾ ਤਾਂ ਸੰਪੂਰਨ ਹੈ ਕੱਪ ਕੱਢੇ ਤੋਂ ਸਮੁੰਦਰ ਘਟਿਆ ਨਹੀਂ ਇਹਨੂੰ ਵਾਪਸ ਪਾਉਣ ਨਾਲ ਸਮੁੰਦਰ ਨੇ ਵਧਣਾ ਨਹੀਂ ਉਹ ਤਾਂ ਪੂਰਨ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਪਿਆ ਫਰਕ ਸਿਰਫ ਇੰਨਾ ਪੈ ਗਿਆ ਕਿ ਉਹ ਸਮੁੰਦਰ ਦਾ ਪਾਣੀ ਜਿਹੜਾ ਕਿ ਸਮੁੰਦਰ ਰੂਪ ਸੀਗਾ ਉਹ ਹੁਣ ਕੱਪ ਦਾ ਪਾਟਰ ਬਣ ਗਿਆ ਉਹ ਕੱਪ ਦਾ ਪਾਣੀ ਬਣ ਗਿਆ ਉਹ ਛੋਟਾ ਬਣ ਗਿਆ ਇਸੇ ਕਰਕੇ ਜਦੋਂ ਆਪਾਂ ਹਉਮੈ ਕਰਦੇ ਆਂ ਆਪਾਂ ਛੋਟੇ ਹੁੰਨੇ ਆਂ ਜਦੋਂ ਆਪਾਂ ਪਰਮਾਤਮਾ ਨੂੰ ਮਿਲਦੇ ਆਂ ਆਪਾਂ ਵੱਡੇ ਹੁੰਦੇ ਆਂ ਇਸ ਕਰਕੇ ਮਹਾਰਾਜ ਇਹ ਗੱਲ ਸਮਝਾ ਰਹੇ ਹਨ ਜੇ ਵਿਛਰੇ ਤਾਂ ਮਿਲਣਾ ਹੋਏ ਹਾਂ ਕਹਿੰਦੇ ਜੇ ਵਿਛੜੇ ਵੀ ਹਾਂ ਤਾਂ ਮਿਲਣਾ ਫੇ ਅਖੀਰਕਲ ਉਹਦੇ ਨਾਲ ਹੀ ਮਿਲਣਾ ਹੈ ਨਾ ਹੋਰ ਕਿੱਥੇ ਜਾਣਾ ਮਿਲਣਾ ਵੀ ਤਾਂ ਉਹਦੇ ਵਿੱਚ ਹੀ ਮਿਲਣਾ ਪੈਣਾ ਬਿਕੋਜ਼ ਉਹੀ ਤਾਂ ਪੂਰਨ ਹੈ ਉਸ ਤੋਂ ਬਗੈਰ ਤਾਂ ਕੁਝ ਹੈ ਨਹੀਂ ਦੁਨੀਆ ਵਿੱਚ ਨਾਤਰ ਮਿੱਥਿਆ ਕਹਨੇ ਦੋਏ ਹਾਂ ਕਹਿੰਦੇ ਨਾਤਰ ਮਿੱਥਿਆ ਕਹਨੇ ਦੋਏ ਕਹਿੰਦੇ ਇਹ ਤਾਂ ਝੂਠ ਹੈ ਜਿਹੜਾ ਆਪਾਂ ਕਹਿੰਦੇ ਮਿਲਣਾ ਤੇ ਵਿਛੜਨਾ ਇਹ ਤਾਂ ਝੂਠ ਹੈ ਗਿਆਨ ਅਵਸਥਾ ਵਿੱਚ ਨਾ ਮਿਲਣਾ ਇਹ ਨਾ ਵਿਛੜਨਾ ਹੈ ਵਿਆਪਕ ਦੀਸਾ ਹੈ ਜਿਉਂ ਆਕਾਸ਼ਾ ਕਹਿੰਦੇ ਪ੍ਰਮਾਤਮਾ ਤਾਂ ਆਕਾਸ਼ ਦੀ ਤਰ੍ਹਾਂ ਵਿਆਪਕ ਹੈ ਸਾਰੇ ਕਿਤੇ ਜਿਵੇਂ ਆਕਾਸ਼ ਹੈ ਹੁਣ ਆਕਾਸ਼ ਜਿਹੜਾ ਹੈ ਉਹਨੂੰ ਆਪਾਂ ਇੱਕ ਸਪੇਸ ਮੰਨ ਲਈਏ ਸਪੇਸ ਦਾ ਸਾਰੀ ਦੁਨੀਆ ਵਿੱਚ ਸਪੇਸ ਹੈ ਕਹਿੰਦੇ ਜਿਵੇਂ ਇਸ ਸਪੇਸ ਆਪਣੇ ਵਿੱਚ ਸਮਾਇਆ ਹੋਇਆ ਹੈ ਕਹਿੰਦੇ ਇਸੇ ਤਰ੍ਹਾਂ ਪ੍ਰਮਾਤਮਾ ਹੈ ਪ੍ਰਮਾਤਮਾ ਸਾਰੀ ਪਾਸੇ ਹੈ ਜਿਵੇਂ ਸਪੇਸ ਹੈ ਸੋ ਇਸੇ ਕਰਕੇ ਪ੍ਰਮਾਤਮਾ ਸਮਾਇਆ ਹੋਇਆ ਹੈ ਘਟ ਉਪਾਦ ਵਤ ਮਾਇਆ ਪਾਸਾ ਦੇਖੋ ਇਹ ਜਿਹੜਾ ਹੈ ਜਿਹੜਾ ਹंजे ਆਕਾਸ਼ ਦੇਖਿਏ ਜੇ ਸਕਾਈ ਦੇਖਿਏ ਹੁਣ ਸਕਾਈ ਨੂੰ ਜੇ ਆਪਾਂ ਸਕਾਈ ਕਰਕੇ ਦੇਖੀਏ ਤਾਂ ਉਸ ਵਿਆਪਕ ਹੈ ਕੀ ਹੁੰਦਾ ਜੇ ਉਸਕਾਈ ਨੂੰ ਆਪਾਂ ਇੱਕ ਮਟਕੀ ਦੇ ਵਿੱਚ ਇੱਕ ਵੈਸਲ ਦੇ ਵਿੱਚ ਪਾਣੀ ਪਾ ਕੇ ਉਹਦਾ ਰਿਫਲੈਕਸ਼ਨ ਦੇਖਿਏ ਤਾਂ ਆਪਾਂ ਨੂੰ ਆਕਾਸ਼ ਛੋਟਾ ਲੱਗਦਾ ਹੈ ਆਪਾਂ ਨੂੰ ਲੱਗਦਾ ਘਟਾ ਕਾਸ ਘਟਾ ਕਾਸ ਨੇ ਜਿਹੜਾ ਘਟਕੜੇ ਦੇ ਵਿੱਚ ਉਹ ਜਿਹੜਾ ਹੈ ਰਿਫਲੈਕਸ਼ਨ ਸਕਾਈ ਦਾ ਆ ਗਿਆ ਤੇ ਆਪਾਂ ਨੂੰ ਲੱਗਦਾ ਹੈ ਵੀ ਇਹ ਸਕਾਈ ਹੈ ਜਾਂ ਘਟਾ ਕਾਸ ਉਹ ਵੀ ਹੈ ਜੇ ਖਾਲੀ ਘੜਾ ਖਾਲੀ ਘੜੇ ਵਿੱਚ ਸਪੇਸ ਹੈ ਜੇ ਆਪਾਂ ਮੰਨ ਲਈਏ ਵੀ ਇੰਨਾ ਕੇ ਸਪੇਸ ਹੈ ਹੁਣ ਉਹ ਆਪਾਂ ਹਾਂ ਘੜੇ ਵੈਸਲ ਆਪਾਂ ਹਾਂ ਪਰ ਜਦੋਂ ਘੜਾ ਟੁੱਟਦਾ ਹੈ ਤਾਂ ਉਹ ਸਪੇਸ ਵੱਡੇ ਸਪੇਸ ਨਾਲ ਮਿਲ ਜਾਂਦਾ ਹੈ ਤਾਂ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ ਉਹ ਸਪੇਸ ਨੂੰ ਨਹੀਂ ਫਰਕ ਪਿਆ ਉਹ ਕੜੇ ਨੂੰ ਕੜੇ ਦਾ ਬਸ ਇੰਨਾ ਹੀ ਆ ਵੀ ਉਹ ਕੜੇ ਦਾ ਰੂਪ ਨਹੀਂ ਰਹਿ ਗਿਆ ਬਸ ਹੁਣ ਕੜਾ ਟੁੱਟ ਗਿਆ ਉਹ ਕੜਾ ਨਹੀਂ ਆਕਾਸ਼ ਦਾ ਆਕਾਸ਼ ਬਣ ਗਿਆ ਇਸੇ ਤਰ੍ਹਾਂ ਹੀ ਕਹਿੰਦੇ ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਉਹ ਪਰਮਾਤਮਾ ਉਹੀ ਹੈ ਜੇ ਵਿਛੜ ਕੇ ਜਾਣਾ ਕਿੱਥੇ ਹੈ ਮਿਲਣਾ ਤਾਂ ਉਹਦੇ ਵਿੱਚ ਹੀ ਮਿਲਣਾ ਪੈਣਾ ਹੈ ਦੋਹਰਾ ਘਟ ਫੂਟੇ ਆਕਾਸ਼ ਸਭ ਤਿਉ ਮਾਇਆ ਹੋਇ ਹਾਨ ਦੇਖੋ ਕਹਿੰਦੇ ਜਦੋਂ ਕੜਾ ਟੁੱਟਦਾ ਹੈ ਆਕਾਸ਼ ਦਾ ਆਕਾਸ਼ ਬਣ ਜਾਂਦਾ ਹੈ ਕਹਿੰਦੇ ਫਿਰ ਉੱਥੇ ਭਰਮ ਦਾ ਮਾਇਆ ਜਿਹੜੀ ਹੈ ਹੈਜ਼ ਨੋ ਐਗਜ਼ਿਸਟੈਂਸ ਮਾਇਆ ਦਾ ਕੋਈ ਐਗਜ਼ਿਸਟੈਂਸ ਨਹੀਂ ਰਹਿੰਦਾ ਆਕਾਸ਼ ਆਕਾਸ਼ ਬਣ ਜਾਂਦਾ ਫੇਰ ਕੀ ਕਰੋਗੇ ਕੁਝ ਵੀ ਨਹੀਂ ਹੁੰਦਾ ਰੋਵਨ ਹਸਨ ਤੁਮਾਰ ਜੋ ਸਰਬ ਆਕਾਰਤ ਜਾਨ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਹਾਡਾ ਰੋਣਾ ਤੇ ਹਸਣਾ ਇਹ ਬੇਕਾਰ ਹੈ ਇਸ ਅਵੈਸ ਇਸ ਅ ਯੂਸਲੈਸ ਢਿੰਗਾ ਜਿਹੜਾ ਹਸਣਾ ਤੇ ਰੋਣਾ ਹੈ ਤੁਹਾਡਾ ਚੋਪੇ ਹੈ ਅਧীন ਵਾਸਨਾ ਨਰ ਸਭ ਕਹਨ ਲਿਏ ਦੇਖੋ ਸਾਰੀ ਦੁਨੀਆ ਵਾਸ਼ਨਾ ਦੇ ਅਧੀਨ ਹੈ ਸਾਰੇ ਆਪੋ ਆਪਣੇ ਜਿਹੜੇ ਡਿਜ਼ਾਇਰਸ ਵਿੱਚ ਫਸੇ ਹੋਏ ਹਨ ਆਸਤੇ ਜਨਮ ਤਰਤ ਪਨ ਪਨ ਤਬ ਇਸ ਕਰਕੇ ਤੁਹਾਡੇ ਡਿਜ਼ਾਇਰਸ ਕਰਕੇ ਜਨਮ ਵਰ ਨਾ ਪਾ ਧਾਰਦੇ ਆ ਆਪਣੀਆਂ ਵਾਸ਼ਨਾਵਾਂ ਨੂੰ ਪੂਰੀਆਂ ਕਰਨ ਵਾਸਤੇ ਆਪਣੀ ਇੱਛਾ ਨੂੰ ਪੂਰੀਆਂ ਕਰਨ ਵਾਸਤੇ ਉਹ ਜਿਹੜਾ ਹੈ ਹੁਣ ਜਨਮ ਜਿਹੜਾ ਹੈ ਥੋੜੋ ਪ੍ਰਮਾਤਮਾ ਦਿੰਦਾ ਹੈ ਉਹ ਤਾਂ ਬੰਦੇ ਨੇ ਆਪ ਆਪਣੇ ਵਾਸਤੇ ਬੰਨਿਆ ਉਹਨੇ ਆਪਣੀ ਇੱਛਾ ਨੂੰ ਪੂਰੀ ਕਰਨਾ ਹੈ ਉਹਦੀ ਇੱਛਾ ਪੂਰੀ ਕਰਨ ਵਾਸਤੇ ਉਹਨੂੰ ਸਰੀਰ ਮਿਲਦੇ ਨੇ ਉਹ ਆਪਣੀ ਇੱਛਾ ਪੂਰੀ ਕਰਦਾ ਪਰ ਲਿਮਿਟੇਸ਼ਨ ਤਾਂ ਇਹੀ ਆ ਹਰ ਇੱਕ ਜਨਮ ਵਿੱਚ ਉਹਦੇ ਪ੍ਰਾਲਬਤ ਕਰਮ ਹੁੰਦੇ ਨੇ ਉਹਦੇ ਕੁਝ ਕੁ ਸਵਾਸ ਹੁੰਦੇ ਨੇ ਜਿਹੜੇ ਉਹ ਖਤਮ ਹੋ ਜਾਣੇ ਨੇ ਫਿਰ ਉਸ ਤੋਂ ਬਾਅਦ ਜੇ ਵਾਸ਼ਨਾ ਨਹੀਂ ਮੁੱਕੀ ਉਹਨੇ ਅਗਲੇ ਜਨਮ 'ਚ ਚਲਿਆ ਜਾਣਾ ਇਸੇ ਪ੍ਰਾਈ ਜਿਹੜਾ ਹੈ ਇਹ ਚੱਲਦਾ ਹੀ ਰਹਿੰਦਾ ਹੈ ਜਨਮ ਮਰਨ ਬਹੁਤ ਦੁੱਖ ਪਾਉਂਦਾ ਪਰ ਇੱਕ ਗੱਲ ਹੈ ਕਹਿੰਦੇ ਜਿੰਨੇ ਵੀ ਜਨਮ ਤੇ ਮਰਨ ਹੁੰਦੇ ਨੇ ਦੁਖਦਾਈ ਨੇ ਵੰਦੇ ਨੂੰ ਦੁੱਖ ਬਹੁਤ ਮਿਲਦੇ ਨੇ ਜਨਮ ਤੇ ਮਰਨ ਦੇ ਵਿੱਚ ਬੰਦਾ ਦੁਖੀ ਹੋਇਆ ਰਹਿੰਦਾ ਹੈ بار بار ਆਵੇਂ ਜਗ ਜਾਵੇਂ ਦੇਖੋ ਜਗਤ ਵਿੱਚ ਬਾਰ ਬਾਰ ਆਉਣਾ ਤੇ ਬਾਰ ਬਾਰ ਜਾਣਾ ਇਹੀ ਲਗਿਆ ਰਹਿੰਦਾ ਆਉਣਾ ਜਾਣਾ ਹੀ ਲਗਿਆ ਰਹਿੰਦਾ ਹੈ ਮੁਰਕੇ ਬਾਕ ਸੁਨੇ ਅਸ ਜਬ ਹੀ ਜਦੋਂ ਕੋਈ ਗੁਰੂ ਮਹਾਰਾਜ ਦੇ ਬਚਨ ਸੁਣਦਾ ਹੈ ਜਿਹਦੇ ਜੇ ਕੋਈ ਗੁਰੂ ਦੇ ਬਚਨਾਂ ਤੇ ਪ੍ਰਤੀਤ ਭਰੋਸਾ ਕਰਦਾ ਹੈ ਹਿਰਦਾ ਵਿਚਾਰ ਕੇ ਉਹ ਨਰ ਸਭ ਹੀ ਕਹਿ ਲਗੇ ਹਿਰਦੇ ਵਿਚਾਰ ਦੇਖੋ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਕਹਿੰਦੇ ਰਿਦੇ ਵਿਚਾਰ ਕਿਉ ਨਰ ਸਭੀ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਕਹਿੰਦੇ ਬਚਨਾਂ ਨੂੰ ਇਹਨਾਂ ਸਾਰਿਆਂ ਨੇ ਬਹਿ ਕੇ ਸੁਣਿਆ ਸੁਣ ਕੇ ਉਹਨਾਂ ਦੇ ਹਿਰਦੇ ਵਿੱਚ ਉਹ ਗੱਲ ਜਿਹੜੇ ਬਚਨ ਬੈਠ ਗਏ ਮਹਾਰਾਜ ਦਾ ਉਪਦੇਸ਼ ਉਹਨਾਂ ਨੂੰ ਸਮਝ ਆਉਣ ਲੱਗਿਆ ਵੇ ਸਾਡਾ ਇਥੇ ਰੋਣਾ ਹਸਣਾ ਜਿਹੜਾ ਬੇਅਰਥ ਹੈ ਸਤਿ ਬਚਨ ਇਹਨ ਸੰਤ ਬਖਾਨੇ ਉਹਨਾਂ ਨੇ ਮਨ ਵਿੱਚ ਜਾਣਿਆ ਕਿ ਜੋ ਬਚਨ ਇਹ ਸੰਤ ਨੇ ਕਹੇ ਨੇ ਸਤ ਨੇ ਗੁਰੂ ਨਾਨਕ ਦੇਵ ਜੀ ਦੇ ਬਚਨ ਸੱਚੇ ਨੇ ਮਤਹ ਮਾਰ ਮਿੱਥਿਆ ਪਹਿਚਾਨੇ ਤੇ ਉਹਨਾਂ ਨੇ ਜਾਣਿਆ ਕਿ ਸਾਡੀ ਜਿਹੜੀ ਮਤ ਸੀਗੀ ਸਾਡੀ ਜਿਹੜੀ ਅੰਡਰਸਟੈਂਡਿੰਗ ਸੀ ਸਾਡਾ ਜਿਹੜੀ ਅਸੀਂ ਫਿਲਾਸਫੀ ਵਰਤ ਰਹੇ ਸਾਂ ਉਹ ਸਾਰੀ ਮਿੱਥਿਆ ਝੂਠੀ ਹੋਈ ਹੈ ਉਹ ਝੂਠੀ ਹੈ ਕਹਿੰਦੇ ਉਹਦੇ 'ਚ ਕੋਈ ਸੱਚ ਨਹੀਂ ਜੋ ਸੰਤ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਕਿਹਾ ਇਹ ਸਤ ਹੈ ਕਿਨਾਂ ਸੰਦੇਹ ਭਏ ਜਬ ਸੁਣ ਕੇ ਕਹਿੰਦੇ ਕਿ ਬਿਨ ਸੰਦੇਹ ਉਹ ਦੁੱਖਾਂ ਤੋਂ ਪਰੇ ਹੋਗੇ ਉਹਨਾਂ ਨੂੰ ਦੁੱਖ ਜਿਹੜੇ ਉਹਨਾਂ ਤੋਂ ਸਾਰੇ ਦੂਰ ਹੋ ਗਏ ਇਹ ਮਹਾਰਾਜ ਦੇ ਬਚਨ ਸੁਣ ਕੇ ਬੰਦਨ ਕਰਤ ਪਏ ਗੁਰਗੁਣ ਕੈ ਸਾਰਿਆਂ ਨੇ ਜਿਹੜਾ ਹੈ ਮਹਾਰਾਜ ਦੇ ਗੁਣਾ ਨੂੰ ਜਾਣ ਕਰਕੇ ਗੁਣਾ ਨੂੰ ਦੇਖ ਕਰਕੇ ਗੁਣਾ ਦੇ ਪਹਿਚਾਨ ਕਰਕੇ ਗੁਣਾ ਦੇ ਵਿਚਾਰ ਕਰਕੇ ਮਹਾਰਾਜ ਦੇ ਚਰਨੀ ਪੈ ਗਏ ਬਿਨੈ ਕਰਤ ਪੇ ਬਾਰੰਬਾਰ ਹੀ ਤੇ ਬਾਰ ਬਾਰ ਜਿਹੜੇ ਹਨ ਮੋੜ ਮੋੜ ਕੇ ਮਹਾਰਾਜ ਅੱਗੇ ਬੇਨਤੀਆਂ ਕਰਨ ਲੱਗੇ ਹਮਰੀ ਗਤ ਕੀ ਜਾਏ ਗਤ ਕਾਰ ਮਹਾਰਾਜ ਸਾਨੂੰ ਮੁਕਤ ਕਰ ਦਿਓ ਸਾਨੂੰ ਮੁਕਤੀ ਦੇ ਦਿਓ ਪਾਤਸ਼ਾਹ ਜੀ ਦੇ ਜੋ ਉਪਦੇਸ਼ ਦਿਜੀਏ ਹਮ ਕੋ ਮਹਾਰਾਜ ਆਪਣਾ ਉਪਦੇਸ਼ ਸਾਨੂੰ ਦੇ ਦਿਓ ਜਿਹੜੇ ਕਰਕੇ ਅਸੀਂ ਤੁਹਾਡੇ ਸਿੱਖ ਬਣ ਜਾਈਏ ਸ਼ਰਨ ਪਰੇ ਕੀ ਲੱਜਾ ਤੁਮ ਕੋ ਕਿਨ ਲਈ ਸਾਡੇ ਸ਼ਰਨ ਪਿਆ ਦੇ ਤੁਸੀਂ ਲੱਜਿਆ ਜਿਹੜੇ ਹਨ ਸਾਡੀ ਇੱਜ਼ਤ ਰੱਖ ਲੋ ਸਾਡੀ ਪੱਤੇ ਰਖ ਲੋ ਸੋਨਾ ਅਧੀਨਤਾ ਤਿੰਨ ਜਗਤੇ ਸਾ ਸੋ ਉਹਨਾਂ ਨੂੰ ਅਧੀਨਤਾ ਵਿੱਚ ਆਇਆਂ ਨੂੰ ਦੇਖ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭੇਤ ਭਏ ਆਪਨ ਉਪਦੇਸ਼ ਮਹਾਰਾਜ ਆਪਣਾ ਉਪਦੇਸ਼ ਦੇਣ ਲੱਗੇ ਹਨ ਉਹਨਾਂ ਨੂੰ ਹੁਣ ਸਤਨਾਮ ਸਿਮਰ ਹੋ ਲਿਵ ਲਾਭ ਮਹਾਰਾਜ ਇਹਨੇ ਸਤਨਾਮ ਦਾ ਸਿਮਰਨ ਕਰੋ ਸਤਨਾਮ ਦੇ ਵਿੱਚ ਹੀ ਆਪਣੀ ਲਿਵ ਜੋੜੋ ਕਿਹਤੇ ਸਗਰੀ ਇਛ ਪੂਜਾਵ ਹੈ ਕਹਿੰਦੇ ਉਹਦੇ ਨਾਲੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਮਨ ਦੀਆਂ ਇੱਛਾਵਾਂ ਜਿਹੜੀਆਂ ਪਰਮਾਤਮਾ ਨੂੰ ਮਿਲਣ ਦੀ ਉਹ ਵੀ ਪੂਰੀ ਹੋਵੇਗੀ ਹੁਕਮ ਸਤ ਮੰਨੋ ਕਰਤਾਰਾ ਕਹਿੰਦੇ ਕਿ ਹੁਕਮ ਸਤ ਕਰਕੇ ਮੰਨੋ ਜੋ ਕਰਤਾਰ ਪਰਮੇਸ਼ਰ ਦਾ ਹੈ ਉਹਨੂੰ ਭਾਣਾ ਕਰਕੇ ਮੰਨੋ ਉਸ ਨੂੰ ਉਹਦਾ ਹੁਕਮ ਕਰਕੇ ਹੀ ਉਹਨੂੰ ਐਕਸੈਪਟ ਕਰੋ ਜਿਵੇਂ ਵੀ ਹੈਗਾ ਹੈ ਮਰਨ ਤੇ ਜਨਨ ਹੋ ਇੱਕ ਸਾਰਾ ਕਹਿੰਦੇ ਕਿ ਮਰਨ ਤੇ ਜੀਵਨ ਨੂੰ ਇੱਕ ਸਾਰ ਜਾਣੋ ਉਹਨਾਂ ਚ ਫਰਕ ਨਾ ਸਮਝੋ ਦੋਵੇਂ ਇੱਕ ਹਨ ਦੋਵੇਂ ਉਸਦੇ ਹੁਕਮ ਵਿੱਚ ਹਨ ਖਸੋਕ ਤੇ ਮਨ ਥਿਰ ਕੀਜੈ ਖੁਸ਼ੀ ਤੇ ਗਮੀ ਦੇ ਵਿੱਚ ਆਪਣੇ ਮਨ ਨੂੰ ਥਿਰ ਰੱਖੋ ਸਟੈਂਸਟਿਲ ਰੱਖੋ ਆਪਣੇ ਮਨ ਨੂੰ ਜਿਹੜਾ ਹੈ ਖੁਸ਼ੀ ਵਿੱਚ ਬਹੁਤਾ ਜਿਹੜਾ ਹੈ ਆਪੇ ਤੋਂ ਬਾਹਰ ਨਾ ਕਰੋ ਤੇ ਦੁੱਖ ਵਿੱਚ ਆਪਣੇ ਆਪ ਨੂੰ ਡਿਸਟ्रेस ਨਾ ਕਰੋ ਸੋ ਇਹ ਦੋਵੇਂ ਪਾਸਿਆਂ ਤੋਂ ਆਪਣੇ ਆਪ ਨੂੰ ਬਚਾਓ ਇੱਕ ਜੈਸਾ ਜਾਣਨਾ ਕਰੋ ਸਮ ਦ੍ਰਿਸ਼ਟੀ ਹੋਵੇ ਬਿਨ ਸੰਸੇ ਤਬ ਮੁਕਤ ਹਵੀਜੈ ਹਾਂ ਕਹਿੰਦੇ ਫੇਰ ਤੁਹਾਡੀ ਮੁਕਤੀ ਬਿਨ ਸੰਸੇ ਬਿਨਾ ਸ਼ਕਤੋਂ ਤੁਹਾਡੀ ਮੁਕਤੀ ਹੋ ਵੇਗੀ ਆਸ ਉਪਦੇਸ਼ ਸੁਣਿਓ ਸਿੱਖ ਭਾਏ ਐਸਾ ਉਪਦੇਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸੁਣ ਕੇ ਉਹ ਸਿੱਖ ਬਣ ਗਏ ਸਾਰੇ ਸ੍ਰੀ ਨਾਨਕ ਮਹਿ ਨਿਸ਼ਚਾ ਕਰੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਿੱਚ ਆਪਣਾ ਫੇਥ ਰੱਖਿਆ ਪ੍ਰੋਸਾਰਾ ਕਿ ਅਗਰ ਨਾਨਕ ਸਾਹਿਬ ਦੇ ਵਿੱਚ ਸਤ ਸੰਗਤ ਹੋਵਨ ਤਹ ਲੱਗੀ ਉੱਥੇ ਸਤ ਸੰਗਤ ਹੋਣੀ ਸ਼ੁਰੂ ਹੋ ਗਈ ਜੀ ਹਰ ਕੀਰਤ ਗਾਵ ਹੈ ਵਡ ਭਾਗੇ ਹਰ ਕੀਰਤ ਪਰਮਾਤਮਾ ਦੀ ਕੀਰਤਿ ਪਰਮਤਮ ਦੇ ਵਡਿਆਈ ਉੱਥੇ ਹੋਣ ਲੱਗੀ ਹੁਣ ਵੱਡੇ ਭਾਗਾ ਵਾਲੇ ਨੇ ਜੋ ਪਰਮਾਤਮਾ ਦੀ ਕੀਰਤੀ ਪ੍ਰੇਸ਼ ਨੂੰ ਗਾਉਣ ਲੱਗੇ ਹਨ ਸੇਵਾ ਸੰਤਨ ਕੀ ਸਭ ਕਰੇ ਉਹਨਾਂ ਨੇ ਸੰਤਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਜੋ ਵੀ ਸੰਤ ਜਨ ਉੱਥੇ ਆਉਂਦੇ ਸਨ ਸਾਰੇ ਜਿਹੜਾ ਹਨ ਉਹ ਨਗਰ ਦੇ ਲੋਕ ਉਹਨਾਂ ਦੀ ਸੇਵਾ ਕਰਿਆ ਕਰਦੇ ਸਨ ਨਿਸ਼ਕਾਮਤਾ ਵਿੱਚ ਧਰ ਸਰਦਾ ਹਰ ਨਾਮ ਸਿਮਰਹੀ ਤੇ ਸਰਦਾ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰਦੇ ਸਨ ਪਰਮੇਸ਼ਰ ਦੇ ਨਾਮ ਦਾ ਜਾਪ ਕਰਿਆ ਕਰਦੇ ਸਨ ਉਹ ਹਰਾ ਕਿ ਤੱਕ ਦਿਵਸ ਸਿਰ ਗੁਰ ਰਹੇ ਦੀਨੋ ਧਰਮ ਦ੍ਰਿੜਾਏ ਦੇਖੋ ਕੁੱਝ ਕੇ ਦੇਵਾ ਸਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਸਰਦਾ ਨੂੰ ਪੂਰੀ ਰੱਖਣ ਵਾਸਤੇ ਮਹਾਰਾਜ ਜੀ ਉਹਨਾਂ ਦੇ ਨਗਰ ਵਿੱਚ ਰਹੇ ਦੀਨੋ ਧਰਮ ਦ੍ਰਿੜਾਏ ਉਹਨਾਂ ਨੂੰ ਧਰਮ ਉਹਨਾਂ ਦਾ ਦ੍ਰਿੜ ਪੱਕਾ ਕੀ ਉਹ ਨਾ ਧਰਮ ਇਹ ਪਰਮਾਤਮਾ ਦੇ ਭਰੋਸੇ ਵਾਲਾ ਪਰਮਾਤਮਾ ਤੇ ਸਮਰਪਣ ਵਾਲਾ ਪਰਮਾਤਮਾ ਨੂੰ ਸਭ ਕੁਝ ਜਾਣਨ ਵਾਲਾ ਇਹ ਧਰਮ ਨੂੰ ਉਹਨਾਂ ਦੇ ਵਿੱਚ ਦ੍ਰਿੜ ਕੀਤਾ ਪੱਕਾ ਕੀਤਾ ਕਰ ਸੰਤੋਖ ਸਿੰਘ ਬੰਦਨਾ ਪੂਰਨ ਹੋਇਓ ਧਾਇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਮੈਂ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ ਕਿ ਹੁਣ ਇਹ ਅਧਿਆਇ ਪੂਰਾ ਹੋ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੇਖੋ ਕਿੰਨਿਆਂ ਨੂੰ ਉਤਾਰਿਆ ਹੈ ਸਤਿਗੁਰੂ ਜੀ ਕਿੱਥੇ ਕਿੱਥੇ ਜਾ ਜਾ ਕੇ ਉਹਨਾਂ ਦੇ ਜਿਹੜੇ ਹਨ ਸਾਰੇ ਦੁੱਖ ਦੂਰ ਕਰਕੇ ਉਹਨਾਂ ਨੂੰ ਮੁਕਤੀ ਬਖਸ਼ਦੇ ਹਨ ਸਤਿਗੁਰੂ ਜੀ ਤੇ ਸੰਗਤ ਬਖਸ਼ਦੇ ਹਨ ਮਹਾਰਾਜੀ ਜੀਵਨ ਦੇ ਸੁਧਾਰ ਵਾਸਤੇ ਤੇ ਆਉਂਦੀਆਂ ਜਿਹੜੀਆਂ ਕੁੱਲਾਂ ਦਾ ਵੀ ਉਧਾਰ ਕਰਨ ਵਾਸਤੇ ਸਤਿਗੁਰੂ ਜੀ ਰਹਿਮਤਾਂ ਦੇ ਸਾਗਰ ਹਨ ਇਸ ਤਰ੍ਹਾਂ ਮਹਾਰਾਜੀ ਤਾਰਦੇ ਸਨ ਕਿਤਕ ਦਿਵਸ ਸ੍ਰੀ ਗੁਰੂ ਰਹੇ ਦਿਨੋ ਧਰਮ ਦ੍ਰਿੜਾਏ ਕਰ ਸੰਤੋਖ ਸਿੰਘ ਵੰਦਨਾ ਪੂਰਨ ਹੋਇਓ ਅਧਿਆਇ ਇਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ ਖੰਡਨ ਸੰਗ ਬਰਨਣ ਨਾਮ ਦੁਤੀਓ ਅਧਿਆਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ